ਜਿਸ ਟਾਈਮ ਸਵੇਰੇ 6:30 ਵਜੇ ਜਦ ਸਾਡੀਆਂ ਟਾਕਸ ਫੇਲ ਹੋ ਗਈਆਂ ਅਤੇ ਮੈਂ ਪਿੱਛੇ ਹਟ ਗਿਆ, ਉਸ ਤੋਂ ਬਾਅਦ ਉੱਥੇ ਜਿਹੜਾ ਡਾਂਗ ਸੋਟਾ ਹੋਇਆ, ਲੜਾਈ ਹੋਈ, ਗੋਲੀ ਚੱਲੀ। ਉਸ ਸਮੇਂ ਸਰਕਾਰ ਪੁਲਿਸ ਲੋਕਾਂ ਤੋਂ ਆਪਣਾ ਜਿਹੜਾ ਭਰੋਸਾ ਗਵਾ ਚੁੱਕੇ ਸੀ। ਅਸਲ ਮੁੱਖ ਦੋਸ਼ੀ ਕੌਣ ਹੈ ਤੁਹਾਡੀ ਤਫਤੀਸ਼ ਦੇ ਮੁਤਾਬਕ? ਅਕਾਲੀ ਦਲ ਇਸ ਵੇਲੇ ਇਹ ਕਹਿ ਰਿਹਾ ਕਿ ਪ੍ਰਦੀਪ ਕਲੇਰ ਕੀ ਆਇਆ, ਉਹਦੀ ਗੱਲ ਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ? ਨਹੀਂ, ਭਰੋਸਾ ਨਾ ਉਹਦੇ ਕਾਰਨ ਇੱਕ ਸਿੰਘ ਸਾਹਿਬ ਅੱਜ ਵੀ ਮੁੱਖ ਗ੍ਰੰਥੀ ਅਕਾਲ ਤਖਤ ਸਾਹਿਬ ਦੇ ਉੱਤੇ। ਜ਼ਿਆਦਾ ਕਹਿੰਦੇ ਗੁਰਮੁਖ ਸਿੰਘ ਝੂਠ ਬੋਲਦਾ। ਜੇ ਹੁਣ ਲਿਚ ਗਿੜਚੀਆਂ ਕਰੋ, ਇੱਕ ਪਾਸੇ ਤਾਂ ਮੰਨਿਆ ਹੈ ਵੀ ਹਾਂ ਜੀ ਵੋਟਾਂ ਵੀ ਲਈਆਂ ਨੇ, ਇੱਕ ਫੋਟੋ ਜਿਹਦੇ 'ਚ ਵੱਡੇ ਬਾਦਲ ਸਾਹਿਬ, ਸੁਖਬੀਰ, ਹਰਸਿਮਰਤ ਇਹ ਸਾਰੇ ਬਾਬਾ ਜੀ ਦੇ ਅੱਗੇ ਖੜੇ ਨੇ। ਬਹੁਤ ਪੁਰਾਣੀ ਆ ਉਹ, ਪੁਰਾਣੀ ਹੋਵੇ ਨਵੀਂ ਹੋਵੇ, ਦੈਟ ਮੀਨਸ ਯੂ ਪੀਪਲ ਮੀਟ ਦੈਮ। ਕਿ ਜੇ ਡੇਰਾ ਮੁਖੀ ਦੀ ਮੁਆਫ਼ੀ ਨਾ ਹੁੰਦੀ 24 ਸਤੰਬਰ 2015 ਨੂੰ, ਤਾਂ ਸ਼ਾਇਦ ਇਹ ਬੇਅਦਬੀ ਵਾਲੇ ਮਾਮਲੇ ਨਾ ਹੁੰਦੇ। ਇਸ ਪੂਰੀ ਇਨਵੈਸਟੀਗੇਸ਼ਨ ਦੌਰਾਨ ਤੁਹਾਡੇ 'ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਰਿਹਾ? ਡੇਰੇ ਦੇ ਨਾਲ ਸਿੱਖ ਭਾਈਚਾਰੇ ਦੇ ਲੋਕਾਂ ਦੀ ਨਹੀਂ ਬਣਦੀ, ਤਾਂ ਤੁਹਾਡੀ ਇਨਵੈਸਟੀਗੇਸ਼ਨ ਦੇ ਉੱਤੇ ਡੇਰੇ ਵਾਲੇ ਉਂਗਲ ਕਿਉਂ ਨਾ ਚੁੱਕਣ? ਸਾਲ 2015 ਇਹ ਸਾਲ ਅਜਿਹਾ ਸੀ ਜਿਸ ਸਾਲ ਦੇ ਵਿੱਚ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਉਸ ਸਾਲ ਤੋਂ ਬਾਅਦ ਹਰ ਸਾਲ, ਹਰ ਮਹੀਨੇ, ਹਰ ਮੌਕੇ ਦੇ ਉੱਤੇ ਹੁੰਦਾ ਆਇਆ ਅਤੇ ਅੱਜ ਵੀ ਹੋ ਰਿਹਾ। 2015 ਤੋਂ ਲੈ ਕੇ ਅਸੀਂ 2024 ਤੱਕ ਪਹੁੰਚ ਗਏ ਹਾਂ ਔਰ ਕਰੀਬ 9 ਸਾਲਾਂ ਦੇ ਵਿੱਚ ਵਾਪਰੀਆਂ ਘਟਨਾਵਾਂ ਜ਼ਰੂਰ ਚਿੰਤਾ ਦਾ ਵਿਸ਼ਾ ਰਹੀਆਂ ਨੇ, ਪਰ 2015 'ਚ ਬੇਅਦਬੀ ਦੀਆਂ ਜੋ ਘਟਨਾਵਾਂ ਵਾਪਰੀਆਂ, ਉਹ ਘਟਨਾਵਾਂ ਨੂੰ ਇੱਕ ਬਿੰਦੂ ਦੂਜੇ ਬਿੰਦੂ ਦੇ ਨਾਲ ਜੋੜਦੇ ਹੋਏ ਕਿ ਕਿਵੇਂ ਪੂਰੀ ਸਾਜ਼ਿਸ਼ ਘੜੀ ਗਈ, ਇਸ ਦੀ ਜਾਂਚ ਜਿਸ ਸ਼ਖਸ ਨੇ ਕੀਤੀ ਉਹ ਅੱਜ ਸਾਡੇ ਨਾਲ ਇਸ ਖਾਸ ਸ਼ੋਅ ਦੇ ਵਿੱਚ ਜੁੜਨ ਜਾ ਰਹੇ ਨੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਅਤੇ ਨਿਊਜ਼ ਰੂਮ ਕਟਹਿਰਾ ਦੇ ਵਿੱਚ ਅੱਜ ਅਸੀਂ ਬੁਲਾਉਣ ਜਾ ਰਹੇ ਹਾਂ SIT ਜੋ ਬਣਾਈ ਗਈ ਸੀ ਬੇਅਦਬੀ ਮਾਮਲਿਆਂ ਦੀ, ਜਿਸ ਨੇ ਜਾਂਚ ਕੀਤੀ, ਜਿਹੜੀਆਂ ਬਿੰਦੂ ਨੇ ਜਾਂ ਤਾਰ ਨੇ ਇੱਕ ਦੂਜੇ ਨਾਲ ਜੋੜ ਕੇ ਪੂਰਾ ਦੱਸਿਆ ਕਿ ਆਖਿਰ ਕੀ ਹੋਇਆ ਸੀ, ਉਸ ਨੂੰ ਹੈੱਡ ਕਰਨ ਵਾਲੇ ਸਾਡੇ ਨਾਲ ਰਣਬੀਰ ਸਿੰਘ ਖੱਟਰਾ ਜੀ ਜੁੜਨ ਜਾ ਰਹੇ ਨੇ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਨਿਊਜ਼ ਰੂਮ ਕਟਹਿਰਾ ਦੇ ਵਿੱਚ। ਨਿਊਜ਼ ਰੂਮ ਦੇ ਵਿੱਚ ਸਾਡੇ ਸਹਿਯੋਗੀ ਸਾਰੇ ਤਾੜੀਆਂ ਦੇ ਨਾਲ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਸਰ, ਬਹੁਤ ਬਹੁਤ ਸਵਾਗਤ ਹੈ ਨਿਊਜ਼ ਏਟੀਨ ਪੰਜਾਬ ਦੇ ਉੱਤੇ। ਰਣਬੀਰ ਸਿੰਘ ਖੱਟੜਾ ਜੀ, ਸਰ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਮੋਸਟ ਵੈਲਕਮ ਜੀ ਨਿਊਜ਼ ਏਟੀਨ ਪੰਜਾਬ ਦੇ ਉੱਤੇ। ਪਲੀਜ਼ ਸਰ, ਤੁਸੀਂ ਦੇਖੋ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਇਹਨਾਂ ਨੇ ਜਾਂਚ ਕੀਤੀ ਹੈ, ਪਰ ਅਸੀਂ ਅੱਜ ਤੁਹਾਨੂੰ ਸਵਾਲਾਂ ਜਵਾਬਾਂ ਵਾਲੇ ਕਟਹਿਰੇ ਦੇ ਵਿੱਚ ਲਿਆ ਕੇ ਬਿਠਾ ਦਿੱਤਾ ਹੈ। ਧੰਨਵਾਦ। ਚਲੋ ਮੈਂ ਸ਼ੁਰੂਆਤ ਕਰਾਂਗਾ, ਬਹੁਤ ਸਾਰੇ ਸਵਾਲ, ਬਹੁਤ ਸਾਰੀਆਂ ਚੀਜ਼ਾਂ ਉਮੀਦ ਕਰਾਂਗੇ ਕਿ ਸਾਨੂੰ ਜਾਣਨ ਨੂੰ ਮਿਲਣਗੀਆਂ। ਬੇਅਦਬੀ ਦੇ ਕੇਸਿਸ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹੈਗੀਆਂ ਨੇ ਜਿਹੜੀਆਂ ਪਬਲਿਕ ਡੋਮੇਨ 'ਚ ਹੈਗੀਆਂ ਨੇ, ਪਰ ਅੱਜ ਅਸੀਂ ਕੋਸ਼ਿਸ਼ ਕਰਾਂਗੇ ਕੁਝ ਹੋਰ ਪਰਤਾਂ ਨੂੰ ਵੀ ਸਾਹਮਣੇ ਲੈ ਕੇ ਆਉਣ ਦੀ ਜਾਂ ਫਲੋਲਣ ਦੀ। ਮੇਰੇ ਸੀਨੀਅਰ ਸਹਿਯੋਗੀ ਵਿਜੇਪਾਲ ਬਰਾੜ ਵੀ ਸਾਡੇ ਨਾਲ ਮੌਜੂਦ ਰਹਿਣਗੇ। ਖੱਟੜਾ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਰੂਆਤ ਕਰਦਾ, ਦੇਖੋ ਇਹ ਇੱਕ ਅਜਿਹਾ ਮਸਲਾ ਜੋ ਮੈਂ 2015 ਦਾ ਜ਼ਿਕਰ ਕੀਤਾ, ਜੋ ਸੈਂਟੀਮੈਂਟਸ, ਭਾਵਨਾਵਾਂ ਸਿਰਫ ਸਿੱਖਾਂ ਦੀਆਂ ਨਹੀਂ ਬਲਕਿ ਹਰ ਇੱਕ ਸ਼ਖਸ ਦੀਆਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਸਥਾ ਰੱਖਦਾ ਹੈ, ਮੈਂ ਇੱਥੋਂ ਸ਼ੁਰੂਆਤ ਕਰਦਾ ਕਿ ਬਹੁਤ ਸਾਰੇ ਕੇਸਿਸ ਇੱਕ ਵੱਡੇ ਪੁਲਿਸ ਅਧਿਕਾਰੀ ਦੀ ਲਾਈਫ ਦੇ ਵਿੱਚ ਆਉਂਦੇ ਨੇ। ਇਹ ਕੇਸ ਜਿਹੜਾ ਬੇਅਦਬੀ ਵਾਲਾ ਸੀਗਾ, ਕਿ ਤੁਸੀਂ ਬਹੁਤ ਜਸਟਿਸ ਕਰ ਪਾਏ ਇਨਵੈਸਟੀਗੇਸ਼ਨ ਦੇ ਦੌਰਾਨ ਇਸ ਕੇਸ ਦੇ ਵਿੱਚ, ਔਰ ਤੁਸੀਂ ਜਦੋਂ ਕੇਸ ਦੀ ਇਨਵੈਸਟੀਗੇਸ਼ਨ ਕਰ ਰਹੇ ਸੀ, ਮੈਂ ਸ਼ੁਰੂਆਤ ਇਸ ਕਰਕੇ ਵੀ ਇੱਥੋਂ ਕਰ ਰਿਹਾ ਕਿਉਂਕਿ ਲੋਕ ਇਹ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਤੁਸੀਂ ਇੱਕ ਬਤੌਰ IO ਜਾਂ ਬਤੌਰ SIT ਦੇ ਹੈੱਡ ਜਾਂ ਫਿਰ ਇੱਕ ਸਿੱਖ ਦੇ ਤੌਰ ਦੇ ਉੱਤੇ ਕਿਵੇਂ ਤੁਸੀਂ ਇਸ ਪੂਰੇ ਕੇਸ ਨੂੰ ਇਨਵੈਸਟੀਗੇਟ ਕੀਤਾ ਹੈ? ਗੌਰਵ ਜੀ, ਮੈਂ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਅੱਜ ਤੋਂ 6 ਸਾਲ ਪਹਿਲਾਂ ਵੀ ਮੈਂ ਤੁਹਾਡੇ ਇਸੇ ਮੰਚ 'ਤੇ, ਇਹ ਨਹੀਂ ਹੋਣਾ ਬਟ ਇਸ ਇੰਟਰਵਿਊ ਇੱਕ ਕੀਤੀ ਸੀ ਜੀ। ਉਸ ਸਮੇਂ ਤਾਜ਼ੇ ਮੈਂ ਕੇਸਿਸ 2018 'ਚ
ਅਸੀਂ ਇਹਨਾਂ ਨੂੰ ਡਿਟੈਕਟ ਕੀਤਾ ਸੀ ਜੀ, ਅਤੇ ਉਹਨਾਂ ਦੀ ਜੋ ਉਸ ਸਮੇਂ ਤੱਕ ਦੀ ਸੱਚਾਈ ਸੀ ਮੈਂ ਬੜੀ ਸ਼ਿੱਦਤ ਨਾਲ ਬਿਆਨ ਕੀਤੀ ਸੀ। ਅੱਜ ਕਾਫੀ ਸਮੇਂ ਬਾਅਦ ਮੈਂ ਅੱਜ ਫਿਰ ਹਾਜ਼ਰ ਹੋਇਆ ਤਾਂ ਆਪ ਜੀ ਦੇ ਉੱਤੇ ਇੱਕ ਗੱਲ ਬੜੀ ਸਾਫ਼ ਹੈ ਕਿ ਮੈਂ ਇਹ ਸਮਝਦਾ ਕਿ ਮੇਰੇ ਦੇਖੋ ਮੇਰਾ ਲੰਬਾ ਕੈਰੀਅਰ ਪੁਲਿਸ ਆਰਮੀ 'ਚ ਵੀ ਰਿਹਾ ਜੀ, ਪੁਲਿਸ 'ਚ ਵੀ ਮੈਂ ਲਗਭਗ 32-33 ਸਾਲ ਨੌਕਰੀ ਕੀਤੀ ਆ, 7 ਸਾਲ ਆਰਮੀ ਕੀਤੀ ਆ। ਬੜੇ ਕੇਸਿਸ ਮੈਂ ਟਰੇਸ ਕੀਤੇ ਨੇ, ਬੜਾ ਮੈਂ ਇਨਵੈਸਟੀਗੇਟ ਕੀਤੇ ਨੇ, ਬੜੀਆਂ ਸਿਚੁਏਸ਼ਨਸ ਆਈਆਂ ਨੇ, ਪਰ ਮੈਂ ਇਹ ਬੜੇ ਉਹਦੇ ਨਾਲ ਕਹਿ ਸਕਦਾ, ਬੜੀ ਸਨਿਮਰਤਾ ਨਾਲ, ਬੜੀ ਵਿਨਮਰਤਾ ਨਾਲ ਇਹ ਗੱਲ ਕਹਿਣੀ ਚਾਹੁੰਦਾ ਕਿ ਬੇਅਦਬੀਆਂ ਦੇ ਕੇਸਿਸ 2015 'ਚ ਜਿਹੜੇ ਹੋਏ, ਮੈਂ ਅਕਤੂਬਰ 13 ਨੂੰ ਉੱਥੇ ਜੁਆਇਨ ਕੀਤਾ ਸੀ ਜੀ, ਅਤੇ ਕੋਟਕਪੂਰੇ ਹੀ ਮੈਨੂੰ ਮਤਲਬ ਮੈਂ ਬਠਿੰਡੇ ਗਿਆ, ਬਠਿੰਡੇ ਉਸ ਦਿਨ ਤਖ਼ਤ ਸਾਹਿਬ 'ਤੇ ਵੀ ਕੋਈ ਅਟੈਂਪਟ ਹੋਈ ਸੀ ਅਤੇ ਮੈਂ ਜੁਆਇਨ ਕੀਤਾ। ਇਹ ਕੇਸਿਸ ਦੇ ਵਿੱਚ ਮੈਂ ਹਮੇਸ਼ਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਸਾਡੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਮੈਂ ਇਹ ਕੇਸਿਸ ਦੀ ਤਫਤੀਸ਼ ਕੀਤੀ ਹੈ। ਬੜੇ ਬੇਗੁਨਾਹ ਵੀ ਫੜੇ ਅਤੇ ਉਹਨਾਂ ਨੂੰ ਮੈਂ ਬੇਗੁਨਾਹ ਕੀਤਾ, ਅਨੇਕਾਂ ਜਿਹੜੇ ਗੁਨਾਹਗਾਰ ਸੀ ਉਹਨਾਂ ਨੂੰ ਮੈਂ ਗੁਨਾਹ ਦੇ ਲਿਆ ਕੇ ਉਹਨਾਂ ਨੂੰ ਮੈਂ ਐਕਿਊਜ਼ਡ ਨੂੰ ਉਹਨਾਂ ਨੂੰ ਮੈਂ ਛੱਡਿਆ ਨਹੀਂ। ਜੋ ਮੈਂ ਮੇਰੇ ਕੋਲ ਜੋ ਮੇਰੀ ਤਫਤੀਸ਼ ਸੀ ਉਦੋਂ ਮੈਂ ਸੱਚਾਈ ਦੇ ਉੱਤੇ ਲਿਆ ਕੇ ਖੜਾ ਕੀਤਾ, ਔਰ ਉਹਨਾਂ ਦੇ ਉੱਤੇ ਮੈਂ ਇਹ ਸਮਝਦਾ ਮੈਂ ਮੇਰੀ ਤਸੱਲੀ ਹੈ ਕਿ ਮੈਂ ਇਸ ਕੇਸ ਦੇ ਵਿੱਚ ਸੱਚ ਨੂੰ ਸੱਚ ਕੱਢ ਕੇ ਰੱਖਿਆ। ਤੁਸੀਂ ਤੁਹਾਨੂੰ ਇਹ ਕੇਸ ਦੇਣ ਦੀ ਵਜ੍ਹਾ ਕੀ ਹੈ? ਉਸ ਵੇਲੇ ਇਹੀ ਸੀ ਕਿ ਤੁਸੀਂ ਗੁਰਸਿੱਖ ਅਫਸਰ ਹੋ ਜਾਂ ਕੋਈ ਹੋਰ ਵੀ ਸੀ? ਦੇਖੋ ਆਇਆ ਮੇਰਾ ਇੱਕ ਲੰਬਾ ਸਫ਼ਰ ਰਿਹਾ ਤਫਤੀਸ਼ਾਂ ਦਾ, ਮੈਨੂੰ ਚਾਹੇ ਉਹ ਅੱਤਵਾਦੀਆਂ ਸੀ ਚਾਹੇ ਉਹ ਹੋਰ ਕੇਸਿਸ ਸੀ, ਬੜੇ ਔਖੇ ਔਖੇ ਕੇਸਿਸ ਮੈਨੂੰ ਮੌਕਾ ਮਿਲਦਾ ਰਿਹਾ ਤਫਤੀਸ਼ ਕਰਨ ਦਾ, ਅਤੇ ਅੱਡ ਅੱਡ ਸਰਕਾਰਾਂ ਬਹੁਤ ਹੀ ਯੰਗ ਸਰਵਿਸ 'ਚ ਮੈਨੂੰ SSP ਤਰਨ ਤਾਰਨ, ਮੇਰੀ ਟੋਟਲ ਨੌਕਰੀ 3 ਸਾਲ ਸੀ ਜਦ ਮੈਨੂੰ SSP ਤਰਨ ਤਾਰਨ ਲਾਇਆ ਗਿਆ ਸੀ। ਠੀਕ ਹੈ। ਤਰਨ ਤਾਰਨ, ਮਜੀਠਾ, ਬਟਾਲਾ ਜਿਹੜਿਆਂ ਕਿ ਅੱਤਵਾਦ ਪ੍ਰਭਾਵਿਤ ਜ਼ਿਲ੍ਹੇ ਸੀ, ਉਹਨਾਂ ਦੇ ਵਿੱਚ ਮੈਨੂੰ ਬਾਰਡਰ ਦੇ ਉੱਤੇ ਪਾਕਿਸਤਾਨ ਦੇ ਨਾਲ ਲਾ ਕੇ ਰੱਖਿਆ ਗਿਆ, ਅਤੇ ਉਸ ਤੋਂ ਬਾਅਦ ਉਹ ਮੇਰਾ ਤਜਰਬਾ ਸੀ। ਰੋਪੜ ਦੇ ਵਿੱਚ 300 ਸਾਲੇ ਵੇਲੇ ਮੈਂ ਰਿਹਾ ਅਤੇ ਕੁਛ ਦਿਨ ਪਹਿਲਾਂ ਹੀ ਬਦਲਤਾ ਗਿਆ ਸੀ। ਫਿਰ ਮੁਕਤਸਰ, ਮੋਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ, ਤਾਂ ਉਹ ਮੇਰੇ ਤਜਰਬਾ ਸੀ। ਉਸ ਤਜਰਬੇ ਦੇ ਬੇਸ ਦੇ ਉੱਤੇ ਮੈਨੂੰ ਜਦ 2012-15 ਤੱਕ ਮੈਂ ਵਿਜੀਲੈਂਸ 'ਚ ਰਿਹਾ ਸੀ। ਠੀਕ ਹੈ। ਅਤੇ ਵਿਜੀਲੈਂਸ ਵੀ ਵਧੀਆ ਕੇਸਿਸ ਮੈਂ ਜੋ ਆਪਣੀ ਮਿਹਨਤ ਮੁਸ਼ੱਕਤ ਕਰਦਾ ਸੀ ਉਹ ਕੀਤੇ ਸੀ, ਅਤੇ ਅਲਟੀਮੇਟਲੀ 13-12 ਅਕਤੂਬਰ ਨੂੰ ਮੇਰੇ ਸ਼ਾਇਦ ਔਡਰ ਨਿਕਲੇ ਸੀ, 13 ਨੂੰ ਮੈਂ ਜਾ ਕੇ ਉੱਥੇ ਜੁਆਇਨ ਕੀਤਾ ਸੀ, ਅਤੇ 13 ਨੂੰ ਸਾਰੀ ਰਾਤ, ਮਤਲਬ 13 ਨੂੰ ਮੈਂ ਜੁਆਇਨ ਕੀਤਾ 10-11 ਵਜੇ, ਜੋ ਸੈਰੀਮੋਨੀਅਲ DIG ਨੂੰ ਦਿੱਤਾ ਜਾਂਦਾ ਜੁਆਇਨਿੰਗ ਕਰੀ, ਗਾਰਡ ਆਫ ਆਨਰ ਕੀਤਾ, ਜਾਂ ਮੈਂ ਹਾਲੇ ਕੁਰਸੀ 'ਤੇ ਬੈਠਿਆ, ਔਲਰੇਡੀ ਫਸਟ ਡੇ ਕੋਟਕਪੂਰੇ ਹੋ ਚੁੱਕਿਆ ਸੀ। ਠੀਕ ਹੈ। ਤਾਂ ਮੈਂ ਜਦ ਬੈਠਿਆ ਤਾਂ ਮੈਨੂੰ ਉਸੇ ਟਾਈਮ ਉੱਥੇ ਵਾਇਰਲੈਸ ਆਈ ਕਿ ਇੱਕ ਪਾਸੇ ਤਾਂ ਕੋਟਕਪੂਰਾ ਇੰਸੀਡੈਂਟ ਚੱਲ ਰਿਹਾ ਸੀ, ਬਰਗਾੜੀ ਦੇ ਅੰਗਾਂ ਦੇ ਬਾਅਦ ਪ੍ਰਦਰਸ਼ਨ ਹੋ ਰਿਹਾ, ਇੱਕ ਪਹਿਲੇ ਦਿਨ ਤਾਂ ਹੋ ਚੁੱਕਿਆ ਸੀ, ਦੁਬਾਰਾ ਬੈਠ ਗਏ ਸੀ। ਪਹਿਲਾ ਪ੍ਰਦਰਸ਼ਨ 11-12 ਰਾਤ ਸੀ, 12 ਨੂੰ ਸ਼ਾਮ ਨੂੰ ਕੋਟਕਪੂਰਾ 'ਚ ਲੋਕ ਸਿੱਖ ਸੰਗਤਾਂ ਬੈਠ ਗਈਆਂ ਸੀ। ਠੀਕ ਹੈ। ਪਰ ਉਸ ਦਿਨ ਰਾਤ ਨੂੰ ਚਲੇ ਗਏ ਸੀ, 13 ਨੂੰ ਸਵੇਰੇ ਫਿਰ ਆ ਗਏ ਸੀ।
ਤਾਂ ਮੈਂ ਬਠਿੰਡੇ ਜੁਆਇਨ ਕਰ ਰਿਹਾ ਅਤੇ ਮੇਰੀ ਜੁਆਇਨਿੰਗ ਦੇ ਮੀਡੀਆ ਬਾਰੇ ਮੈਨੂੰ ਉੱਥੇ ਵਾਇਰਲੈਸ ਆਉਂਦੀ ਆ ਕਿ ਤਲਵੰਡੀ ਸਾਬੋਂ ਤਖ਼ਤ ਸਾਹਿਬ ਦੇ ਉੱਤੇ ਅਟੈਂਪਟ ਹੋਇਆ ਜ ਲੋਕ ਤੋੜਿਆ ਗਿਆ ਉੱਤੇ ਜਿੱਥੇ ਸ਼ਸਤਰ ਹੁੰਦੇ ਨੇ ਜਿੱਥੇ ਸ਼ੀਸ਼ਾ ਸਾਹਿਬ ਹੁੰਦਾ ਤਾਂ ਮੈਂ ਇਸ ਚੀਜ਼ ਨੂੰ ਬੜਾ ਸੀਰੀਅਸ ਲੈ ਕੇ ਮੈਂ ਫਟਾਫਟ ਛੱਡ ਕੇ ਸਰ ਮੈਂ ਤਲਵੰਡੀ ਸਾਬੋਂ ਪਹੁੰਚਿਆ ਕਿਉਂਕਿ ਹਾਲੇ SSP ਨਵਾਂ ਪਹਿਲਾਂ ਬਦਲ ਗਿਆ ਨਵਾਂ ਜੁਆਇਨ ਕਰ ਰਿਹਾ ਸੀ ਉਦੋਂ ਤੱਕ ਤੁਹਾਡੀ ਬਤੌਰ DIG ਪ੍ਰਮੋਸ਼ਨ ਨਹੀਂ ਹੋਈ ਸੀ ਨਾ ਪ੍ਰਮੋਸ਼ਨ ਹੋ ਗਈ ਸੀ ਮੈਂ ਪ੍ਰਮੋਟ ਹਰ ਕੇ ਪਹਿਲਾ ਦਿਨ ਜੁਆਇਨ ਕਰ ਰਿਹਾ ਜੁਆਇਨ ਕਰ ਰਿਹਾ ਜਿਹੜਾ ਠੀਕ ਹੈ ਮਤਲਬ ਬਾਜੇ ਵਜਾਉਂਦੇ ਹੁੰਦੇ ਜਾਂ ਮਤਲਬ ਗਾਰਡ ਆਫ ਆਨਰ ਕਰਕੇ ਕੁਰਸੀ ਜਾਂ ਮੈਂ ਜੁਆਇਨਿੰਗ ਲਿਖੀ ਆ ਤਾਂ ਇਹ ਵਾਇਰਲੈਸ ਆ ਗਈ ਠੀਕ ਹੈ ਮੈਂ ਭੱਜਿਆ ਤਖ਼ਤ ਸਾਹਿਬ 'ਤੇ ਗਿਆ ਤਖ਼ਤ ਸਾਹਿਬ ਦੇ ਉੱਤੇ ਮੈਨੂੰ ਜਥੇਦਾਰ ਸਾਹਿਬ ਮਿਲੇ ਮੈਨੇਜਰ ਮਿਲਿਆ ਉੱਥੇ ਮੌਕਾ ਦੇਖਿਆ ਟੱਚ ਵੁੱਡ ਇਹ ਸੀ ਅਟੈਂਪਟ ਹੋਈ ਸੀ ਪਹਿਲਾਂ ਲੋਕ ਤੋੜ ਲਿਆ ਸੀ ਪਰ ਉਸ ਤੋਂ ਅੱਗੇ ਕੁਛ ਨਹੀਂ ਕਰ ਸਕੇ ਸੀ ਤੋ ਦੈਟ ਮੀਨਸ ਜਿਹੜਾ ਮਹਾਰਾਜ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਤਲਵਾਰ ਬੰਦੂਕ ਸੀ ਹੋਰ ਸਾਰਾ ਐਵਰੀਥਿੰਗ ਵਾਜ਼ ਇੰਟੈਕਟ ਤੋ ਅਸੀਂ ਮੈਂ ਉੱਥੇ ਪਹੁੰਚੇ ਉੱਥੇ ਜਾ ਕੇ ਅਸੀਂ ਉੱਦਣ ਮੈਂ ਉਹਨਾਂ ਨੂੰ ਬੁਲਾ ਕੇ ਪਰਚਾ ਦਰਜ ਕਰਾਇਆ ਠੀਕ ਹੈ ਅਤੇ ਮੈਨੂੰ ਉੱਥੇ ਖੜ੍ਹੇ ਖੜ੍ਹੇ ਉੱਥੋਂ ਮੈਨੂੰ ਬੁਲਾ ਲਿਆ ਗਿਆ ਐਟ ਕੋਟਕਪੂਰਾ ਜੀ ਜਿਹੜੇ ਸਾਡੇ IG ਸੀ ਜਤਿੰਦਰ ਜੈਨ ਸਾਹਿਬ ਉਹਨਾਂ ਨੇ ਕਿਹਾ ਜੀ ਇੱਥੇ ਆ ਕੇ ਮਿਲ ਚਲੋ ਮੈਂ ਸਾਰੀ ਜਗ੍ਹਾ ਨਾਕੇ ਲੱਗੇ ਹੋਏ ਸੀ ਸਾਰੀ ਜਗ੍ਹਾ ਧਰਨੇ ਲੱਗੇ ਹੋਏ ਸੀ ਹੌਲੀ ਹੌਲੀ ਮੈਂ ਸ਼ਾਮ ਤੱਕ ਉੱਥੇ ਪਹੁੰਚਿਆ ਅਤੇ ਹੋਲ ਨਾਈਟ ਮੈਂ ਤੁਸੀਂ ਮੇਰੀਆਂ TV 'ਚ ਵੀ ਦੇਖੀ ਹੋਣਗੀਆਂ ਮੈਂ ਪ੍ਰਸ਼ਾਸਨ ਲੋਕਲ ਪ੍ਰਸ਼ਾਸਨ ਕਿਉਂਕਿ DIG ਫਿਰੋਜ਼ਪੁਰ ਰੇਂਜ ਦਾ ਇਲਾਕਾ ਸੀ IG 1 ਸੀ SSP ਫਰੀਦਕੋਟ ਸੀ ਅਤੇ ਮੈਂ ਪ੍ਰਸ਼ਾਸਨ ਅਤੇ ਧਰਨਾਕਾਰੀਆਂ ਦੇ ਵਿੱਚ ਸਾਰੀ ਰਾਤ ਹੱਥ ਜੋੜ ਕੇ ਕਰਦਾ ਰਿਹਾ ਤੁਹਾਡੀਆਂ ਵੀਡੀਓਜ਼ ਨੇ ਉਹ ਸਾਰੀਆਂ ਸਾਹਮਣੇ ਅਸੀਂ ਦੇਖੀਆਂ 13 ਰਾਤ ਦੀ ਗੱਲ ਹੈ ਕਿ ਤੁਸੀਂ ਕਾਫੀ ਦੇਰ ਉਹਨਾਂ ਨੂੰ ਮਨਾਉਂਦੇ ਰਹੇ ਹੋਲ ਨਾਈਟ ਮੈਂ ਗੱਲ ਕਰਦੇ ਰਹੇ ਤੁਸੀਂ ਉਸ ਵੀਡੀਓਜ਼ 'ਚ ਬੈਠੇ ਹੋ ਮੈਂ ਆਪਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਠੀਕ ਹੈ ਮੈਨੂੰ ਕਈ ਲੋਕਾਂ ਨੇ ਉਹਦੇ 'ਚ ਕ੍ਰਿਟੀਸਾਈਜ਼ ਵੀ ਕੀਤਾ ਕਰਿਆ ਪਰ ਉਹ ਮੇਰੇ ਝੋਲੀ ਮੈਂ ਧੰਨਵਾਦ ਬਟ ਮੈਂ ਇਸ ਗੱਲ ਦਾ ਅੱਜ ਵੀ ਸੈਟੀਸਫਾਈਡ ਹਾਂ ਕਿ ਰਾਤ 11 ਵਜੇ ਤੋਂ ਲੈ ਕੇ ਸਵੇਰੇ 6:30 ਤੱਕ ਮੈਂ ਉਹਨਾਂ ਦੇ ਨਾਲ ਇੰਗੇਜ ਰਿਹਾ ਉਹਨਾਂ ਦੇ ਨਾਲ ਗੱਲਬਾਤ ਕਰਦਾ ਰਿਹਾ ਉਸ ਗੱਲਬਾਤ ਦਾ ਨਤੀਜਾ ਇਹ ਸੀ ਕਿ 100% ਬੱਚੇ ਅਤੇ ਲੇਡੀਜ਼ ਸਵੇਰੇ 4:30 ਤੱਕ ਉੱਥੋਂ ਅਸੀਂ ਇਵੈਕੂਏਟ ਕਰਤੇ ਸੀ ਡਿਫਰੈਂਟ ਪੁਲਿਸ ਲਾਈਨਸ ਦੇ ਵਿੱਚ ਜਿੱਥੇ ਉਹਨਾਂ ਨੇ ਇਨਸਿਸਟ ਕੀਤਾ ਸੀ ਸਾਨੂੰ ਉਹ ਕੀਤਾ ਜਾਵੇ ਅਰੈਸਟ ਪਾਈ ਜਾਣ ਅਤੇ ਜਿਸ ਟਾਈਮ ਸਵੇਰੇ 6:30 ਜਦ ਸਾਡੀਆਂ ਟੋਕਸ ਫੇਲ ਹੋ ਗਈਆਂ ਅਤੇ ਮੈਂ ਪਿੱਛੇ ਹਟ ਗਿਆ ਉਸ ਤੋਂ ਬਾਅਦ ਉੱਥੇ ਜਿਹੜਾ ਡਾਂਗ ਸੋਟਾ ਹੋਇਆ ਲੜਾਈ ਹੋਈ ਗੋਲੀ ਚੱਲੀ ਉਸ ਤੋਂ ਬਾਅਦ ਹੋਈ ਹੈ ਅਤੇ ਉਹਦੇ ਵਿੱਚ ਮੇਰਾ ਕੀ ਰੋਲ ਆ ਸਾਰੀ ਦੁਨੀਆ ਨੂੰ ਪਤਾ ਮੈਂ ਤਾਂ ਹੱਥ ਜੋੜ ਕੇ ਪਿੱਛੇ ਖੜ ਗਿਆ ਸੀ ਅਤੇ ਸਬਸੀਕੁਐਂਟਲੀ 9:30-9:10 ਸਾਨੂੰ ਪਤਾ ਲੱਗਿਆ ਬਹਿਬਲ ਗਲਾਂ ਚੋਲੀ ਚੱਲ ਗਈ ਉਹਦੇ 'ਚ 2 ਸਿੰਘ ਸ਼ਹੀਦ ਹੋ ਗਏ ਉਸ ਕਰਕੇ ਸਿਚੁਏਸ਼ਨ ਸਾਰੀ ਸੀ ਮੈਂ ਉੱਥੇ ਹੀ ਸੀ ਅਤੇ ਮੇਨ ਇਸ਼ੂ ਕੀ ਆਇਆ ਜਿੱਥੋਂ ਆਉਣਾ ਮੈਂ ਕਿਵੇਂ ਵਿੱਚ ਆਉਣਾ ਤਾਂ ਇਸ ਸਮੇਂ ਤੱਕ ਜੋ ਅੰਗ ਬਰਗਾੜੀ ਤੋਂ ਦੀਆਂ ਗਲੀਆਂ 'ਚੋਂ 12 ਤਰੀਕ ਸਵੇਰੇ 71 ਕੀਤੇ ਗਏ ਅਤੇ ਗੁਰਦੁਆਰਾ ਸਾਹਿਬ ਲੈ ਆਉਂਦੇ ਗਏ ਉਹ ਅੰਗ ਜਦ ਬਰਗਾੜੀ ਤੋਂ ਚੱਕ ਕੇ ਕੋਟਕਪੂਰਾ ਚੌਂਕ 'ਚ 12 ਸ਼ਾਮ ਨੂੰ ਪਹੁੰਚ ਗਏ ਅਤੇ ਜਿਸ ਟਾਈਮ ਉਹ ਅੰਗ 12 ਸ਼ਾਮ ਨੂੰ ਜਦ ਇਸ ਉਹਨਾਂ ਨੂੰ ਇਹਨਾਂ ਦੇ ਖਿਲਾਫ਼ ਉਸ ਸਮੇਂ ਦੇ ਉਹਨਾਂ ਨੇ ਕਰਿਆ ਐਕਸ਼ਨ ਲਿਆ ਤਾਂ ਉਹ ਅੰਗ ਵੀ ਉੱਥੋਂ ਗਾਇਬ ਹੋ ਗਏ ਸੀ ਅਤੇ ਉਹ ਅੰਗ ਲੱਭਣ ਮਤਲਬ ਇੱਧਰ ਇਹ ਚੱਲ ਰਿਹਾ 14 ਤਰੀਕ ਨੂੰ ਅੰਗ ਨਹੀਂ ਮਿਲੇ ਹੈਗੇ ਲੋਕ ਪ੍ਰੈਸ਼ਰ ਪਾ ਰਹੇ ਨੇ ਕਿ ਸਾਡਾ ਸਾਨੂੰ ਜਿਹੜਾ ਇਨਸਾਫ਼ ਦੋ ਸਾਡੇ ਦੋਸ਼ੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਚੋਰੀ ਕੀਤਾ ਦੇਖਣ ਡਿਆ ਆ ਪਾੜੇ ਅੰਗ ਪਾੜੇ ਉਹਨਾਂ ਨੂੰ ਫੜੋ ਤਾਂ ਇਹ ਸਿਚੁਏਸ਼ਨ ਦੇ ਵਿੱਚ ਮੈਂ
ਸੀ ਅਤੇ ਅਸੀਂ ਉਹਦੇ ਵਿੱਚੋਂ ਹੀ ਪਹਿਲੀ ਜਿਹੜਾ ਇਨੀਸ਼ੀਅਲ ਇਨਫੋਰਮੇਸ਼ਨ ਸੀ ਉਹ ਮੈਨੂੰ ਵਾਰ ਵਾਰ ਕਹਿਣ ਦੀ ਲੋੜ ਨਹੀਂ ਹੈ ਜਿਹੜੀ ਖਾਲਸਾ ਬ੍ਰਦਰਸ ਵਾਲੇ ਪਾਸੇ ਗਈ ਕਿਉਂਕਿ ਉਹਨਾਂ ਦੀ ਇੱਕ ਰਿਕਾਰਡਿੰਗਸ ਪੁਲਿਸ ਨੇ ਇੰਟੈਲੀਜੈਂਸ ਨੇ ਆਪਣੇ ਆਪਣੇ ਕੀਤੇ ਹੋਏ ਸੀ ਉਹ ਰਿਕਾਰਡਿੰਗਸ ਕਰੀਆਂ ਉਹਦੇ ਤਹਿਤ ਉਹ ਪਹਿਲੇ ਬੰਦੇ ਸੀ ਜਿਨ੍ਹਾਂ ਨੂੰ ਇਸ ਕੇਸ ਦੇ ਵਿੱਚ ਬੁਲਾਇਆ ਗਿਆ ਤਫਤੀਸ਼ ਸ਼ੁਰੂ ਹੋਈ ਉਹ ਤਫਤੀਸ਼ ਚੱਲ ਕੇ ਉਹ 15-20 ਦਿਨ ਤੱਕ ਚੱਲੀ ਬਟ 17 ਤਰੀਕ ਨੂੰ ਪਹਿਲੀ ਸਿੱਟ ਬਣੀ ਉਹਦੇ ਵਿੱਚ ਮੈਨੂੰ ਇਹ ਫਿਰ ਕੇਸਿਸ ਦੇ ਤੇ ਬਟ ਪ੍ਰੈਸ਼ਰ ਰਿਹਾ ਸਰਕਾਰ 'ਤੇ ਕਿ ਜੀ ਅਸੀਂ ਵੀ ਕਿਉਂਕਿ ਲੋਕਾਂ ਉਸ ਸਮੇਂ ਸਰਕਾਰ ਅਤੇ ਪੁਲਿਸ ਲੋਕਾਂ ਤੋਂ ਆਪਣਾ ਜਿਹੜਾ ਭਰੋਸਾ ਗਵਾ ਚੁੱਕੇ ਸੀ ਠੀਕ ਹੈ ਜੋ ਵੀ ਕੋਟਕਪੂਰਾ ਗੋਲੀਕਾਂਡ ਤੋਂ ਬਾਅਦ ਹੀ ਮੈਂ ਤੁਸੀਂ ਐਡ ਕਰੋਗੇ ਮੈਂ ਥੋੜ੍ਹੇ ਕਰ ਲਵਾਂ ਕਿ ਤੁਹਾਡੇ ਕੋਲ 17 ਤਰੀਕ ਨੂੰ ਇਨਵੈਸਟੀਗੇਸ਼ਨ ਆ ਗਈ ਇਸਦੀ ਅਗਰ ਮੈਂ ਗਲਤ ਨਹੀਂ ਤਾਂ ਬੇਅਦਬੀ ਕੇਸ 1 ਨਵੰਬਰ 2015 ਨੂੰ CBI ਨੂੰ ਟ੍ਰਾਂਸਫਰ ਕਰ ਦਿੱਤੇ ਗਏ ਫਿਰ ਤੁਸੀਂ ਕਿਵੇਂ ਇਨਵੈਸਟੀਗੇਟ ਕਰਦੇ ਰਹੇ ਇਹਨਾਂ ਕੇਸਿਸ ਦੇਖੋ ਆਏ ਹਾਂ ਇਹ 5 ਕੇਸਿਸ ਸੀ ਇੱਕ ਗੱਲ ਆਪਾਂ ਮੰਨ ਕੇ ਚੱਲੀਏ ਜਦ ਆਪਾਂ ਕਹਿੰਦੇ ਜਿਵੇਂ ਟਾਰਗੇਟ ਕਿਲਿੰਗ ਸੀ ਠੀਕ ਹੈ ਇਵੇਂ ਇਹ ਜਿਹੜਾ ਕੇਸਿਸ ਸੀ 5 ਇਹ ਟਾਰਗੇਟਡ ਬੇਅਦਬੀਜ਼ ਨੇ ਠੀਕ ਹੈ ਇਹਨਾਂ ਦਾ ਮੋਡਸ ਅਪਰੈਂਡਾਈ ਮਤਲਬ ਤਰੀਕਾ ਕਰਨ ਦਾ ਇੱਕ ਸੀ ਬਰਗਾੜੀ ਬਾਜਾ ਇੱਕ ਪਾਸੇ ਬਾਜਾ ਕਹਿੰਦਾ ਇੱਕ ਪਾਸੇ ਕੋਟਕਪੂਰਾ ਇੱਕ ਪਾਸੇ ਬਰਗਾੜੀ ਅਤੇ ਇੱਕ ਪਾਸੇ ਆ ਜਿਹੜਾ ਗੁਰਜਵਾਲ ਸਿੰਘ ਵਾਲਾ ਦਾ ਪਿੰਡ ਹੈ ਆ ਜਿਹੜਾ ਬਾਘਾ ਪੁਰਾਣਾ ਇਹ ਚਾਰਾਂ ਸਿਟੀਜ਼ ਦੇ ਵਿੱਚ ਜਿਹੜਾ ਚੌਰਸਤਾ ਬਣਦਾ ਇਹਦੇ ਵਿੱਚ ਬੁਰਜਵਾਰ ਸਿੰਘ ਵਾਲਾ ਪਿੰਡ ਹੈ ਇਹਦੇ ਨਾਲ ਬਰਗਾੜੀ ਹੈ ਇਹਦੇ ਨਾਲ ਮਲਕ ਹੈ ਅਤੇ ਇੱਧਰਲੇ ਪਾਸੇ ਗੁਰੂ ਸਰ ਭਗਤ ਹੈ ਗੁਰੂ ਸਰ ਤੋ ਦੀਜ਼ ਆਰ ਦਾ 5 ਏਰੀਆ 5 ਇਹ ਮਿਥ ਕੇ ਇਸ ਗਰੁੱਪਾਂ ਨੇ ਮੈਂ ਕਹਿਣ 'ਚ ਮੈਨੂੰ ਕੋਈ ਇਤਰਾਜ਼ ਨਹੀਂ ਯਾਰ ਮੇਰੀ ਤਫਤੀਸ਼ ਦਾ ਹਿੱਸਾ ਨੇ ਕਿ ਪ੍ਰੇਮੀਆਂ ਨੇ ਇਹ ਮਿਥ ਕੇ ਸਿੱਖ ਧਰਮ ਨੂੰ ਕੌਮ ਨੂੰ ਸਬਕ ਸਿਖਾਉਣ ਦੇ ਲਈ ਇਹ ਕੇਸਿਸ ਜਿਹੜੀ ਮੇਰੀ ਤਫਤੀਸ਼ ਦਾ ਐਸੈਂਸ ਹੈ ਇਹ ਕੇਸਿਸ ਨਹੀਂ ਫਿਰ 5 ਕੀਤੇ ਨੇ ਫਿਰ CBI ਨੂੰ 5 ਕਿਉਂ ਨਹੀਂ ਦਿੱਤੇ CBI ਨੂੰ 3 ਦਿੱਤੇ ਗਏ ਤੁਸੀਂ ਮੈਂ ਉੱਥੇ ਹੀ ਆਉਣਾ ਕਿ ਤੁਸੀਂ ਇਨਵੈਸਟੀਗੇਟ ਕਰ ਰਹੇ ਸੀਗੇ ਗੁਰੂ ਸਾਹਿਬ ਤੇ ਮਲਕੇ ਮਲਕੇ ਵਾਲਾ ਮੈਂ ਉੱਥੇ ਹੀ ਆਉਣਾ ਉਸ ਟਾਈਮ ਤੱਕ ਤਾਂ 5 ਕਰ ਰਿਹਾ ਸੀ ਕਿਉਂਕਿ 5 ਹੋਏ ਇਹ ਤਾਂ 4 ਨਵੰਬਰ ਨੂੰ ਹੋਇਆ ਮਲਕੇ ਵਾਲਾ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਜਵਾਬ ਦੇ ਦਾਂ ਦੇਖੋ ਜੇ ਮੋਟੇ ਮੋਟੇ ਮੈਂ ਤੁਹਾਡੇ ਮੋਟੀਆਂ ਗੱਲਾਂ ਦੱਸਦਾ ਡੇਟ ਲਾਈਨ ਕੀ ਹੈ 1 ਜੂਨ ਗੁਰੂ ਗ੍ਰੰਥ ਸਾਹਿਬ ਚੋਰੀ ਹੁੰਦਾ 2015 ਨੂੰ ਬੁਰਜਵਾਰ ਸਿੰਘ ਵਾਲਾ ਤੋਂ ਬੁਰਜਵਾਰ ਸਿੰਘ ਵਾਲਾ 24 ਸਪਟੈਂਬਰ 25 ਸਪਟੈਂਬਰ ਨੂੰ ਬੁਰਜਵਾਰ ਸਿੰਘ ਵਾਲਾ ਅਤੇ ਬਰਗਾੜੀ ਇਹਨਾਂ 'ਤੇ ਪੋਸਟਰ ਲੱਗਦੇ ਆ ਠੀਕ ਹੈ ਬਟ ਇਹਦਾ ਮੇਰੇ ਨਾਲ ਲਿੰਕ ਨਹੀਂ ਉਸ ਟਾਈਮ 'ਤੇ ਮਾਫ਼ੀ ਵੀ 24 ਸਪਟੈਂਬਰ ਨੂੰ ਹੁੰਦੀ ਹੈ ਜਿਹੜੀ ਮਾਫ਼ੀ 11-12 ਅਕਤੂਬਰ ਰਾਤ ਨੂੰ ਬਰਗਾੜੀ ਦੇ ਵਿੱਚ ਬੁਰਜਵਾਰ ਸਿੰਘ ਵਾਲਾ ਬੀੜ ਦੇ ਅੰਗ ਖੰਡਾਏ ਜਾਂਦੇ ਨੇ 19-20 ਅਕਤੂਬਰ ਨੂੰ ਗੁਰੂ ਸਰ ਭਗਤਾ ਥਾਣਾ ਦਿਆਲਪੁਰ ਜਿਹੜਾ ਕਿ ਵਿਸਨੀ ਦਿੱਤਾ ਉਸ ਗੁਰੂ ਘਰ ਦੇ ਵਿੱਚ ਅੰਗ ਪਰ ਉਹ ਬੀੜ ਨਹੀਂ ਹੈ ਇਹ ਬੀੜ ਅੱਡ ਹੈ ਜਿਹੜਾ ਕਿ ਸਬਸੀਕੁਐਂਟਲੀ ਪਾਉਂਦਾ ਉੱਥੇ ਇਹ ਬੇਅਦਬੀ ਬੇਅਦਬੀ ਗੁਰੂ ਸਰ ਭਗਤ 19-20 ਅਕਤੂਬਰ ਜਿਹੜੀ 5ਵੀਂ ਆ ਲਾਸਟ ਹੋਈ ਸੀ ਉਸ ਸਮੇਂ ਦੀ ਉਹ 4-5 ਨਵੰਬਰ ਨੂੰ ਮਲ ਕੇ ਹੋਈ ਆ ਜਿਹੜਾ ਕਿ ਥਾਣਾ ਸਮਾਲਸਰ ਜ਼ਿਲ੍ਹਾ ਮੋਗਾ ਪੈਂਦਾ ਠੀਕ ਹੈ ਤੋ ਇਹ 5 ਕੇਸਿਸ ਸੀ ਇਹਨਾਂ 5 ਕੇਸਿਸ ਦੀ ਅੰਡਰ ਪ੍ਰੈਸ਼ਰ ਗਵਰਨਮੈਂਟ ਨੇ 3 ਕੇਸ ਨੇ ਜਿਹੜੇ ਆਪਣਾ ਬਰਗਾੜੀ ਮਲ ਕੇ ਅਤੇ ਬਰਗਾੜੀ ਦੇ ਪੋਸਟਰ ਇਹ 3 CBI ਨੂੰ ਦੇਣ ਦਾ ਫੈਸਲਾ ਕਰ ਬੁਰਜਵਾਰ ਸਿੰਘ ਵਾਲਾ
ਬੁਰਜਵਾਰ ਸਿੰਘ ਵਾਲਾ, ਮਤਲਬ ਕਿ ਤੁਹਾਡੇ ਕੋਲ ਸੀ ਬੁਰਜਵਾਰ ਸਿੰਘ ਵਾਲਾ, ਪੋਸਟਰਸ ਬਰਗਾੜੀ ਤੇ ਅੰਗ ਖੰਡਾਉਣ ਵਾਲਾ ਬਰਗਾੜੀ, ਇਹ ਤਿੰਨੇ ਕੇਸ ਸੀਵੇਨ ਚਲੇ ਗਏ। ਠੀਕ ਹੈ। ਇਹ ਜਿਹੜਾ ਚੌਥਾ ਕੇਸ ਸੀ ਉਸ ਟਾਈਮ ਤੱਕ ਦਾ ਅਤੇ ਪੰਜਵਾਂ, ਇਹ ਮੈਂ ਸੁਖਬੀਰ ਜੀ ਨੂੰ ਰਿਕੁਐਸਟ ਕਰਕੇ, ਮੈਂ ਕਿਹਾ ਜੀ ਇਹ ਗੁਰੂ ਗ੍ਰੰਥ ਸਾਹਿਬ ਦਾ ਮਾਮਲਾ, ਇਹ ਪੰਥ ਅਤੇ ਗ੍ਰੰਥ ਦਾ ਮਾਮਲਾ, ਇਹ ਬਾਹਰਲੇ ਕਿਸੇ ਨੇ ਨਹੀਂ ਕਰਨਾ, ਕਾਇੰਡਲੀ ਇਹ ਕੇਸ ਰੱਖ ਲਓ, ਆਪਾਂ ਨੇ ਵੀ ਕੁਛ ਲੱਭਣੇ ਨੇ, ਲੱਭਣੇ ਤਾਂ ਆਪਾਂ ਨੂੰ ਹੀ ਪੈਣੇ ਨੇ। ਕਹਿੰਦੇ ਠੀਕ ਹੈ। ਤੋ ਦਿਸ ਇਜ਼ ਹਾਓ ਦੀਜ਼ ਕੇਸਿਸ, ਟੂ ਕੇਸਿਸ ਵਰ ਰਿਟੇਨਡ ਵਿਦ ਪੰਜਾਬ ਪੁਲਿਸ, ਅਤੇ ਇਹੀ ਇੱਕ ਸਾਡਾ ਸੀ ਜਿਨ੍ਹਾਂ ਦੇ ਉੱਤੇ ਮੈਂ ਤਫਤੀਸ਼ ਅੱਗੇ ਵਧਾਉਂਦਾ ਰਿਹਾ। ਇਹ 2015 ਦੇ ਵਿੱਚ ਤਿੰਨ ਕੇਸ ਚਲੇ ਗਏ ਸੀ ਬੀ ਆਈ ਦੇ ਕੋਲ, ਅਤੇ ਦੋ ਤੁਹਾਡੇ ਕੋਲ ਰਹਿ ਗਏ, ਗੁਰਸਰ ਭਗਤਾ ਦਾ ਅਤੇ ਦੂਜਾ ਮਲਕੇ ਦਾ। ਮੈਂ ਅੱਗੇ ਵਧਾਂ, ਪਰ ਜਿਹੜੀ ਤੁਹਾਡੀ ਇਨਵੈਸਟੀਗੇਸ਼ਨ ਚੱਲ ਰਹੀ ਸੀ, ਤੁਸੀਂ 2018 ਦੇ ਵਿੱਚ ਉਸਨੂੰ ਕੰਕਲੂਡ ਕੀਤਾ, ਮੈਂ ਪੂਰਾ ਪੁਆਇੰਟ ਦਰ ਪੁਆਇੰਟ ਸਮਝਣ ਦੀ ਕੋਸ਼ਿਸ਼ ਕਰਾਂਗਾ, ਪਰ ਤੁਹਾਡੇ ਉੱਤੇ ਇਲਜ਼ਾਮ ਲੱਗੇ ਕਿ ਤੁਸੀਂ 1.5 ਸਾਲ ਕੀਤਾ ਹੀ ਕੁਝ ਨਹੀਂ ਜਦੋਂ ਇਨਵੈਸਟੀਗੇਸ਼ਨ ਤੁਸੀਂ ਅੱਗੇ ਵਧਾ ਰਹੇ ਸੀਗੇ। ਤੁਸੀਂ ਪਹਿਲਾਂ ਇੱਕ ਥਿਊਰੀ ਜਿਹੜਾ ਰੁਪਿੰਦਰ ਖਾਲਸਾ ਸੀ ਜਾਂ ਖਾਲਸਾ ਬ੍ਰਦਰਸ ਦਾ ਜ਼ਿਕਰ ਕੀਤਾ, ਇੱਕ ਬੜਾ ਗੁੱਸਾ ਤੁਸੀਂ ਵੀ ਸੁਣਿਆ ਹੋਣਾ ਲਾਜ਼ਮੀ ਤੌਰ 'ਤੇ, ਬੜਾ ਗੁੱਸਾ ਲੋਕਾਂ ਨੇ ਕਰਿਆ ਕਿ ਸਿੱਖਾਂ ਦੇ ਉੱਤੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਲਜ਼ਾਮ ਲਗਾ ਦਿੱਤੇ ਗਏ, ਔਰ ਉਸਦੇ ਆਲੇ ਦੁਆਲੇ ਪੂਰੀ ਇਨਵੈਸਟੀਗੇਸ਼ਨ ਨੂੰ ਐੱਸ ਆਈ ਟੀ ਘੁਮਾਉਂਦੀ ਰਹੀ। ਦੇਖੋ, ਆਏ ਹਾਂ ਜਸ ਮੇਰੇ ਕੋਲ ਇਹ ਆਈ ਆ ਤਫਤੀਸ਼ ਜੀ, ਉਹ ਪਹਿਲੀ ਗੱਲ ਇਹ ਤਫਤੀਸ਼ ਉਹਨਾਂ ਦੀ ਅਰੈਸਟ ਨਹੀਂ ਹੋਈ, ਉਹਨਾਂ ਦੀ ਅਰੈਸਟ ਜਿਹੜੇ ਮੇਨ ਕੇਸਿਸ ਸੀ ਜਿਹੜਾ ਚੌਂਕ ਦੇ ਵਿੱਚ ਹੋਏ, ਜਿਹੜਾ ਹੋਇਆ ਇੱਕ ਕੇਸ ਦੇ ਵਿੱਚ ਇਹਨਾਂ ਨੂੰ ਬੁਲਾਇਆ ਗਿਆ ਜਿਹਨਾਂ 'ਚ ਅਰੈਸਟ ਪਾਈ ਗਈ। ਪਰ ਦੇਖੋ ਮੇਨ ਅਸੀਂ ਤਾਂ ਤਫਤੀਸ਼ ਨੇ ਤਾਂ ਜਿਵੇਂ ਜਿਵੇਂ ਕਲੂਜ਼ ਆਉਣਗੇ ਜਾਂ ਵਧੂ ਉਹਦੇ ਮੁਤਾਬਕ ਚੱਲਣਾ ਹੁੰਦਾ ਜੀ। ਹੁਣ ਇਨੀਸ਼ੀਅਲੀ ਫਸਟ ਸਟੈਪ 'ਤੇ ਹੀ ਜਿਹੜੀ ਉਹਨਾਂ ਦੀ ਆਪਸ ਦੇ ਵਿੱਚ ਸੀ, ਜੋ ਉਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਸੀ, ਜਿਹਦੇ ਵਿੱਚ ਇਹ ਸਮਝਿਆ ਗਿਆ ਵੀ ਉਹ ਅੰਗ ਜਾਂ ਪੂਰਾ, ਉਸ ਕਰਕੇ ਉਹਨਾਂ ਦਾ ਪੁੱਛਗਿੱਛ ਹੋਣਾ ਜ਼ਰੂਰੀ ਸੀ, ਕਿਉਂਕਿ ਅੱਜ ਜਦ ਪਹਿਲਾਂ ਸਾਨੂੰ ਅੰਗ ਜਿਹੜੇ ਸਾਡੀ ਪੁਲਿਸ ਦੀ ਕੇਸ ਪ੍ਰੋਪਰਟੀ ਸੀ, ਜਦ ਉਹੀ ਨਹੀਂ ਮਿਲ ਰਹੀ ਤਾਂ ਅੱਗੇ ਅੱਗੇ ਕੀ ਜਾਣਾ। ਅਤੇ ਉਹ ਉਹਨਾਂ ਕੋਲੋਂ ਮਤਲਬ ਲੋਕਲ ਪੁਲਿਸ ਨੇ ਜਿਵੇਂ ਵੀ ਉਹਨੂੰ ਕਰਵਾਇਆ, ਜਦ ਉਹ ਤਫਤੀਸ਼ ਆ ਗਈ, ਜਿਵੇਂ ਜਿਵੇਂ ਉਹ ਤਫਤੀਸ਼ ਦੇ ਵਿੱਚ ਆਏ ਤਾਂ ਉਹਨਾਂ ਨੂੰ ਬੇਗੁਨਾਹ ਵੀ ਕੀਤਾ ਗਿਆ। ਹੁਣ ਜਿਹੜੀ ਮਲਕੇ ਵਾਲਾ ਕੇਸ ਹੈ ਉਹਦੇ 'ਚ ਵੀ ਜਿਹੜੀ ਕੁਛ ਇਨੀਸ਼ੀਅਲ ਉਹ ਸੀ, ਉਹਦੇ 'ਚ ਦੋ ਸਾਡੇ ਜਿਹੜੇ ਨੇ ਧਰਮ ਪ੍ਰਚਾਰਕ, ਉਹ ਆਪਸ ਦੇ ਵਿੱਚ ਗੱਲਾਂ ਕਰ ਰਹੇ ਨੇ ਇਸ ਕਿਸਮ ਦੀਆਂ, ਲੂਜ਼ ਟੌਕ ਕਰ ਰਹੇ ਨੇ, ਜਿਹੜੀ ਕਿ ਬਾਅਦ 'ਚ ਪਤਾ ਲੱਗਿਆ ਨਾ, ਮੌਕੇ ਦੀ ਮੌਕੇ ਤਾਂ ਹੀ ਉਹ ਕਹਿੰਦਾ ਮੈਂ ਨਹੀਂ ਦਿੱਤੀ, ਉਹ ਕਹਿੰਦਾ ਤੂੰ ਦਿੱਤੀ, ਹੱਸ ਰਹੇ ਨੇ। ਤੋ ਮੈਂ ਸਾਡੀ ਤਾਂ ਇਨੀਸ਼ੀਅਲ ਤਾਂ ਉੱਧਰ ਹੀ ਜਾਣੀ ਸੀ ਥਰਸਟ। ਤੋ ਜੇ ਇਹ ਤਫਤੀਸ਼ ਅਸੀਂ ਇਸ ਔਰ ਫਿਰ ਅਸੀਂ ਇਹਨਾਂ ਨੂੰ ਬੜੇ ਇਲਾਕੇ ਦੇ ਵਿੱਚੋਂ ਅਸੀਂ ਹਰ ਵਰਗ ਦੇ ਲੋਕਾਂ ਨੂੰ ਕਰਿਆ, ਮੇਰੇ ਨਾਲ ਨਾ ਮੈਂ ਉਹਨਾਂ ਪਿੰਡਾਂ ਦੇ ਵਿੱਚੋਂ 250-300 ਬੰਦਿਆਂ ਨੂੰ ਬੁਲਾਇਆ, ਤਫਤੀਸ਼ਾਂ ਕਰੀਆਂ ਨੇ ਔਰ ਇਹਨਾਂ ਤਫਤੀਸ਼ਾਂ ਅੱਗੇ ਲਿਜਾਂਦਾ ਰਿਹਾ। ਔਰ ਇਸ ਦੇ ਵਿੱਚ ਇੱਕ ਸੈੱਟਬੈਕ ਸਾਡੀ ਜਿਹੜੀ ਸੀ, ਉਹ ਗੁਰਦੇਵ ਪ੍ਰੇਮੀ ਸਾਡੇ ਰਡਾਰ 'ਤੇ ਆਇਆ ਸੀ, ਪਰ ਅਨਫੋਰਚੁਨੇਟਲੀ ਉਹਨੂੰ ਜਾਂ ਫੋਰਚੁਨੇਟਲੀ ਆਈ ਕੌਂਟ ਸੇ ਦੈਟ, ਪਰ ਉਹਦੀ 11 ਜੂਨ ਨੂੰ ਕਿਲਿੰਗ ਹੋ ਗਈ, ਜਿਹਦੀ ਦੁਕਾਨ ਸੀ ਗੁਰਦੁਆਰਾ ਦੁਕਾਨ ਸੀ ਸਾਹਮਣੇ ਗੁਰਜਵਾਰ ਸਿੰਘ ਅਹਿਮ ਸਾਨੂੰ ਦੱਸ, ਉਦੋਂ ਅਸੀਂ ਸਮਝਦੇ ਅਸੀਂ ਉਹਦੇ ਆਲੇ ਦੁਆਲੇ ਦੇ ਹੋ ਰਹੇ ਸੀ ਜਦ ਤੱਕ ਵੀ ਆਪਾਂ ਇਹਨੂੰ ਵੀ ਕਰੀਏ ਇਹਦਾ ਵੀ ਕਰੀਏ, ਅਤੇ ਉਹਦੀ ਡੈਥ ਹੋ ਗਈ। ਹੁਣ ਉਹਦੀ ਡੈਥ ਦੇ ਵਿੱਚ ਉਹ ਕੇਸ ਵੀ ਸਾਨੂੰ ਮਿਲਿਆ, ਉਹਦੀ ਡੈਥ ਦੀ ਕੇਸ ਦੀ ਵੀ ਤਫਤੀਸ਼ ਅਸੀਂ ਕਰੀ ਲੱਭੀ ਆ। ਠੀਕ, ਪਰ ਉਸ ਟਾਈਮ ਦੇ ਉੱਤੇ ਡਬਲ ਮਾਈਂਡਡ ਸੀ ਵੀ ਯਾਰ, ਉਸ ਟਾਈਮ ਤੱਕ ਸਾਡਾ ਹੱਕ ਮਾੜਾ ਮੋਟਾ ਪ੍ਰੇਮੀਆਂ ਵੱਲ ਜਾਣ ਲੱਗ ਗਿਆ ਸੀ,
ਪਰ ਸਾਡੇ ਕੋਲ ਕੋਈ ਕਲੂ ਨਹੀਂ। ਕਿੰਨੀ ਦੇਰ ਬਾਅਦ ਤੁਹਾਡੀ ਤਫਤੀਸ਼ 'ਚ ਨਿਕਲ ਕੇ ਆਇਆ ਕਿ ਇਹ ਬੇਅਦਬੀ ਡੇਰੇ ਨੇ ਕਰਵਾਈ ਹੈ? ਦੇਖੋ, ਇਫ ਆਈ ਐਮ ਨੋਟ ਰੋਂਗ, 30 ਨਵੰਬਰ ਨੂੰ ਬਲਾਸਟ ਹੋਇਆ, 3 ਜਨਵਰੀ 2017 ਨੂੰ, ਚੋਣਾਂ ਤੋਂ 4 ਦਿਨ ਪਹਿਲਾਂ ਬਲਾਸਟ ਹੋਇਆ ਮੌੜ ਦਾ, ਠੀਕ ਹੈ। ਉਹ ਬਲਾਸਟ ਤੋਂ ਬਾਅਦ ਅਸੀਂ, ਮੈਂ ਦੁਬਾਰਾ, ਜਦ ਤੱਕ ਮੈਂ ਡੀ ਆਈ ਜੀ ਆਈ ਆਰ ਬੀ ਆ ਗਿਆ ਸੀ ਬਾਅਦ 'ਚ, ਮਾਰਚ ਦੇ ਅਪ੍ਰੈਲ ਦੇ ਮਹੀਨੇ ਮੇਰੇ ਕੋਲ ਇਨਫੋਰਮੇਸ਼ਨ ਆਉਣ ਲੱਗ ਗਈ ਸੀ, ਅਤੇ ਅਸੀਂ ਪ੍ਰੇਮੀਆਂ ਦੀਆਂ, ਕਿਉਂਕਿ ਉਸ ਬਲਾਸਟ ਦੇ ਵਿੱਚ ਕੁਛ ਜਿਹੜੇ ਸਕੈਚਸ ਸੀ, ਇੱਕ ਬੈਟਰੀ ਖਰੀਦਣ ਵਾਲੇ ਦੀ ਲੋਕੇਸ਼ਨ, ਬੈਟਰੀ ਵਿਕਣ ਵਾਲੀ ਲੋਕੇਸ਼ਨ ਸਰਸਾ ਆ ਗਈ ਸੀ, ਉਹਦੇ ਤੋਂ ਮੈਂ ਪ੍ਰੇਮੀਆਂ ਵਾਲੇ ਪਾਸੇ ਨੂੰ, ਔਰ ਮੈਂ ਉਸ ਸਮੇਂ ਦੇ ਡੀ ਜੀ ਪੀ ਸਾਹਿਬ ਅਰੋੜਾ ਸਾਹਿਬ ਸੀ, ਉਹਨਾਂ ਦੇ ਧਿਆਨ 'ਚ ਲਿਆਉਣਾ ਸ਼ੁਰੂ ਕਰਤਾ ਸੀ, ਅਤੇ ਅਸੀਂ ਇਹਨਾਂ ਦੀ ਪੈੜ ਇੱਧਰ ਨੂੰ ਨੱਪਣ ਸ਼ੁਰੂ ਕਰਤੀ ਸੀ। ਦਿਸ ਇਜ਼ ਹਾਊ ਵੀ ਸਟਾਰਟਡ, ਠੀਕ ਹੈ। ਅਤੇ ਇਸ ਚੀਜ਼ ਨੂੰ ਟਰੈਕਸ਼ਨ ਮਿਲੀ ਜਦੋਂ 25 ਅਗਸਤ ਨੂੰ ਬਾਬੇ ਦੀ ਅਰੈਸਟ ਹੁੰਦੀ ਹੈ, 44 ਬੰਦੇ ਪੰਚਕੂਲੇ 'ਚ ਮਾਰੇ ਜਾਂਦੇ ਨੇ ਅਤੇ ਸਾਰੇ ਭਗੌੜੇ ਹੋ ਜਾਂਦੇ ਨੇ, 2017 ਉਸ ਦਿਨ ਮੈਂ ਪਹਿਲਾ ਪ੍ਰੇਮੀ ਹਾਂ ਜਿਹੜਾ ਮਾਨਸਾ ਥਾਣੇ 'ਚ ਪੁੱਛਗਿੱਛ ਲਈ ਬੁਲਾਇਆ, ਪਹਿਲਾ ਦੂਜਾ ਉੱਥੋਂ ਪਹਿਲਾਂ ਹੀ ਬੁਲਾਇਆ ਸੀ, ਉਸ ਦਿਨ ਬੁਲਾ ਲਿਆ ਅਤੇ ਉੱਥੋਂ ਮੈਨੂੰ ਹਲਕਾ ਜਿਹਾ ਕਲੂ ਮਿਲ ਗਿਆ ਸੀ, ਮੇਰੀ ਤਸੱਲੀ ਹੋ ਗਈ ਸੀ, ਠੀਕ ਹੈ ਜੀ। ਅਤੇ ਸਬਸੀਕੁਐਂਟਲੀ ਡਿਊਰਿੰਗ ਟਾਰਗੇਟ ਕਿਲਿੰਗਸ, ਤਫਤੀਸ਼ ਦੇ ਦਰਮਿਆਨ, ਪਰ ਮੇਰਾ ਮੇਨ ਧਿਆਨ ਇੱਧਰ ਸੀ, ਕਿਉਂਕਿ ਟਾਰਗੇਟ ਕਿਲਿੰਗਸ ਵੀ ਸਾਨੂੰ ਮੇਰੀ ਸੈਟ ਨੂੰ ਮਿਲੀਆਂ ਸੀ, ਠੀਕ ਹੈ, ਤਾਂ ਮੇਰਾ ਧਿਆਨ ਇੱਧਰ ਹੈਗਾ ਸੀ। ਤਾਂ ਉਸ ਟਾਈਮ 'ਤੇ ਫਿਰ ਜਿਹੜਾ ਮੁੱਖ, ਜਿਹਨੂੰ ਹੁਣ ਆਪਾਂ ਕਹਿੰਦੇ ਗੋਪਾਲ ਕ੍ਰਿਸ਼ਨ, ਇਹਨਾਂ ਦਾ ਭੰਗੀ ਦਾਸ ਸੀ ਫਰੋਮ ਬਰਗਾੜੀ, ਉਹਨੂੰ ਮੈਂ ਪੁੱਛਗਿੱਛ ਲਈ ਬੁਲਾਇਆ ਸੀ ਅਤੇ ਉਹਨਾਂ ਦੇ ਵਿੱਚੋਂ ਸਾਨੂੰ ਇਹ ਤਾਂ ਗੱਲ ਕਲੀਅਰ ਹੋ ਗਈ ਸੀ ਕਿ ਕਾਗਜ਼ ਅਤੇ ਪੈੱਨ ਜਿਹਨਾਂ 'ਤੇ ਪੋਸਟਰ ਲਿਖੇ ਗਏ ਨੇ ਜੀ, ਇਹ ਬੰਦੇ ਦੀ ਦੁਕਾਨ ਤੋਂ ਵਿਕੇ ਵਿਕੇ ਦਿਸ ਇਜ਼ ਹਾਓ ਫਸਟ ਸਟੈਪਸ ਕੇਮ ਇਨ। ਅੱਛਾ ਖੱਟਰਾ ਸਾਹਿਬ, ਇਹਦੇ 'ਚ ਵਾਰ ਵਾਰ ਇੱਕ ਹੀ ਗੱਲ ਆਉਂਦੀ ਹੈ ਕਿ ਫਲਾਨਾ ਮੁੱਖ ਦੋਸ਼ੀ ਹੈ, ਫਲਾਨਾ ਮੁੱਖ ਦੋਸ਼ੀ ਹੈ, ਗੁਰਮੀਤ ਰਾਮ ਰਹੀਮ ਮੁੱਖ ਦੋਸ਼ੀ ਹੈ, ਪ੍ਰਦੀਪ ਕਲੇਰ ਪਿਛਲੇ ਦਿਨਾਂ 'ਚ ਆਇਆ ਸਾਹਮਣੇ, ਉਹ ਮੁੱਖ ਦੋਸ਼ੀ ਹੈ, ਮਹਿੰਦਰਪਾਲ ਬਿੱਟੂ ਹੈ, ਉਹਦੇ ਨਾਲ ਦੇ ਹੈ, ਅਸਲ ਮੁੱਖ ਦੋਸ਼ੀ ਕੌਣ ਹੈ ਤੁਹਾਡੀ ਤਫਤੀਸ਼ ਦੇ? ਦੇਖੋ, ਆਇਆ ਮੇਰੀ ਤਫਤੀਸ਼ 2018 'ਚ ਹੋ ਗਈ ਸੀ, ਮੈਂ ਆਪਣੀ ਤਫਤੀਸ਼ ਦੇ ਇਕੱਲੇ ਇਕੱਲੇ ਅੱਖਰ 'ਤੇ ਅੱਜ ਤੱਕ ਸਟੈਂਡ ਕਰਦਾ, ਔਰ ਉਸ ਤਫਤੀਸ਼ ਦੇ ਉੱਤੇ ਇੱਕ ਕੇਸ ਦੇ ਵਿੱਚ ਮੰਨ ਕੇ 'ਚ ਅਸੀਂ ਸਜ਼ਾ ਕਰਵਾ ਚੁੱਕੇ ਹਾਂ, ਕਨਵਿਕਸ਼ਨ ਹੋ ਚੁੱਕੀ ਹੈ, ਬਾਕੀ ਕੇਸ ਦੇ ਵਿੱਚ ਚਲਾਨ ਦੇ ਕੇ ਮੈਂ ਜੋ ਮੇਰੇ ਕੋਲ ਸੀ ਅਸੀਂ ਦੇ ਚੁੱਕੇ ਹਾਂ, ਠੀਕ ਹੈ। ਰਹੀ ਗੱਲ ਤੁਹਾਡੇ ਪਹਿਲ ਦੇ ਤੌਰ 'ਤੇ, ਜੋ ਫਰੈਸ਼ ਇਨਵੈਸਟੀਗੇਸ਼ਨ ਸੀ 2018 'ਚ ਫੜਨ ਤੋਂ, ਮਤਲਬ 10-11 ਤਰੀਕ ਨੂੰ ਕੇਸ ਟਰੇਸ ਹੋਇਆ, ਠੀਕ ਹੈ, ਜੂਨ ਨੂੰ, ਜਦ ਬਰਗਾੜੀ ਇਨਸਾਨ ਮੋਰਚਾ 1 ਜੂਨ ਨੂੰ ਲੱਗ ਗਿਆ, 10-11 ਨੂੰ ਕੇਸ ਟਰੇਸ ਹੋ ਗਿਆ। ਪਹਿਲ ਦੇ ਆਧਾਰ 'ਤੇ ਮੈਂ ਜਿੱਥੇ ਆਪਣੇ ਡੀ ਜੀ ਪੀ ਨੂੰ ਜਾਂ ਸਰਕਾਰ ਨੂੰ ਦੱਸਣਾ ਹੁੰਦਾ, ਇਹਦੇ ਨਾਲ ਨਾਲ ਇੱਕ ਰਿਪੋਰਟ ਲਗਭਗ 20-22 ਤਰੀਕ ਨੂੰ, ਸਿੰਸ ਇਹਦੇ ਨਾਲ ਇਸੇ ਸਮੇਂ 'ਚ ਨਵੀਂ ਸਰਕਾਰ 2017 'ਚ ਆਈ ਆ, ਜਸਟਿਸ ਰਣਜੀਤ ਸਿੰਘ ਕਮਿਸ਼ਨ ਫੋਰਮ ਹੋ ਗਿਆ ਸੀ, ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਨਾਲ ਮੈਂ ਸਾਰਾ ਕੁਝ ਬਹੁਤ ਕੁਛ ਸ਼ੇਅਰ ਕਰ ਰਿਹਾ ਸੀ, ਠੀਕ ਹੈ, ਕਿਉਂਕਿ ਉਹਨਾਂ ਕੋਲ ਵੀ ਇਨਫੋਰਮੇਸ਼ਨ ਸੀ, ਮੇਰਾ ਜ਼ਿੰਮੇਵਾਰੀ, ਮੇਰੇ ਕੋਲ ਇੱਕ ਕੇਸ ਸੀ ਅਤੇ ਬਾਕੀ 3 ਦਾ ਸੀ ਬੀ ਆਈ ਕੋਲ,
ਤਾਂ ਮੈਂ ਪਹਿਲ ਦੇ ਆਧਾਰ 'ਤੇ ਕਮਿਸ਼ਨ ਨੂੰ 5-6 ਪੇਜ ਦੀ ਰਿਪੋਰਟ ਜਿਹੜੀ ਹੈ ਕਿ ਫਸਟ ਰਿਪੋਰਟ ਉਹਨਾਂ ਨੂੰ ਦਿੱਤੀ ਅਤੇ ਉਹਦੀ ਰਿਪੋਰਟ ਹੀ ਉਹਦੇ ਸਿਮੀਲਰ ਰਿਪੋਰਟ DGP ਰਾਹੀਂ CBI ਨੂੰ ਦਿੱਤੀ। ਠੀਕ ਹੈ ਠੀਕ ਹੈ ਜੀ। ਹੁਣ ਮੈਂ ਇਹ ਤਾਂ ਮੈਂ ਇਹਦੀ ਗੱਲ ਦੱਸ ਰਿਹਾ ਜਿਹੜੀ ਤੁਹਾਡੀ ਗੱਲ ਹੈ। ਮੇਰੀ ਅੱਜ ਤੱਕ ਦੀ ਤਫਤੀਸ਼ 'ਚ ਚੀਫ ਐਗਜੀਕਿਊਸ਼ਨਰ ਕਹਿ ਲਓ ਜਾਂ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ ਸੀ। ਠੀਕ ਹੈ। ਉਹਨੇ ਗੁਰੂ ਗ੍ਰੰਥ ਸਾਹਿਬ ਨੂੰ ਚੁਕਵਾਇਆ, ਉਹਨੇ ਗੁਰੂ ਗ੍ਰੰਥ ਸਾਹਿਬ ਨੂੰ ਰਖਵਾਇਆ, ਉਹਨੇ ਗੁਰੂ ਗ੍ਰੰਥ ਸਾਹਿਬ ਨੂੰ ਉਹਨੇ ਪੋਸਟਰਸ ਲਿਖਵਾਏ। ਠੀਕ ਹੈ। ਉਹਨੇ ਗੁਰੂ ਗ੍ਰੰਥ ਸਾਹਿਬ ਪੜਵਾ ਕੇ ਗਲੀਆਂ 'ਚ ਖੰਡਵਾਇਆ। ਮੇਰੇ ਲਈ ਉਹ ਮੁੱਖ ਐਗਜੀਕਿਊਸ਼ਨ ਐਂਡ ਮੁੱਖ ਦੋਸ਼ੀ ਹੈ ਕੇਸਾਂ ਦਾ। ਠੀਕ ਹੈ। ਅਰੇ ਬਿਲਕੁਲ ਵਾਜਬ ਹੈ। ਅਰੇ ਇਹ ਚੀਜ਼ ਉਹਨੇ ਆਪਣੀ ਕਨਫੈਸ਼ਨ ਉਹਨੇ ਮਤਲਬ 164 ਦੇ ਬਿਆਨ 'ਚ ਵੀ ਜੱਜ ਕੋਲ ਦਿੱਤਾ ਹੋਇਆ। ਹੁਣ ਆ ਜਾਓ ਨੈਕਸਟ ਸਟੇਜ। ਇਹਦੀ ਜਿਹੜੀ ਮੇਰੀ ਤਫਤੀਸ਼ 'ਚ ਇਹਨਾਂ ਦੇ ਬਿਆਨਾਂ 'ਚ ਇਹ ਗੱਲ ਆ ਚੁੱਕੀ ਸੀ। ਜਦ CBI ਤੋਂ ਕੇਸਿਸ ਵਾਪਸ ਆ ਗਏ 2020 'ਚ ਅਤੇ ਦੁਬਾਰਾ ਮੈਨੂੰ ਤਫਤੀਸ਼ ਉਹਨਾਂ CBI ਜਿਹੜੇ ਕੇਸਿਸ ਸੀ 63, 117, 128 ਦੈਟ ਇਜ਼ ਚੋਰੀ ਹੋਣਾ ਗੁਰੂ ਗ੍ਰੰਥ ਸਾਹਿਬ ਦਾ, ਪੋਸਟਰ ਲੱਗਣੇ ਅਤੇ ਅੰਗ ਖੜਾਉਣਾ, ਇਹ ਜਦ ਵਾਪਸ ਮੇਰੇ ਕੋਲ ਆਇਆ ਤਾਂ ਮੈਂ 117 ਅਤੇ 128 'ਚ ਤਫਤੀਸ਼ ਬਹੁਤੀ ਨਹੀਂ ਕਰ ਸਕਦਾ ਸੀ ਕਿਉਂਕਿ ਉਹਦੇ 'ਚ ਸਾਡੇ ਕੋਲ ਡਾਕੂਮੈਂਟ ਨਹੀਂ ਆਏ ਸੀ, CBI ਨੇ ਨਹੀਂ ਦਿੱਤੇ ਸੀ। ਠੀਕ ਹੈ। 63 ਦੀ ਸੈਂਸ 33/11 ਜਿਹਦੇ 'ਚ ਬੱਸਾਂ ਨੂੰ ਅੱਗਾਂ ਫੂਕਾਂ ਲਾਈਆਂ ਗਈਆਂ ਸੀ, ਅਸੀਂ ਬਿੱਟੂ ਦੀ ਅਰੈਸਟ ਉਹਦੇ 'ਚ ਪਾਈ ਸੀ, ਉਹਦੇ 'ਚ ਸਾਡੇ ਕੋਲ ਸਾਰਾ ਤਫਤੀਸ਼ ਦਾ ਮਸਾਲਾ ਹੈਗਾ ਸੀ, ਉਹ ਅਸੀਂ ਸਾਰਾ ਟ੍ਰਾਂਸਫਰ ਕਰਕੇ 63 ਦੀ ਜਿਹੜੀ ਹੈ ਮੈਂ ਇਹਨਾਂ ਨੂੰ ਦੁਬਾਰਾ ਸਾਰਿਆਂ ਨੂੰ ਅਰੈਸਟ ਕਰਕੇ, ਬਿੱਟੂ ਤਾਂ ਜਦ ਤੱਕ ਮਰ ਚੁੱਕਿਆ ਸੀ, ਇਹਨਾਂ ਸਾਰਿਆਂ ਦੀ ਤਬਦੀਲ ਕਰਕੇ 4 ਅਗਸਤ ਨੂੰ ਜਾਂ 4 ਜੁਲਾਈ ਨੂੰ ਮੈਂ 20 'ਚ ਚਲਾਨ ਪੇਸ਼ ਕਰ ਔਰ ਉਹ ਮੇਰੇ ਚਲਾਨ ਦੇ ਵਿੱਚ ਜਿੱਥੇ ਮੁੱਖ ਦੋਸ਼ੀ ਬਿੱਟੂ ਲੇਟ ਬਿੱਟੂ ਸੀ ਉੱਥੇ ਜਿਹੜੇ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਚੱਕਿਆ ਦੋਨੋਂ ਉਹ ਅਰੈਸਟ ਕਰਕੇ ਕੋਰਟ ਅੱਗੇ ਰੱਖੇ, ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਸਾਂਭਿਆ ਸਿੰਘੇ ਵਾਲਾ ਅਤੇ ਉਹ ਸ਼ਕਤੀ ਉਹ ਸਾਰੇ, ਫਿਰ ਜਿਹਨਾਂ ਨੇ 7-8 ਨੇ ਰਲ ਕੇ ਗੁਰੂ ਗ੍ਰੰਥ ਸਾਹਿਬ ਖੰਡਾਇਆ ਅੰਗ, ਉਹ ਸਾਰੇ ਅਰੈਸਟ ਕਰ ਲਏ ਸੀ। ਠੀਕ ਹੈ। ਹੁਣ ਇਹਨਾਂ ਦੀ ਤਫਤੀਸ਼ ਦੇ ਬਿੱਟੂ ਦੀਆਂ ਸਟੇਟਮੈਂਟਸ, ਪਿਰਥੀ ਦੀ ਸਟੇਟਮੈਂਟ ਮਲਕੇ 'ਚ, ਜਿੰਮੀ ਅਰੋੜੇ ਦੀ ਸਟੇਟਮੈਂਟ ਗੁਰੂ ਸਰ ਭਗਤੇ 'ਚ, ਠੀਕ ਹੈ, ਜਿਹੜੇ ਕਿ ਇਹਨਾਂ ਦੇ ਪ੍ਰਮੁੱਖ 43 ਮੈਂਬਰ ਸਟੇਟ ਦੇ ਰਹੇ ਨੇ, ਉਹਨਾਂ ਦੀਆਂ ਸਟੇਟਮੈਂਟਾਂ 'ਚ, ਅਤੇ ਗੋਪਾਲ ਕ੍ਰਿਸ਼ਨ ਜਿਹੜੇ ਨੇ 164 ਦੇ ਬਿਆਨ ਦਿੱਤੇ ਨੇ, ਜਿਹਦੇ ਕਾਗਜ਼ ਅਤੇ ਪੈੱਨ ਖਰੀਦਿਆ ਸੀ ਇਹਨਾਂ ਦੀ ਦੁਕਾਨ ਤੋਂ, ਇਹਨਾਂ 'ਚ ਬੜੀ ਕੰਸਿਸਟੈਂਸੀ ਸੀ ਕਿ ਇੱਕ ਮੀਟਿੰਗ ਹੋਈ ਬਿੱਟੂ ਦੇ ਉੱਥੇ। ਮਹਿੰਦਰਪਾਲ ਬਿੱਟੂ ਨੇ ਅੱਗੇ ਗੱਲ ਕਰ ਰਿਹਾ ਸੀ, ਕਿਉਂਕਿ ਮਹਿੰਦਰਪਾਲ ਬਿੱਟੂ ਗੱਲ ਕਰ ਰਿਹਾ ਸੀ ਡੇਰੇ ਨਾਲ। ਠੀਕ ਹੈ। ਇਹ ਜਿਹੜੇ 25 ਬੰਦੇ ਥੱਲੇ ਵਾਲੇ ਨੇ ਇਹ ਬਿੱਟੂ ਤੱਕ ਸੀ। ਠੀਕ ਹੈ। ਮਹਿੰਦਰਪਾਲ ਬਿੱਟੂ ਗੱਲ ਕਰ ਰਿਹਾ ਸੀ ਡੇਰੇ ਨਾਲ ਅਤੇ ਉੱਥੇ ਇਹ ਗੱਲ ਸਾਹਮਣੇ ਆ, ਇਹ ਲਿਖਤੀ ਪੜਤੀ 'ਚ ਕਿ ਪਿਤਾ ਜੀ ਦਾ ਹੁਕਮ ਹੈ, ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ ਇਹ ਨੈਸ਼ਨਲ ਕਮੇਟੀ ਮੈਂਬਰਸ ਨੇ। ਠੀਕ ਹੈ। ਇਹ ਸਾਨੂੰ ਕਹਿੰਦੇ ਵੀ ਡਾਇਰੈਕਸ਼ਨਾਂ ਦਿੰਦੇ ਨੇ, ਇਹ ਉਹਨਾਂ ਦੀ ਸਟੇਟਮੈਂਟ ਹੈ ਬਿੱਟੂ ਹੋਰਾਂ ਦੀ, ਬਿੱਟੂ ਦੀ ਸਟੇਟਮੈਂਟ, ਬਾਕੀਆਂ ਦੀ ਵੀ। ਠੀਕ ਹੈ। ਅਤੇ ਉਹ ਸਟੇਟਮੈਂਟ ਦੇ ਵਿੱਚ ਵੀ ਇਹ ਸਾਡੇ ਡਾਇਰੈਕਸ਼ਨਾਂ ਦਿੰਦੇ ਨੇ ਅਤੇ ਪਿਤਾ ਜੀ ਦਾ ਹੁਕਮ ਹੈ ਵੀ ਇਹ ਕੰਮ ਕਰਨਾ, ਮਤਲਬ ਇਹ ਕਨਸਪਿਰੇਟਰ ਚ ਆ ਗਏ ਸਾਰੇ। ਹਾਂਜੀ। ਇਹ ਗੁਰਮੀਤ ਰਾਮ ਰਹੀਮ ਤੇ ਬਾਕੀ ਜਿਹੜੇ ਆ ਕਨਸਪਾਇਰੇਸੀ ਚ ਆ ਗਏ ਤਿੰਨ, ਇਹ ਤੇ ਗੁਰਮੀਤ ਰਾਮ ਰਹੀਮ ਇਹ ਕਨਸਪਾਇਰੇਟਰ ਕਨਸਪਾਇਰੇਟਰਸ ਨੇ।
ਅਤੇ ਇਹਨਾਂ ਨੂੰ ਮੈਂ ਜੇ ਤੁਸੀਂ ਮੇਰਾ ਚਲਾਨ 2020 ਦਾ ਜਿਹੜਾ ਮੈਂ ਫਰੀਦਕੋਟ 3 ਨੰਬਰ 'ਚ 4 ਅਗਸਤ ਨੂੰ ਦਿੱਤਾ ਸੀ ਉਹਦੇ ਵਿੱਚ ਇਹ ਬਿਲਕੁਲ ਕਲੀਅਰ ਕੱਟ ਲਿਖਿਆ ਹੋਇਆ ਵੀ ਆਹ ਬੰਦੇ ਅਸੀਂ ਫੜੇ ਗਏ, ਆਹ 3 ਬੰਦੇ ਭੱਜੇ ਹੋਏ ਨੇ, ਇਹਨਾਂ ਨੂੰ ਲੱਭ ਲਿਆ ਅਤੇ ਬਾਬਾ ਸੁਨਾਰੀਆਂ ਜੇਲ੍ਹ 'ਚ ਇਹਨਾਂ ਨੂੰ ਇੱਕ ਮਤਲਬ ਸਾਜਿਸ਼ਕਾਰ ਮੇਨ ਇਹ ਰੱਖੇ ਨੇ। ਠੀਕ ਹੈ, ਤਾਂ ਜੇ ਮੈਨੂੰ ਅੱਜ ਕੋਈ ਪੁੱਛੇ ਤਾਂ ਮੁੱਖ ਦੋਸ਼ੀ ਕਰਨ ਵਾਲਾ ਬਿੱਟੂ ਹੈ, ਕਰਨ ਕਰਾਉਣ ਵਾਲਾ ਬਿੱਟੂ ਹੈ। ਕੌਨਸਪੀਰੇਸੀ ਹੈ ਜਿਹੜੀ ਮੇਰੇ ਸਮੇਂ ਤੱਕ ਸੀ, ਜਿਹੜੀ 2020 ਤੱਕ, ਕਿਉਂਕਿ ਮੈਂ 21 'ਚ ਤਾਂ ਰਿਟਾਇਰ ਹੋ ਗਿਆ। ਠੀਕ ਹੈ, ਉਹਦੇ 'ਚ ਇਹ 4 ਬੰਦੇ ਸੀ ਜਿਹੜੇ ਇਹ ਜਿਨ੍ਹਾਂ 'ਚ ਬਾਬਾ ਚੀਫ ਕੌਨਸਪੀਰੇਟਰ ਹੈ ਅਤੇ ਇਹ ਕੌਨਸਪੀਰੇਸੀ ਨੂੰ ਕੌਨਸਪਾਇਰੇਟਰ ਸਨ। ਤਾਂ ਇਹ ਪੋਜੀਸ਼ਨ ਸੀ ਕੇਸ ਦੀ ਉਸ ਟਾਈਮ। ਉਹਦੇ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ ਅਤੇ ਗੁਰਮੀਤ ਰਾਮ ਰਹੀਮ ਸਿੰਘ, ਕਿਉਂਕਿ ਉਹਨਾਂ ਨੇ ਇਹਨਾਂ ਨੇ ਕਿਹਾ ਜੀ ਇਹਨਾਂ ਨੇ ਹੁਕਮ ਦਿੱਤਾ ਅਤੇ ਇਹਨਾਂ ਨੇ ਕਿਹਾ ਪਿਤਾ ਜੀ ਦਾ ਹੁਕਮ ਹੈ। ਮਤਲਬ ਹਨੀਪ੍ਰੀਤ ਉਸ ਟਾਈਮ ਨਹੀਂ ਸੀ, ਨਹੀਂ ਸੀ, ਮੈਂ ਗੱਲ ਕਰ ਰਿਹਾ 2020 ਦੀ ਅਤੇ ਮੈਂ 2021 'ਚ ਰਿਟਾਇਰ ਹੋ ਰਿਹਾ ਅਤੇ 2021 ਦੇ ਵਿੱਚ ਜਿਸ ਟਾਈਮ 117-128 'ਚ ਨੂੰ ਕੇਸ ਇਹ ਮੈਂ ਤਾਂ ਆਪਣੇ ਵਾਲਾ ਚਲਾਉਂਦੇ ਤਾ, ਇਹ ਹਾਈ ਕੋਰਟ ਚਲੇ ਗਏ, ਇਹ ਕਹਿੰਦੇ ਜੀ ਖਟੜਾ ਦੇ ਨਹੀਂ ਸਕਦਾ ਅਤੇ ਹਾਈ ਕੋਰਟ ਦੇ ਵਿੱਚ ਇਹ ਵੀ ਖਟੜੇ ਜਦ ਦੋ ਜੱਜਮੈਂਟਸ ਆਈਆਂ ਸੀ, ਇੱਕ ਮੇਰੇ ਵਾਲੇ ਕੇਸਾਂ 'ਚ ਆਈ, ਬੇਅਦਬੀ ਕੇਸਿਸ ਆਈ ਸੀ, ਇੱਕ ਫਾਇਰਿੰਗ ਕੇਸਿਸ ਆਈ ਸੀ। ਅਰੇ ਮਿਸਨੋਮਰ ਹੈ ਕਿ ਲੋਕ ਕਪੂਰਥਲਾ ਸੋਰੀ ਕੋਟਕਪੂਰਾ ਅਤੇ ਬਹਿਬਲ ਕਲਾਂ ਨੂੰ ਵੀ ਬੇਅਦਬੀ ਕੇਸ ਕਹਿੰਦੇ ਨੇ। ਬੇਅਦ ਕੋਟਕਪੂਰਾ ਐਂਡ ਬਹਿਬਲ ਕਲਾਂ ਦੇ ਆਰ ਲਾਅ ਐਂਡ ਆਰਡਰ, ਉਹ ਲਾਅ ਐਂਡ ਆਰਡਰ ਦੇ ਮਸਲਾ ਉਹ ਗੋਲੀ ਚੱਲਣ ਦੇ ਕੇਸ ਨੇ, ਉਹ ਟਕਰਾਅ ਦੇ ਕੇਸ ਨੇ, ਪੁਲਿਸ ਦਾ ਅਤੇ ਧਰਨਾਕਾਰੀਆਂ ਦਾ ਟਕਰਾਅ ਹੈ। ਠੀਕ ਹੈ, ਉਹਨਾਂ 'ਚ ਬੇਅਦਬੀ ਦਾ ਕੇਸ ਨਹੀਂ ਹੈ ਅਤੇ ਜਿਹੜੇ ਬੇਅਦਬੀ ਦੇ ਕੇਸ ਨੇ 5 ਮੈਂ ਤੁਹਾਨੂੰ ਦੱਸ ਰਿਹਾ, ਇਹ ਅਸ ਮੇਰੀ ਸਿੱਟ ਨੇ ਕੀਤੇ ਨੇ ਅਤੇ 100 ਜਿਹੜੇ ਹਾਈ ਕੋਰਟ 'ਚ ਆਏ ਇਹ ਪ੍ਰੇਮੀ ਆਏ ਅਤੇ ਸਾਰੇ ਪੁਲਿਸ ਸਾਰੇ ਆਏ, ਹਾਈ ਕੋਰਟ ਨੇ ਮੇਰੇ ਤਫਤੀਸ਼ ਨੂੰ ਮੰਨਿਆ, ਉਹ ਕਹਿੰਦੇ ਵਾਜਬ ਹੈ, ਮੇਰੀ ਇਸ ਤਫਤੀਸ਼ ਨੂੰ ਉਹਨਾਂ ਨੇ ਮੰਨ ਲਿਆ ਵੀ ਇਹਨੇ ਜਿਹੜਾ ਚਲਾਨ ਦਿੱਤਾ ਠੀਕ ਹੈ। ਜੇ ਕੋਈ CBI ਦੇ ਕੋਈ ਹੋਰ ਕਾਗਜ਼ ਨੇ ਉਹਨਾਂ ਨੂੰ ਵਾਚ ਕੇ ਨਵੀਂ ਸਿੱਟ ਜੇ ਕੋਈ ਹੈ, ਜੋ ਮੈਂ ਤਾਂ ਰਿਟਾਇਰ ਹੋ ਰਿਹਾ ਸੀ, ਤਾਂ ਇਹਨੂੰ ਉਹਨਾਂ ਨੂੰ ਦੇ ਦਿੱਤਾ ਜਾ, ਉਹਨਾਂ ਨੂੰ ਵਾਚ ਕਰਕੇ ਉਹ ਆਪਣਾ ਅੱਗੇ ਨੂੰ ਪ੍ਰੋਸੀਡ ਕਰਨ। ਮੇਰਾ ਚਲਾਨ ਸਟੈਂਡ ਕੀਤਾ, ਵੇਅਰ ਐਜ਼ ਜਿਹੜੀ ਪੈਰਲਲ ਸਿੱਟ ਸੀ ਜਿਹਨੂੰ ਆਪਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀਆਂ ਕਹਿ ਦਿੰਦੇ ਹਾਂ, ਉਹਨਾਂ ਦੀ ਤਫਤੀਸ਼ ਨੂੰ ਹਾਈ ਕੋਰਟ ਨੇ ਰੱਦ ਕਰਤਾ। ਠੀਕ ਹੈ, ਇਫ ਯੂ ਰੀਕਲੈਕਟ, ਮੈਂ ਖੜਾ ਸਾਹਿਬ ਇੱਕ ਚੀਜ਼ ਸਮਝ ਨਹੀਂ ਜਾ ਰਿਹਾ, ਤੁਸੀਂ ਸਮਝਾ ਰਹੇ ਹੋ ਕਿ ਮਹਿੰਦਰਪਾਲ ਬਿੱਟੂ ਜਿਸਨੇ ਐਗਜ਼ੀਕਿਊਟ ਕੀਤਾ ਪੂਰਾ ਜਾਂ ਕਰਵਾਇਆ, ਇੱਕ ਮਹਿੰਦਰਪਾਲ ਬਿੱਟੂ ਹੈ, ਮਹਿੰਦਰਪਾਲ ਬਿੱਟੂ ਰਿਪੋਰਟ ਕਰ ਰਿਹਾ ਹੈ ਹਰਸ਼ ਧੂਰੀ ਜਾਂ ਪ੍ਰਦੀਪ ਕਲੇਰ, ਹਰਸ਼ ਦੀ ਪ੍ਰਦੀਪ ਕਲੇਰ, ਸੰਦੀਪ ਬਰੇਟਾ ਨੂੰ ਅਤੇ ਸੰਦੀਪ ਬਰੇਟਾ ਨੂੰ ਆਰਡਰ ਆ ਰਹੇ ਹੈ ਰਾਮ ਰਹੀਮ, ਇਹਨਾਂ ਤਿੰਨਾਂ ਨੂੰ ਤਫਤੀਸ਼ ਤੱਕ ਸੀ। ਪਿਤਾ ਜੀ ਦਾ ਹੁਕਮ ਹੈ, ਪਿਤਾ ਜੀ ਦਾ ਹੁਕਮ, ਪਿਤਾ ਜੀ ਦਾ ਹੁਕਮ ਇਹ ਤਿੰਨੋਂ ਦੱਸ ਰਹੇ ਹੈ, ਪ੍ਰਦੀਪ ਕਲੇਰ, ਹਰਸ਼ ਧੂਰੀ ਤੇ ਸੰਦੀਪ ਬਰੇਟਾ, ਮਹਿੰਦਰਪਾਲ ਬਿੱਟੂ ਕੋਲ ਆ ਰਿਹਾ, ਮਹਿੰਦਰਪਾਲ ਬਿੱਟੂ ਅੱਗੇ ਪੂਰਾ ਐਗਜ਼ੀਕਿਊਟ ਕਰਾ ਰਿਹਾ। ਠੀਕ ਹੈ, ਮੈਂ ਅੱਗੇ ਵਧਾਂ, ਥੋੜ੍ਹਾ ਜਿਹਾ ਇਹ ਚਾਨਣ ਪਾਓ, ਤੁਸੀਂ ਆਪਣੀ ਲਾਈਨ ਦੇ ਵਿੱਚ ਕਿਹਾ ਕਿ ਇਹ 5 ਕੇਸ ਹੈ, ਠੀਕ ਹੈ, 3 ਅਤੇ 2 5 ਕੇਸਿਸ ਦਾ ਜ਼ਿਕਰ ਹੁੰਦਾ, ਸਿਮਿਲੈਰਿਟੀ ਕੀ ਨਜ਼ਰ ਆ ਰਹੀ ਸੀ ਤੁਹਾਨੂੰ? ਦੇਖੋ, ਸਿਮਿਲੈਰਿਟੀ ਨੰਬਰ 1 ਇਹ ਹੈ ਕਿ ਪਲੈਨਿੰਗ ਨਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਪ੍ਰਕਿਓਰ ਕੀ, ਪਹਿਲਾਂ ਰੈਕੀ ਹੋਈ ਹੈ ਇਸ ਇਲਾਕੇ ਦੀ। ਠੀਕ ਹੈ, ਫਿਰ ਦੇਖ ਸਿਮਿਲੈਰਿਟੀ ਇਹ ਸੀ, ਮੋਡਸ ਆਪਰੈਂਡੀ, ਤਰੀਕਾ ਵਾਰਦਾ, ਇਹਦਾ ਪਹਿਲਾਂ ਇਹਨਾਂ ਦੀ ਪਲੈਨਿੰਗ ਕੀਤੀ ਗਈ ਹੈ, ਪੋਸਟਰ ਉੱਥੇ ਲਾਏ ਗਏ ਸੀ, ਫਿਰ ਉਸ ਤੋਂ ਬਾਅਦ ਚੈਲੇਂਜ ਹੋਇਆ, ਉਸ ਤੋਂ ਬਾਅਦ ਇਹਨੂੰ
ਜਿਹੜੇ ਗੁਰੂ ਗ੍ਰੰਥ ਸਾਹਿਬ ਪ੍ਰੋਕਿਓਰ ਕੀਤੇ ਗਏ ਨੇ ਜੀ, ਜਿਵੇਂ ਬੁਰਜਵਾਰ ਸਿੰਘ ਦਾ ਚੋਰੀ ਕਰ ਲਿਆ, ਖੰਡਾਉਣ ਵੇਲੇ ਗੁਰੂ ਗ੍ਰੰਥ ਸਾਹਿਬ ਉਹਨਾਂ ਕੋਲ ਸੀ, ਫਿਰ ਮਲਕੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸਫਰੀ ਬੀੜ ਸੀ, ਉਹਨਾਂ ਨੇ ਸਫਰੀ ਬੀੜ ਪ੍ਰੋਕਿਓਰ ਕੀਤੀ। ਉਸ ਤੋਂ ਬਾਅਦ ਥਰਡਲੀ ਜਿਹੜਾ ਗੁਰੂ ਸਰ ਭਗਤਾ ਹੈ, ਗੁਰੂ ਪਰਸ ਭਗਤੇ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਕਿਤੋਂ ਪ੍ਰੋਕਿਓਰ ਕੀਤਾ ਗਿਆ, ਜਿਹੜਾ ਕਿ ਸਬਸੀਕੁਐਂਟਲੀ ਤਫਤੀਸ਼ 'ਚ ਪਤਾ ਲੱਗਿਆ ਕਿ ਡੇਰੇ ਤੋਂ ਹੀ ਆਇਆ ਸੀ, ਜਿਹੜਾ ਜਿੰਮੀ ਅਰੋੜੇ ਦੀ, ਮਤਲਬ ਜਿਹੜਾ ਮਲਕੇ ਅਤੇ ਗੁਰਸਰ ਭਗਤਾਂ ਦੇ ਵਿੱਚ ਅੰਗ ਖਿਲਾਰੇ ਗਏ, ਅੱਡ ਅੱਡ ਗੁਰੂ ਗ੍ਰੰਥ ਸਾਹਿਬ ਦੇ ਨੇ, ਅਤੇ ਜਿਹੜਾ ਭਗਤੇ 'ਚ ਨਹੀਂ ਖਿਡਾਏ, ਭਗਤੇ ਸੋਰੀ ਬੁਰਜਵਾਰ ਸਿੰਘ ਵਾਲੇ ਤੋਂ ਚੋਰੀ ਹੋਇਆ ਸੀ, ਉਹ ਤਾਂ ਅੰਗ ਖੰਡਾਏ ਨੇ ਬਰਗਾੜੀ ਵਿੱਚ, ਜਿਹੜਾ ਮਲਕੇ ਸੀ ਉਹ ਪ੍ਰੋਕਿਓਰ ਕੀਤੀ ਗਈ ਸੀ ਛੋਟੀ ਬੀੜ, ਉਹ ਖੰਡਿਆਈ ਗਈ, ਅਤੇ ਗੁਰੂ ਸਰ ਭਗਤੇ ਜਿਹੜੇ ਅੰਗ ਖੰਡਾਏ ਗਏ 114-115 ਅੰਗ ਸੀ, ਉਹ ਕੋਈ ਹੋਰ ਉਹ ਹੋਰ ਬੀੜ ਗੁਰੂ ਗ੍ਰੰਥ ਸਾਹਿਬ, ਅਤੇ ਸਬਸੀਕੁਐਂਟਲੀ ਤਫਤੀਸ਼ ਦੇ ਵਿੱਚ ਜਿੰਮੀ ਅਰੋੜੇ ਦੀ ਸਟੇਟਮੈਂਟ ਹੈ ਜਿਹਦੇ 'ਚ ਆਇਆ ਸੀ ਕਿ ਇਹ ਜਿਹੜਾ ਪੁਰਾਣਾ ਓਲਡ ਬਲੋਕ ਹੈ ਸਰਸੇ ਡੇਰੇ ਵਾਲਿਆਂ ਦਾ, ਉੱਥੋਂ ਭੇਜੇ ਗਏ ਸੀ ਇਹਨਾਂ ਵੱਲੋਂ। ਚਲੋ ਇਹ ਤਾਂ ਹੁਣ ਥੋੜ੍ਹੀ ਤਫਤੀਸ਼ 'ਚ ਆ ਗਿਆ ਕਿ ਇਹ ਇਹਨਾਂ ਨੇ ਕੀਤਾ ਸੀ ਜਾਂ ਇਹ ਉਹਦੇ ਕਲਪ੍ਰੇਟ ਸੀ, ਇਹਦੀ ਵਜ੍ਹਾ ਤੁਸੀਂ ਕੀ ਫਾਈਂਡ ਆਊਟ ਕੀਤੀ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਕਿ ਕਿਉਂ ਇਹਨਾਂ ਨੇ ਸਭ ਕੁਝ ਕੀਤਾ? ਦੇਖੋ ਮੇਰੀ ਜਿਹੜੀ ਤਫਤੀਸ਼ ਹੈ ਉਹਦੇ ਵਿੱਚ ਵਜ੍ਹਾ ਜਿਹੜੀ ਇਸ ਐਡੀ ਵੱਡੀ ਜਿਹੜੀ ਇਹ ਇਹਨਾਂ ਨੇ ਰਚੀ ਹੈ ਸਾਜਿਸ਼, ਉਹਦੇ ਵਿੱਚ ਮੋਟੇ ਮੋਟੇ ਜਿਹੜੇ ਪੁਆਇੰਟਸ ਨੇ, ਇਮੀਡੀਏਟ ਕਾਜ਼ ਦੱਸ ਦੂੰਗਾ ਵੀ ਜਿਹਨੂੰ ਆਪਾਂ ਫੌਰੀ ਕਹਿੰਦੇ ਹਾਂ ਟ੍ਰਿਗਰ, ਉਹ ਬਾਅਦ 'ਚ ਦੱਸ ਦਿੰਦਾ ਮੈਂ, ਉੱਥੇ ਵੀ ਆ ਜਾਊਂਗਾ। ਠੀਕ ਹੈ। ਡੇਰਾ ਸੱਚਾ ਸੌਦਾ ਜਿਹੜਾ ਇਹ ਬਾਬਾ ਰਾਮ ਰਹੀਮ ਹੈ, ਇਹ 2007 ਤੋਂ ਬਾਅਦ ਪੰਜਾਬ 'ਚ ਨਹੀਂ ਆਇਆ, ਇਹਨੂੰ ਨਹੀਂ ਆਉਣ ਦਿੱਤਾ ਗਿਆ। ਸੈਕਿੰਡਲੀ ਜਿਹੜਾ ਇਹ ਤੁਹਾਡਾ ਨਾਮ ਚਰਚਾ ਹੈ, ਪੰਜਾਬ ਦੇ ਵਿੱਚ 2008 ਤੋਂ ਬੰਦ ਪਈ ਸੀ। ਠੀਕ ਹੈ। ਨੰਬਰ 3, ਜੋ MST ਇਮੀਡੀਏਟ, ਮਤਲਬ ਕਿਉਂ ਸਡਨਲੀ ਕਿਉਂ ਇਹ ਹੋ ਗਿਆ, MSG ਫਿਲਮ ਹੈ ਇੱਕ, ਇਸ ਤੋਂ ਪਹਿਲਾਂ ਇਹ ਵੀ ਕਰਨਾ ਹੌਸਲਾ ਕਿਵੇਂ ਵਧਿਆ। 2014 'ਚ ਹਰਿਆਣਾ ਦੇ ਵਿੱਚ ਸਰਕਾਰ ਆ ਗਈ ਸੀ, ਜਿਹਦੇ ਬਾਅਦ ਬਾਬੇ ਦੀ ਪ੍ਰਤਿਸ਼ਠਾ ਓਵਰਆਲ ਵੱਧ ਗਈ ਸੀ, ਹੌਸਲੇ 'ਚ ਸੀ ਕਿ ਸਰਕਾਰ ਬਣਾਉਣ 'ਚ ਇਹਦਾ ਰੋਲ ਹੈ, ਹੋ ਸਕਦਾ ਸਹੀ ਆ, ਸਾਰੀਆਂ ਕਲੇਮ ਕਰਦੇ ਨੇ, ਉਹ ਤਾਂ ਕਹਿੰਦੇ ਸਾਡੇ ਬਿਨਾਂ ਕੋਈ ਵੀ ਸਰਕਾਰ ਨਹੀਂ ਬਣਦੀ, ਨਾਰਥਨ ਇੰਡੀਆ 'ਚ ਉਹ ਕਹਿੰਦੇ ਸਾਡੇ ਬਿਨਾਂ ਕੋਈ ਸਰਕਾਰ ਹੀ ਨਹੀਂ ਬਣਦੀ, ਐਂਡ ਦੈਟ ਇਜ਼ ਦਾ ਰੀਜ਼ਨ ਕਿ ਕੋਈ ਪੋਲੀਟੀਸ਼ੀਅਨ ਇਹਨੂੰ ਮਤਲਬ ਇਹਦਾ ਨਾਂ ਲੈ ਕੇ ਰਾਜ਼ੀ ਨਹੀਂ ਹੈ। ਅੱਜ ਵੀ ਕੋਈ ਮੁੱਖ ਦੋਸ਼ੀ ਉਹਨੂੰ ਕਹਿੰਦਾ, ਮੈਂ ਤਾਂ ਆਈ ਥਿੰਕ ਆਈ ਐਮ ਦਾ ਓਨਲੀ ਪਰਸਨ ਜਿਹੜਾ ਇਹ ਕਹਿਣਾ ਕਿ ਜੀ ਚੀ ਮੁੱਖ ਸਾਜਿਸ਼ਕਾਰ ਮੁੱਖ ਦੋਸ਼ੀ ਬਾਬਾ ਇਹਨਾਂ ਦੇ ਰਾਹੀਂ ਕਰਾਇਆ, ਕਰਾਉਣ ਵਾਲਾ ਬਿੱਟੂ ਹੈ, ਆਹ ਤਿੰਨੇ ਦੇ ਨੈਸ਼ਨਲ ਕਮੇਟੀ ਵਾਲੇ ਨੇ। ਲੀਵ ਸਾਈਡ ਦੈਟ, ਆਪਾਂ ਆਪਣੇ ਵਾਲੇ ਪੁਆਇੰਟ 'ਤੇ ਆ ਗਈਏ। ਠੀਕ ਹੈ। ਵੀ ਵਰ ਐਟ ਕਿ 2014 'ਚ ਕੁਛ ਹੋਇਆ, ਸਰਕਾਰ ਬਣੀ, ਸਰਕਾਰ ਬਣਨ ਤੋਂ ਬਾਅਦ ਬਾਬੇ ਦੇ ਅਤੇ ਜਿਹੜੀ ਇਹਨਾਂ ਦੀ ਨੈਸ਼ਨਲ ਕਮੇਟੀ, ਇਹਨਾਂ ਦੇ ਹੌਸਲੇ ਬੁਲੰਦ ਸੀ। 15 'ਚ MSG 1 ਫਿਲਮ ਆ ਗਈ, MSG 1 ਫਿਲਮ ਆਈ ਤਾਂ ਉਹ ਪੰਜਾਬ 'ਚ ਨਹੀਂ ਰਿਲੀਜ਼, ਉਹਦੇ 'ਤੇ ਬੈਨ ਲੱਗ ਗਿਆ, ਬੈਨ ਲੱਗ ਗਿਆ, ਨਹੀਂ ਰਿਲੀਜ਼ ਨਹੀਂ ਹੋਈ। ਅਦਰਵਾਈਜ਼ ਇਹਨਾਂ ਨੇ ਕਲੇਮ ਕੀਤਾ 730 ਕਰੋੜ ਜਾਂ ਕਿੰਨਾ ਕਰੋੜ ਉਸ ਟਾਈਮ 'ਤੇ ਇਹਨਾਂ ਦੀ ਜਿਹੜਾ PR ਹੈ ਉਹਨਾਂ ਨੇ ਕਿਹਾ ਜੀ ਅਸੀਂ ਹੁਣ ਇਹਨਾਂ ਦੀਆਂ ਵੀ ਫਿਲਮਾਂ ਆਈਆਂ, PK ਦੀ ਵੀ ਆਈ ਸੀ, ਅਮੀਰ ਖਾਨ ਦੀ, ਸਲਮਾਨ ਦੀ, ਉਹਨਾਂ ਨੇ 300 ਕਰੋੜ ਕਰਿਆ, ਉਹਨੇ 500, ਅਸੀਂ ਸਭ ਤੋਂ ਵੱਡੇ ਇਹਨਾਂ ਨੇ ਵਧਾ ਚੜਾ ਕੇ ਪੇਸ਼ ਕੀਤੇ ਸੀ, 700 ਕਰੋੜ ਦੀ ਬਿਜ਼ਨਸ ਹੋਇਆ ਅਤੇ ਪਰ ਰੰਜਿਸ਼ ਮਨ ਇਹ ਵੀ ਸਾਡੀ ਪੰਜਾਬ 'ਚ ਨਹੀਂ ਆਈ, ਨਹੀਂ ਅਸੀਂ 200-300 ਕਰੋੜ ਪੰਜਾਬ 'ਚੋਂ ਕਮਾ ਲੈਂਦੇ, ਕਮਾ ਲੈ ਹੋਰ ਵਧਾ ਲੈਂਦੇ ਅਤੇ 1000 ਕਰੋੜ ਦੇ ਕਲੱਬ 'ਚ ਪਹੁੰਚ ਜਾਂਦੇ। ਠੀਕ ਹੈ।
ਇੱਕ ਕਾਰਨ ਐਮ ਐਸ ਸੀ ਫਿਲਮ ਨਹੀਂ ਸਾਡੀ ਚੱਲਣ ਦਿੱਤੀ। ਠੀਕ ਹੈ। ਅਤੇ ਇਸ ਤੋਂ ਬਾਅਦ ਉਸੇ ਸਮੇਂ 'ਚ ਇੱਕ ਰਨਿੰਗ ਫਿਊਡ 2007-2015 ਤੱਕ ਚੱਲ ਰਿਹਾ ਜਿਹਦੇ 'ਚ ਬਲਵੰਤ ਸਿੰਘ ਆਨੰਦਗੜ੍ਹ ਤਖ਼ਤ ਸਾਹਿਬ ਦੇ ਜਥੇਦਾਰ ਸੀ ਉਸ ਸਮੇਂ ਦਰਮਿਆਨ, ਢੱਡਰੀਆਂ ਵਾਲੇ, ਦਾਦੂਵਾਲ, ਸੋਰੀ ਮੈਂ ਇਹਨਾਂ ਨੂੰ ਬਾਈ ਨੇਮ ਇੱਜ਼ਤ ਮਾਨ ਨਾਲ ਵੀ ਕਹਿ ਦੇਣਾ ਪਰ ਮੈਂ ਥੋੜ੍ਹਾ ਜਿਹਾ, ਦਾਦੂਵਾਲ ਸਾਹਿਬ, ਢੱਡਰੀਆਂ ਵਾਲੇ ਸਾਹਿਬ, ਦਲੇਰ ਸਿੰਘ, ਇੱਕ ਸੰਤ ਗੁਰਮੀਤ ਸਿੰਘ ਧਲੋਕੇ ਵਾਲਾ, ਦੀਜ਼ ਵਰ ਦਾ ਪੀਪਲ ਜਿਹੜੇ ਪ੍ਰਚਾਰਕ ਸੰਤ ਸਮਾਜ ਦੇ ਜਾਂ ਸੇਂਟਸ ਜਿਹੜੇ ਇੱਕ ਰਨਿੰਗ ਬੈਟਲ ਜਾਂ ਇਹਨਾਂ ਨਾਲ ਰੋਜ਼ ਸੰਗਰੂਰ, ਬਠਿੰਡਾ, ਫਰੀਦਕੋਟ, ਸਰਸਾ, ਫਤਿਹਾਬਾਦ ਇਹਨਾਂ ਦੇ ਵਿੱਚ ਇਹਨਾਂ ਦੇ ਨਾਲ ਰੋਜ਼ਮਰ੍ਹਾ ਦੇ ਇਹਨਾਂ ਦੇ ਕਲੈਸ਼ਸ ਹੋ ਰਹੇ ਸੀ ਪ੍ਰੇਮੀਆਂ ਨਾਲ। ਇਹ ਸੀ ਤਾਂ ਇਸੇ ਦਰਮਿਆਨ ਮਾਰਚ ਅਪ੍ਰੈਲ ਦੇ ਮਹੀਨੇ ਹਰਜਿੰਦਰ ਸਿੰਘ ਮਾਝੀ ਇੱਕ ਪ੍ਰਚਾਰਕ ਨੇ, ਠੀਕ ਹੈ, ਉਹਨਾਂ ਨੇ ਬੁਰਜ ਜਵਾਹਰ ਸਿੰਘ ਵਾਲੇ ਦੀਵਾਨ ਲਾਇਆ। ਉਸ ਦੀਵਾਨ ਦਾ ਪਹਿਲਾਂ ਵਿਰੋਧ ਹੋਇਆ, ਲੋਕਲ ਪੁਲਿਸ ਨੇ ਉਹਨਾਂ ਦਾ ਸਮਝੌਤਾ ਆਪਸ ਦੇ ਵਿੱਚ ਕਰਾਤਾ। ਸਮਝੌਤੇ ਕਰਨ ਤੋਂ ਬਾਅਦ ਉਹ ਦੀਵਾਨ ਹੋਇਆ। ਉਹ ਦੀਵਾਨ ਦੇ ਅਖੀਰਲੇ ਦਿਨ ਕੁਛ ਲੋਕਾਂ ਨੇ, ਪ੍ਰੇਮੀਆਂ ਨੇ ਭਾਵੁਕ ਹੋ ਕੇ ਆਪਣੇ ਲੋਕਟਸ ਉਤਾਰ ਕੇ ਉੱਥੇ, ਕਈਆਂ ਨੇ ਤਾਂ ਬਾਬੇ ਦੇ ਦਿੱਤੇ ਹੋਏ ਲੋਕਟ ਸੀ ਉਹਨਾਂ ਦੀ ਨਿਸ਼ਾਨੀ ਹੈ, ਉਹਨਾਂ ਨੇ ਕੁਛ ਜਾ ਕੇ ਗੋਲਕ ਦੇ ਨੇੜੇ ਧਰਤੇ, ਕਈਆਂ ਨੇ ਕਮਜ਼ੋਰ ਦਿਲ ਵਾਲੇ ਉਹਨਾਂ ਨੇ ਉੱਥੇ ਲਿਖ ਕੇ ਥੱਲੇ ਸਿੱਟਤੇ। ਤੋਂ ਜਦੋਂ ਅਗਲੇ ਦਿਨ ਇਹਨਾਂ ਨੇ ਟੈਂਟ ਵਾਲੇ ਜਾਂ ਦੂਜੇ ਮੁੰਡੇ ਆਏ, ਉਹਨਾਂ ਨੇ ਦੇਖਿਆ ਤਾਂ ਇਹ ਗੱਲ ਇਹਨਾਂ ਨੂੰ ਪਤਾ ਲੱਗੀ। ਇਸ ਚੀਜ਼ ਦਾ ਉਹ ਉਹਨਾਂ ਨੇ ਹਰਜਿੰਦਰ ਮਾਝੀ ਦੀ ਤਕਰੀਰ ਤੋਂ ਪ੍ਰਭਾਵਿਤ ਹੋ ਕੇ ਸਿੱਟੇ, ਉਹਨਾਂ ਦੇ ਤਿੰਨ ਦਿਨ ਦੀਵਾਨ ਲੱਗੇ, ਤਿੰਨ ਦਿਨ ਦੀਵਾਨ ਲਾਸਟ ਦੀਵਾਨ ਦੇ ਉੱਤੇ ਉਹਨੇ ਬੜਾ ਕਰਿਆ ਅਤੇ ਉਦੋਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਲੋਕਟ ਤੋੜ ਲੋਕਟ ਲਾਤੇ। ਠੀਕ ਹੈ, ਮਤਲਬ ਵੀ ਆਪਣੇ ਆਪ ਨੂੰ ਪ੍ਰੇਮੀ ਤੋਂ ਵੱਖ ਕਰ ਲਿਆ, ਵੱਖ ਕਰ ਲਿਆ। ਇਹ ਚੀਜ਼ ਇਮੀਡੀਏਟ ਕਾਰਨ ਬਣਿਆ, ਟ੍ਰਿਗਰ। ਇਹ ਚੀਜ਼ ਜਦ ਉੱਥੇ ਰਿਪੋਰਟ ਗਈ, ਇਸ ਰਿਪੋਰਟ ਦੇ ਉੱਤੇ ਉੱਥੇ ਮੀਟਿੰਗ ਹੋਈ, ਜਿਹੜੀ ਰਿਪੋਰਟ ਮਤਲਬ ਕਿਉਂਕਿ ਮੇਰੇ ਕੋਲ ਤਾਂ ਮਹਿੰਦਰਪਾਲ ਬਿੱਟੂ ਸੀ ਅਤੇ ਮਹਿੰਦਰਪਾਲ ਬਿੱਟੂ ਨੇ ਇਹ ਦੱਸਿਆ ਸੀ ਉਸ ਤੋਂ ਇਸ ਕੌਨਸਪਾਇਰੇਸੀ ਉੱਥੋਂ ਚੱਲੀ ਹੈ ਅਤੇ ਇਸ ਕੌਨਸਪਾਇਰੇਸੀ ਦਾ ਇੱਕ ਟ੍ਰਾਇਲ ਰਨ ਮੌੜੀਆਂ, ਪਤਾ ਨਹੀਂ ਕਿਹੜਾ ਪਿੰਡ ਹੈ, 3 MOD ਹੈ ਹਨੂੰਮਾਨਗੜ੍ਹ 'ਚ, ਉੱਥੇ ਗੁਰੂ ਗ੍ਰੰਥ ਸਾਹਿਬ ਚੋਰੀ ਕੀਤਾ ਗਿਆ, ਉਹਨੂੰ ਰੂੜੀ 'ਚ ਦੱਬਿਆ ਗਿਆ, ਉਹਨੂੰ ਬੰਦੇ ਫੜੇ ਗਏ, ਬੰਦੇ ਫੜੇ ਜਾਣ ਤੋਂ ਬਾਅਦ ਉਹ ਬੰਦਾ ਕਮਲਾ ਡਿਕਲੇਅਰ ਹੋਇਆ, ਕਮਲਾ ਹੋ ਕੇ ਉਹ ਬੰਦਾ ਹੋ ਗਿਆ। ਦੈਟ ਮੀਨਸ ਉੱਥੋਂ ਇਹਨਾਂ ਨੂੰ ਪਤਾ ਲੱਗਿਆ ਵੀ ਐਡੀ ਵੱਡੀ ਗੱਲ ਨਹੀਂ, ਆਪਾਂ ਚੱਕ ਸਕਦੇ ਹਾਂ। ਠੀਕ ਹੈ। ਹੁਣ 2020 ਤੱਕ ਮੇਰੇ ਤੱਕ ਤਾਂ ਇੱਥੇ ਤੱਕ ਸੀ ਗੱਲ ਵੀ ਮਹਿੰਦਰਪਾਲ ਬਿੱਟੂ ਕਹਿੰਦਾ ਪਿਤਾ ਜੀ ਦਾ ਹੁਕਮ ਹੈ ਅਤੇ ਇਹਨਾਂ ਨੇ ਦੇ ਤਾ। ਅੱਜ ਮੈਂ ਇਹ ਕਹਿ ਸਕਦਾ ਪਿਛਲੇ 6 ਮਹੀਨੇ ਤੋਂ ਆਫਟਰ ਅਰੈਸਟ ਪਹਿਲਾ ਬੰਦਾ ਜਿਹੜਾ ਨੈਸ਼ਨਲ ਕਮੇਟੀ ਦਾ ਫੜਿਆ ਗਿਆ। ਬਾਬੇ ਦੀ ਤਫਤੀਸ਼ ਕੀ ਹੋਈ ਹੋਈ, ਲੇਪਾ ਪੁੱਛੀ ਹੋਈ, ਅੰਦਰ ਕਿੰਨੀ ਕੁ ਹੁੰਦੀ ਹੈ, ਮੈਂ ਨਹੀਂ ਕੁਛ ਕਹਿੰਦਾ ਉਹਦੇ ਬਾਰੇ ਕਿਉਂਕਿ ਮੈਂ ਹੈ ਨਹੀਂ ਸੀ। ਇਹ ਫੜਿਆ ਗਿਆ, ਇਹਨੇ ਪ੍ਰਦੀਪ ਕਲੇਰ, ਇਹਨੇ ਜੋ ਕੋਰਟ ਦੇ ਵਿੱਚ 164 ਦੇ ਬਿਆਨ ਔਰ ਕਿਹੜੇ ਪਬਲਿਕ ਡੋਮੇਨ 'ਚ ਲੋਕਾਂ 'ਚ ਆਏ ਨੇ ਜਿਹੜੇ ਮੈਂ ਵੀ ਪੜ੍ਹੇ ਨੇ, ਹੁਣ ਉਸ ਚੀਜ਼ ਨੂੰ ਪ੍ਰਦੀਪ ਕਲੇਰ ਕਲੀਅਰ ਕਰਦਾ ਜਿਹੜੀ ਪਹਿਲਾਂ ਨਹੀਂ ਸੀ, ਹੁਣ ਜਿਹੜੀ ਉਹ ਕਲੀਅਰ ਕਰ ਰਿਹਾ ਹੈ ਕਿ ਇਹ ਇਹਦਾ ਬਿਆਨ ਹੈ, ਪ੍ਰਦੀਪ ਕਲੇਰ ਦਾ ਬਿਆਨ ਹੈ ਜੋ ਕੋਰਟ ਦੇ ਵਿੱਚ ਜੱਜ ਦੇ ਕੋਲ 3-4 ਕੋਰਟਾਂ 'ਚ ਦੇ ਕੇ ਆ ਕਿ ਜੀ ਮੈਂ ਕਿਸੇ ਕੰਮ ਲਈ ਗਿਆ ਸੀ ਉੱਥੇ ਅੱਗੇ ਗੁਫਾ ਦੇ ਵਿੱਚ, ਮਹਿੰਦਰਪਾਲ ਬਿੱਟੂ, ਹਨੀਪ੍ਰੀਤ, ਰਕੇਸ਼ ਦਿੜਬਾ, ਗੁਲਾਬੂ, ਗੁਰਲੀਨ, ਇਹ 7-8 ਉਹਨੇ ਨਾਂ ਲਏ ਨੇ।
ਠੀਕ ਹੈ, ਇਹ ਗੱਲ ਕਰ ਰਹੇ ਸੀ ਮਹਿੰਦਰਪਾਲ ਬਿੱਟੂ, ਕਹਿੰਦਾ ਮੈਂ ਜਾ ਖੜ ਗਿਆ। ਮਹਿੰਦਰਪਾਲ ਬਿੱਟੂ ਇਹ ਕਹਿ ਰਿਹਾ ਵੀ ਜੀ ਆਹ ਹੋਇਆ ਉੱਥੇ ਹਰਜਿੰਦਰ ਮਾਝੀ ਦਾ ਪ੍ਰਦੀਪ ਕਲੇਰ, ਪ੍ਰਦੀਪ ਕਲੇਰ ਜਾ ਕੇ ਖੜ ਗਿਆ, ਮਹਿੰਦਰਪਾਲ ਬਿੱਟੂ ਬਾਬੇ ਨੂੰ ਦੱਸ ਰਿਹਾ। ਅੱਛਾ, ਬੋਲ ਰਿਹਾ, ਠੀਕ ਹੈ। ਜੋ ਬਿਆਨ ਲਿਖਾਇਆ ਪ੍ਰਦੀਪ ਕਲੇਰ ਨੇ ਫਰਵਰੀ ਮਹੀਨੇ 'ਚ ਤੋਂ ਅਰੈਸਟ ਤੋਂ ਬਾਅਦ, ਉਹਦੀ ਤਫਤੀਸ਼ ਦੇ ਵਿੱਚ ਜੋ ਪਬਲਿਕ ਡੋਮੇਨ 'ਚ ਆਇਆ ਜਾਂ ਅਸੀਂ ਸੁਣਦੇ ਹਾਂ, ਔਰ ਉਹ ਕਹਿ ਵੀ ਰਿਹਾ ਕਿ ਉਹਨੇ ਉਹ ਜਾ ਕੇ ਉਹਨੂੰ ਬੁਲਾਇਆ ਬਾਬੇ ਨੇ, ਕਿਉਂਕਿ ਉਹ ਕਹਿੰਦਾ ਮੈਂ ਪੋਲੀਟੀਕਲ ਹੈੱਡ ਹਾਂ। ਤਾਂ ਜਦ ਮੈਂ ਅੱਗੇ ਗਿਆ ਤਾਂ ਕਹਿੰਦਾ ਮੈਂ ਜਾ ਕੇ ਖੜ ਗਿਆ ਪਿੱਛੇ। ਤਾਂ ਉਸ ਟਾਈਮ 'ਤੇ ਮਹਿੰਦਰਪਾਲ ਬਿੱਟੂ ਬਰੀਫਿੰਗ ਕਰ ਰਿਹਾ, ਬਾਬੇ ਨੂੰ ਬਰੀਫਿੰਗ ਕਰ ਰਿਹਾ ਸੀ, ਅਤੇ ਉੱਥੇ ਹਨੀਪ੍ਰੀਤ ਨਾਲ ਬੈਠੀ ਸੀ, ਰਕੇਸ਼ ਦਿੜਬਾ ਖੜਾ ਸੀ, ਗੁਰਲੀਨ ਖੜਾ, ਕੋਈ ਗੁਰਲੀਨ ਹੈ, ਇੱਕ ਗੁਲਾਬੂ ਹੈ, ਇਹਨਾਂ ਦਾ ਖਜ਼ਾਨੀ ਤੌਰ, ਅਤੇ ਇਹ ਪੰਜ ਸੱਤ ਬੰਦੇ ਖੜ੍ਹੇ ਸੀ। ਤਾਂ ਇਹ ਜਦ ਉੱਥੇ ਖੜ੍ਹੇ ਸੀ ਤਾਂ ਕਹਿੰਦਾ ਮੈਂ ਖੜ੍ਹ ਗਿਆ ਜਾ ਕੇ, ਵੀ ਕਹਿੰਦਾ ਮੈਂ ਗੱਲ ਕਰ ਰਹੇ ਨੇ। ਜਦ ਇਹ ਗੱਲ ਕਰ ਰਹੇ ਸੀ ਤਾਂ ਮਹਿੰਦਰਪਾਲ ਬਿੱਟੂ ਉੱਥੇ ਬਿਆਨ ਦੇ ਰਿਹਾ ਸੀ, ਬਾਬੇ ਨੂੰ ਬਰੀਫ ਕਰ ਰਿਹਾ ਸੀ ਕਿ ਜੀ ਹਰਿੰਦਰ ਮਾਝੀ ਦਾ ਬਿਆਨ ਲੱਗਿਆ ਅਤੇ ਲੋਕਾਂ ਨੇ ਉਹਦੇ ਲਾਗਟ ਤੋੜ ਕੇ ਥੱਲੇ ਸਿੜਤੇ, ਥੱਲੇ ਸਿੜਤੇ, ਜਿਹਦੇ 'ਤੇ ਹਨੀਪ੍ਰੀਤ ਭੜਕ ਗਈ। ਉਹਨੇ ਕਿਹਾ ਵੀ ਸਾਡੇ ਪਿਤਾ ਜੀ ਦੀ ਨਿਸ਼ਾਨੀ ਪੈਰਾਂ 'ਚ ਰੋਲਦੀ, ਤੁਸੀਂ ਕੀ ਕਰਿਆ, ਤੁਸੀਂ ਕਿਉਂ ਨਹੀਂ ਕੁਛ ਕਰਿਆ। ਉਹ ਕਹਿੰਦੇ ਜੀ ਉਹ ਤਾਂ ਪ੍ਰਚਾਰਕ ਹੈ, ਜਿਹੜਾ ਹਰਜਿੰਦਰ ਮਾਝੀ ਆ ਉਹ ਤਾਂ ਜਿਵੇਂ ਸਾਡੇ ਭੰਗੀ ਦਾਸ ਹੁੰਦੇ ਨੇ ਉਹ ਜਿਹਾ, ਉਹਨਾਂ ਦਾ ਪ੍ਰਚਾਰਕ ਹੈ। ਅਤੇ ਫਿਰ ਉਹ ਕਹਿੰਦੀ ਫਿਰ ਜੇ ਉਹ ਪ੍ਰਚਾਰਕ ਹੈ ਤਾਂ ਫਿਰ ਉਹਨਾਂ ਦਾ ਕਿਹਾ, ਤਾਂ ਇਹਨਾਂ ਅੱਗੇ ਉਹ ਕਿਹਾ ਜੀ ਉਹਨਾਂ ਦਾ ਤਾਂ ਜਿਵੇਂ ਆਪਾਂ ਬਾਬੇ ਨੂੰ ਮੰਨਦੇ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ। ਤਾਂ ਹਨੀ ਐਜ਼ ਪਰ ਹਿਮ ਇਹ ਨਿਊ ਸਟੇਟਮੈਂਟ, ਜੋ ਪ੍ਰਦੀਪ ਕਲੇਰ ਦੀ ਸਟੇਟਮੈਂਟ ਆ ਕਿ ਹਨੀਪ੍ਰੀਤ ਨੇ ਕਿਹਾ ਵੀ ਫਿਰ ਜੇ ਉਹਨਾਂ ਨੇ ਇਹ ਕਰਿਆ ਤਾਂ ਤੁਸੀਂ ਜੈਸੇ ਉਹਨਾਂ ਨੇ ਆਪਣੇ ਪਿਤਾ ਜੀ ਦਾ ਨਿਸ਼ਾਨੀ ਪੈਰਾਂ 'ਚ ਰੋਲੀ ਆ, ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਰੋਲੋ, ਦਿਸ ਇਜ਼ ਵਟ ਹੀ ਸਟੇਟਸ। ਅਤੇ ਇਹ ਕ੍ਰਕਸ ਹੈ ਉਹਦੀ ਸਟੇਟਮੈਂਟ ਦਾ, ਵਿਚ ਇਜ਼ ਵੈਰੀ ਵੈਰੀ ਇੰਪੋਰਟੈਂਟ, ਜਿਹੜਾ ਕਿ ਉਹ ਮੇਰੇ ਕੋਲ ਜਾਂ ਕਿਸੇ ਕੋਲ ਨਹੀਂ, 164 ਜੱਜ ਕੋਲ। ਯਾਨੀ ਪ੍ਰਦੀਪ ਕਲੇਰ ਆਪਣੀ ਸਟੇਟਮੈਂਟ ਦੇ ਵਿੱਚ ਇਹ ਕਹਿਣਾ ਚਾਹ ਰਿਹਾ ਕਿ ਮੈਂ ਕਲਪ੍ਰਿਟ ਨਹੀਂ ਜਾਂ ਮੈਂ ਕੌਂਸਪਰੇਸੀ ਨਹੀਂ ਕੀਤੀ, ਮੈਂ ਤਾਂ ਉੱਥੇ ਖੜਾ ਸੀ ਅਤੇ ਇਹਨਾਂ ਦੀ ਗੱਲ ਸੁਣੀ ਹੈ, ਇਹੀ ਹੈ। ਦੇਖੋ ਸਟੇਟਮੈਂਟ ਤਾਂ ਇਹੀ ਉਹਦੀ ਸਟੇਟਮੈਂਟ ਦੇ ਮੁਤਾਬਕ, ਅੱਜ ਦੀ ਜਿਹੜੀ ਉਹਦੀ ਜੱਜ ਕੋਲ ਸਟੇਟਮੈਂਟ ਹੈ। ਦੇਖੋ ਇਹ ਤਾਂ ਹੁਣ ਜਿਹੜੀ ਸਿੱਟ ਹੈ ਮੌਜੂਦਾ, ਜਿਹੜੇ ਕੋਈ ਤਫਤੀਸ਼ ਕਰ ਰਹੇ ਨੇ ਕੇਸ ਨੂੰ, ਇਹ ਉਹਨਾਂ ਨੇ ਦੇਖਣਾ ਵੀ ਇਹਨੂੰ ਇਹਦੀ ਫੇਸ ਵੈਲਿਊ ਤੋਂ ਲੈਣਾ ਵੀ ਅਸੀਂ ਤਫਤੀਸ਼ ਕਰਨੀ ਹੈ ਜਾਂ ਕੀਤੀ ਵੀ ਹੋਣੀ ਆ ਉਹਨਾਂ ਨੇ, ਇਹ ਉਹ ਤਾਂ ਕੋਰਟ ਡਿਸਾਈਡ ਕਰੂਗਾ ਵੀ ਇਹਦਾ ਕਿੰਨਾ ਕਸੂਰ ਹੈ। ਚਲੋ ਤੁਸੀਂ ਉਹਦੀ ਗੱਲ 'ਤੇ ਆ ਹੀ ਗਏ ਹੋ, ਪ੍ਰਦੀਪ ਕਲੇਰ ਨੇ ਤਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ, ਮੈਂ ਅਤੇ ਗੌਰਵ ਨੇ ਇੰਟਰਵਿਊ ਕੀਤੀ ਸੀ, ਉਹਨਾਂ ਗੱਲਾਂ 'ਤੇ ਆਪਾਂ ਬਾਅਦ 'ਚ ਆਉਣੇ ਹੈ। ਅਕਾਲੀ ਦਲ ਨੇ ਸਭ ਤੋਂ ਵੱਡਾ ਇਤਰਾਜ਼ ਇਸ 'ਤੇ ਜਿਤਾਇਆ ਇਸ ਵੇਲੇ, ਕਿਉਂਕਿ ਅਕਾਲੀ ਦਲ ਦੀ ਸਥਿਤੀ ਦਾ ਤੁਹਾਨੂੰ ਪਤਾ ਹੈ, ਇਸ ਵੇਲੇ ਬਾਗੀ ਗਰੁੱਪ ਹੈ, ਅਕਾਲ ਤਖ਼ਤ ਸਾਹਿਬ 'ਤੇ ਮਾਮਲਾ ਪਹੁੰਚ ਚੁੱਕਿਆ। ਪ੍ਰਦੀਪ ਕਲੇਰ ਨੂੰ ਅਕਾਲੀ ਦਲ ਇਹ ਕਲੇਮ ਕਰ ਰਿਹਾ ਕਿ ਇਹ ਮੁੱਖ ਦੋਸ਼ੀ ਹੈ। ਚਲੋ ਉਹ ਕਹਾਣੀ ਤੁਸੀਂ ਸਾਰੀ ਦੱਸਤੀ ਕਿ ਪ੍ਰਦੀਪ ਕਲੇਰ ਨੇ ਸਟੇਟਮੈਂਟ ਕੀ ਦਿੱਤੀ ਹੈ ਜਾਂ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਉਹਦਾ ਰੋਲ ਕੀ ਸੀ। ਸੋ ਹੁਣ ਪ੍ਰਦੀਪ ਕਲੇਰ ਜਿਹੜੀਆਂ ਗੱਲਾਂ ਕਰ ਰਿਹਾ, ਉਹਨਾਂ ਗੱਲਾਂ 'ਚ ਕੋਈ ਸੱਚਾਈ ਹੈ ਜਾਂ ਉਹ ਹਵਾ ਦੇ ਵਿੱਚ ਨੇ ਕਿ ਆਹ ਹੋਇਆ ਸੀ ਉਹ ਹੋਇਆ ਸੀ, ਮੇਰਾ ਕੋਈ ਰੋਲ ਨਹੀਂ ਹੈ। ਔਰ ਸਵਾਲ ਮੇਰਾ ਪੁੱਛਣ ਦਾ ਮਤਲਬ ਇਹ ਹੈ ਕਿ ਕੀ ਪ੍ਰਦੀਪ ਕਲੇਰ ਨੂੰ ਇਸ ਵੇਲੇ ਪੁਲਿਸ ਨੇ ਵਾਅਦਾ ਮਾਫ਼ ਗਵਾਹ ਬਣਾ ਲਿਆ? ਦਿਖਾਇਆ ਵਾਅਦਾ ਮਾਫ਼, ਅੰਗਰੇਜ਼ੀ ਅਪਰੂਵਰ, ਇਹ ਜਿਹੜੀਆਂ ਟਰਮੀਨੋਲੋਜੀਜ਼ ਨੇ ਇਹ ਟ੍ਰਾਇਲ ਕੋਰਟ ਕੋਲ ਜੱਜ ਕੋਲ ਜਾ ਕੇ ਹੋਣੀਆਂ ਨੇ। ਠੀਕ ਹੈ, ਮੇਰੀ ਜਿਹੜੀ ਇਨਫੋਰਮੇਸ਼ਨ ਹੈ ਜੋ ਅੱਜ ਤੱਕ ਮੈਂ ਦੇਖ ਰਿਹਾ ਜੋ ਕਾਨੂੰਨ ਜੋ ਹੋ ਰਿਹਾ ਉਹਦੇ ਮੁਤਾਬਕ, ਮੇਰੇ ਮੁਤਾਬਕ ਅੱਜ ਤੱਕ ਪ੍ਰਦੀਪ ਕਲੇਰ ਅਰੈਸਟ ਹੋਇਆ,
ਪ੍ਰਦੀਪ ਕਲੇਰ ਨੇ ਕੁਛ ਬਿਆਨ ਦਿੱਤੇ, ਉਹ ਬਿਆਨ ਜਿੱਥੇ ਪਹਿਲਾਂ ਸਿੱਟ ਕੋਲ ਦਿੱਤੇ, ਉਸ ਤੋਂ ਬਾਅਦ ਇਹ ਬਿਆਨ ਉਹਨੇ ਜੱਜ ਕੋਲੇ ਦਿੱਤਾ, ਜਿਹਨੂੰ ਆਪਾਂ 164 ਦਾ ਕਹਿੰਦੇ, 164 ਦਾ ਬਿਆਨ ਹੈ, ਠੀਕ ਹੈ। ਬਿਆਨ ਬਿਫੋਰ ਜੱਜ, ਉਹ ਚਾਹੇ ਅਕਿਊਜ਼ ਦੇਵੇ ਚਾਹੇ ਕੋਈ ਗਵਾਹ ਦੇਵੇ, ਉਹਨੂੰ 164 ਦੇ ਥੱਲੇ ਲਿਖਿਆ ਜਾਂਦਾ, ਅਤੇ ਇਹ ਬਿਆਨ 164 ਦਾ ਅਪਰੂਵਰ ਵਾਲੀ ਜਾਂ ਵਾਅਦੇ ਮਾਫ ਵਾਲੀ ਗੱਲ ਤਾਂ ਜਦ ਇਹ ਚਲਾਨ ਪੇਸ਼ ਹੋ ਜਾਣਗੇ, ਚਾਰਜ ਫਰੇਮ ਹੋਣਗੇ, ਉੱਥੇ ਪ੍ਰੋਸੀਕਿਊਸ਼ਨ ਕੀ ਕਹਿੰਦੀ ਹੈ, ਇਹਦਾ ਕਿੰਨਾ ਕੁ ਰੋਲ ਕੱਢਦੀ ਹੈ। ਅੱਜ ਤਾਂ ਇਹ ਰੋਲ ਇਹਨੇ ਦੱਸਿਆ ਨਾ ਜੀ, ਇੰਨਾ ਹੁਣ ਸਿੱਟ ਕੱਢੂਗੀ, ਇਹਦਾ ਕਿੰਨਾ ਰੋਲ ਹੈ, ਠੀਕ ਹੈ, ਠੀਕ ਹੈ। ਅਤੇ ਫਿਰ ਕਿੰਨਾ ਕੁ ਅਸਰ ਪੈਂਦਾ ਕੇਸ 'ਤੇ, ਅਤੇ ਦੈਟ ਮੀਨ ਉਹ ਉੱਥੇ ਡਿਸਾਈਡ ਹੋਣਾ। ਅੱਜ ਤਾਂ ਇਹ ਤਾਂ ਇਟਸ ਅ ਸਿੰਪਲ ਕਿ ਜੀ ਆਹ ਮੇਰਾ ਬਿਆਨ ਹੈ, ਮੈਂ ਜੱਜ ਕੋਲ ਦੇਣਾ ਚਾਹੁੰਦਾ, ਮੇਰੇ ਆਹ ਮੈਂ ਸੱਚਾਈ ਬਿਆਨ ਕਰਨਾ, ਜੱਜ ਨੇ ਸੁਣ ਲਈ। ਖੱਟੜਾ ਸਾਹਿਬ, ਮੈਂ ਇੱਕ ਚੀਜ਼ ਸਮਝ ਨਹੀਂ ਚਾਹੁੰਦਾ, ਕਿਉਂਕਿ ਤੁਸੀਂ ਬੇਅਦਬੀ ਦੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੇ ਸੀ, ਕਿ ਪ੍ਰਦੀਪ ਕਲੇਰ ਦੀਆਂ ਸਟੇਟਮੈਂਟ ਜਿਹੜੀਆਂ ਵਿਜੇ ਵੀ ਜ਼ਿਕਰ ਕਰ ਰਹੇ, ਬਹੁਤ ਵੱਡੀਆਂ ਵੱਡੀਆਂ, ਕਿ ਮੈਂ ਬਾਬੇ ਨੂੰ ਮਿਲਿਆ ਜੀ, ਮੈਂ ਜੇ ਡਬਲਯੂ ਮੈਰਿਟ ਦੇ ਵਿੱਚ ਮਿਲਿਆ, ਮੈਂ ਫਲਾਣੇ ਹੋਟਲ 'ਚ ਮਿਲਿਆ, ਮੈਂ ਮੁੰਬਈ 'ਚ ਮਿਲਿਆ, ਜੈਪੁਰ 'ਚ ਆ ਹੋਇਆ, ਕੋਠੀ 'ਚ ਪਹੁੰਚੇ, ਸੁਖਬੀਰ ਬਾਦਲ, ਇਹ ਬਹੁਤ ਵੱਡੀਆਂ ਸਟੇਟਮੈਂਟ ਹੈ। ਕਿ ਪ੍ਰਦੀਪ ਕਲੇਰ ਇੰਨਾ ਸਟਰੋਂਗ ਬੰਦਾ ਸੀ ਡੇਰੇ ਦੇ ਅੰਦਰ ਤੋਂ ਨਜ਼ਰ ਆਇਆ, ਕਿ ਉਸਦੀ ਇੰਨੀ ਪਹੁੰਚ ਸੀ ਕਿ ਸਿੱਧਾ ਡੇਰਾ ਮੁਖੀ ਦੇ ਨਾਲ ਉਹ ਬੈਠ ਕੇ ਗੱਲਬਾਤ ਕਰਦਾ ਹੋਵੇ, ਜਾਂ ਡੇਰਾ ਮੁਖੀ ਉਸਨੂੰ ਤਾਕੀਦ ਕਰਦਾ ਹੋਵੇ, ਕਿੰਨਾ ਸਟਰੋਂਗ ਸੀ ਪ੍ਰਦੀਪ ਕਲੇਰ? ਦੇਖੋ, 6 ਮੈਂਬਰੀ ਕਮੇਟੀ ਸੀ ਇਹਨਾਂ ਦੀ, ਨੈਸ਼ਨਲ ਕਮੇਟੀ, ਉਹਦਾ ਇਹ ਹੈੱਡ ਹੈ, ਇੱਕ ਨੰਬਰ 2, ਔਰ ਇਹ ਤਾਂ ਚੀਜ਼ਾਂ ਮੈਟਰ ਆਫ ਰਿਕਾਰਡ ਨੇ, ਠੀਕ ਹੈ ਜੀ। ਹਰਸ਼ ਧੂਰੀ, ਪ੍ਰਦੀਪ, ਸੰਦੀਪ ਬਰੇਟਾ, ਪ੍ਰਦੀਪ ਕਲੇਰ, ਸਰਕਾਰਾਂ ਨੇ, ਚਾਹੇ ਅਕਾਲੀ ਸਰਕਾਰ ਸੀ ਚਾਹੇ ਕਾਂਗਰਸ ਸਰਕਾਰ ਸੀ, ਇਹਨਾਂ ਨੂੰ ਜਿਪਸੀਆਂ ਦੇ ਕੇ ਰੱਖੀਆਂ, ਇਹਨਾਂ ਨੂੰ ਸਿਕਿਉਰਟੀਆਂ ਦੇ ਕੇ ਰੱਖੀਆਂ, ਪ੍ਰਦੀਪ ਕਲੇਰ, ਯੈਸ, ਸਾਰਿਆਂ ਨੇ, ਇਹਨਾਂ ਦੇ ਨੈਸ਼ਨਲ ਕਮੇਟੀ ਮੈਂਬਰ ਸਨ, ਹਰਸ਼ ਧੂਰੀ, ਸੰਦੀਪ ਬਰੇਟਾ, ਤਾਂ ਰਿਕਾਰਡ ਆ, ਮੈਟਰ ਐਡੀਸ਼ਨਲ ਡੀ ਜੀ ਪੀ ਸਿਕਿਉਰਟੀ ਤੋਂ ਲੈ ਲਓ ਰਿਕਾਰਡ। ਮਤਲਬ ਤੁਸੀਂ 2015-2014? ਮੈਂ ਤਾਂ 2018 ਦੀ ਵੀ ਗੱਲ, ਮੇਰੀ ਤਫਤੀਸ਼ ਵੇਲੇ ਵੀ ਇਹਨਾਂ ਕੋਲ ਹੈਗੇ ਸੀ, ਜਦ ਇਹਨਾਂ ਦਾ ਹਾਲੇ ਨਾਂ ਨਹੀਂ ਆਇਆ ਸੀ, ਜਦ ਹਾਲੇ ਤਾਂ ਫਸਟ ਇੰਸਾਂ 'ਚ ਵੀ ਆਹ ਫੜ ਲਿਆ, ਆਹ ਫੜ ਲਿਆ, ਆਹ ਫੜ ਲਿਆ, ਉਸ ਟਾਈਮ 2018 'ਚ ਭੱਜੇ ਨੇ, ਜਦ ਅਸੀਂ ਕੱਢਿਆ ਉਸ ਦਿਨ ਤੱਕ ਇਹਨਾਂ ਦੀ, ਕੀ ਨਾਮ, ਹਰਸ਼ ਧੂਰੀ, ਪ੍ਰਦੀਪ ਕਲੇਰ, ਸੰਦੀਪ ਬਰੇਟਾ, ਇਹਨਾਂ ਕੋਲ ਸਿਕਿਉਰਟੀ ਸੀ। ਖੱਟਰਾ ਸਾਹਿਬ, ਸਵਾਲ ਇਸ ਲਈ ਉੱਠਦਾ ਹੈ, ਅਰ ਇੱਕ ਸੈਕਿੰਡ, ਸਭ ਵੱਡੇ ਵੱਡੇ ਪੋਲੀਟੀਸ਼ੀਅਨ ਨੂੰ ਇਹ ਮਿਲਦੇ ਸੀ, ਠੀਕ ਹੈ, ਜੇ ਪੋਲੀਟੀਸ਼ੀਅਨ ਨੂੰ ਇਹੀ ਜਾਂ ਬਾਬੇ ਦੇ ਸਨੇਹ ਪੋਲੀਟੀਸ਼ੀਅਨਾਂ ਕੋਲ ਲੈ ਕੇ ਜਾਂਦੇ ਸੀ, ਇਹੀ ਪੋਲੀਟੀਸ਼ੀਅਨਾਂ ਦੇ ਸਨੇਹ ਬਾਬੇ ਕੋਲ ਪਹੁੰਚਾਉਂਦੇ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਮਤਲਬ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਇੱਕ ਪੂਰਾ ਕਹਾਣੀ ਦੱਸ ਰਿਹਾ, ਉਸਦੇ ਵਿੱਚ ਦਮ ਤਾਂ ਨਜ਼ਰ ਆਉਂਦਾ, ਕਿ ਜੇ ਵੱਡੇ ਪੋਲੀਟੀਸ਼ੀਅਨ ਨਾਲ ਸਿੱਧਾ ਜਾ ਕੇ ਪ੍ਰਦੀਪ ਕਲੇਰ ਮਿਲ ਰਿਹਾ ਸੀ ਜਾਂ ਹਰਸ਼ ਧੂਰੀ ਮਿਲ ਰਿਹਾ ਸੀ, ਤਾਂ ਦੇਖੋ ਬੇਅਦਬੀ ਔਰ ਗੋਲੀਕਾਂਡ ਤੋਂ ਡਿਫਰੈਂਟ ਹੈ, ਪਰ ਗੱਲ ਇਹ ਹੈ ਕਿ ਡੇਰਾ ਮੁਖੀ ਨੂੰ ਦਿੱਤੀ ਗਈ ਮੁਆਫੀ ਦੇ ਵਿੱਚ ਉਹਨੇ ਬਹੁਤ ਸਾਰੀਆਂ ਸਟੇਟਮੈਂਟਸ ਦੇ ਦਿੱਤੀਆਂ, ਜਿਸ ਦੇ ਵਿੱਚ ਉਹ ਕਹਿ ਰਿਹਾ ਕਿ ਜਾ ਕੇ ਮੈਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਮਿਲਿਆ, ਉਸ ਤੋਂ ਬਾਅਦ ਡਾਕਟਰ ਚੀਮਾ ਉੱਥੇ ਮੌਜੂਦ ਸੀ, ਫਿਰ ਡੇਰਾ ਮੁਖੀ ਨੂੰ ਮਿਲਿਆ, ਤਾਂ ਮਤਲਬ ਉਸ ਗੱਲ 'ਚ ਵਜ਼ਨ ਨਜ਼ਰ ਆਉਂਦਾ ਕਿ ਹੋ ਸਕਦਾ ਕੋਈ ਵੱਡੀ ਗੱਲ। ਕੀ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਚੀਜ਼ਾਂ ਕਿਸੇ ਵੇਲੇ ਸਾਹਮਣੇ ਆਈਆਂ ਕਿ ਮਾਫੀ ਵੀ ਉਹਦੇ 'ਚ ਇੱਕ ਵੱਡਾ ਪ੍ਰਕਰਨ ਸੀ? ਦੇਖੋ, ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਹੈ, ਇਮੀਡੀਏਟ ਪ੍ਰੋਵੋਕੇਸ਼ਨ ਦੇ ਵਿੱਚ ਮਾਫੀ ਮਿਲਣਾ ਤੇ ਮਾਫੀ ਕੈਨਸਲ ਹੋਣਾ, ਇਹਨਾਂ ਚੀਜ਼ਾਂ ਦੇ ਵਿੱਚ ਅਸਰ ਹੋਇਆ ਇਹਨਾਂ ਦਾ, ਇਹ ਵੀ ਇੱਕ ਕਾਰਨ ਸੀ, ਇੱਕ ਕਾਰਨ ਹੈ। ਬਟ ਮੈਂ ਜਿੱਥੇ ਆ ਰਿਹਾ ਕਿ ਜਿਹੜਾ ਤੁਸੀਂ ਸਵਾਲ ਕੀਤਾ ਬਈ, ਜਿਹੜਾ ਪ੍ਰਦੀਪ ਕਲੇਰ ਦੀ ਗੱਲ ਕਰਦੇ ਹੋ, ਪ੍ਰਦੀਪ ਕਲੇਰ ਦਾ ਮਿਲਣਾ ਜੁਲਣਾ ਉੱਠਣਾ, ਠੀਕ ਹੈ, ਅਤੇ ਜਿਹੜੀ ਤੁਸੀਂ ਮਾਫੀ ਦੀ ਗੱਲ ਕਰਦੇ ਹੋ, ਮਾਫੀ ਸੋ ਕਾਲਡ ਪੱਤਰ, ਜੇ ਤੁਸੀਂ ਗਿਆਨੀ ਗੁਰਮੁਖ ਸਿੰਘ ਜਿਹੜੇ ਸਾਬਕਾ ਜਥੇਦਾਰ ਸੀ, ਉਹਨਾਂ ਦੇ ਬਿਆਨ ਸੁਣ ਲਓ, ਉਹਨਾਂ ਦੇ ਬਿਆਨ ਕੱਢੋ, ਔਨ ਰਿਕਾਰਡ ਨੇ, ਇੱਕ ਉਹਨਾਂ ਦਾ ਬਿਆਨ
ਢਾਲ ਸਾਹਿਬ ਫੜ ਕੇ ਵਿਸਾਖੀ ਦੇ ਉੱਤੇ ਆ ਅਤੇ ਇੱਕ ਉਹਨਾਂ ਨੇ ਇੱਕ ਦੋ ਦਿਨਾਂ ਬਾਅਦ ਪ੍ਰੈਸ ਕਾਨਫਰੰਸ 'ਚ ਦਿੱਤਾ ਸੀ। ਠੀਕ ਹੈ। ਜਦੋਂ ਉਹਨਾਂ 'ਤੇ ਇਹ ਬਿਆਨ ਲੱਗ ਗਏ ਸੀ ਇਲਜ਼ਾਮ ਕਿ ਗਿਆਨੀ ਗੁਰਮੁਖ ਸਿੰਘ ਜਹਾਜ਼ 'ਚ ਗਿਆ, ਬੰਬੇ ਗਿਆ, ਫਲਾਣੇ ਗਿਆ, ਇੱਥੇ ਗਿਆ, ਇਹਨੇ ਲਿਆਂਦਾ, ਇਹ ਕਰਿਆ, ਤਾਂ ਉਹਨਾਂ ਨੇ ਮੈਂ ਬੜੇ ਧਿਆਨ ਨਾਲ ਪੜ੍ਹੇ ਨੇ, ਸੁਣੇ ਨੇ। ਆਈ ਥਿੰਕ ਜਸਟਿਸ ਰਣਜੀਤ ਸਿੰਘ ਜੀ ਉਹਨਾਂ ਨੇ ਵੀ ਉਹਨਾਂ ਨੂੰ ਔਨ ਰਿਕਾਰਡ ਕੁਛ ਨੂੰ ਲਿਆ। ਉਹ ਬੜੀ ਗੱਲ ਕਹਿੰਦੇ ਨੇ ਕਿ ਜਦੋਂ ਪੰਜੇ ਸਿੰਘ ਸਾਹਿਬਾਨ ਨੂੰ CM ਹਾਊਸ ਦੇ ਵਿੱਚ ਫਾਲਨ ਕੀਤਾ ਗਿਆ ਜਾਂ ਬੁਲਾਇਆ ਗਿਆ, ਉੱਥੇ ਇਹ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਜਿਹੜੇ ਕਿ ਮੌਜੂਦਾ ਸੀ ਉਸ ਟਾਈਮ ਮੌਜੂਦ ਸੀ, ਉਹਨਾਂ ਦਾ ਬਿਆਨ ਹੈ, ਸਾਹਿਬਾਨਾਂ 'ਚੋਂ ਇੱਕ ਸੀ, ਬਿਆਨ ਹੈ ਕਿ ਸਾਨੂੰ ਦਲਜੀਤ ਚੀਮਾ ਨੇ ਇੱਕ ਚਿੱਠੀ ਦਿੱਤੀ। ਉਹ ਚਿੱਠੀ ਹਿੰਦੀ 'ਚ ਸੀ ਅਤੇ ਉਹਦੇ 'ਚ ਖਿਮਾ ਨਹੀਂ ਸੀ। ਇਹ ਉਹਨਾਂ ਦਾ ਬਿਆਨ ਹੈ ਗਿਆਨੀ ਗੁਰਮੁਖ ਸਿੰਘ ਦਾ, ਔਨ ਰਿਕਾਰਡ ਹੈ, ਕੱਢੋ, ਤੁਹਾਡੇ ਵੀ ਸ਼ਾਇਦ ਹੋਵੇ। ਤੋ ਦੈਟ ਮੀਨਸ ਇੱਕ ਇਹਦਾ ਹੁਣ ਜਦ ਇਹ ਕਹਿ ਰਿਹਾ ਪ੍ਰਦੀਪ ਕਲੇਰ TV ਦੇ ਉੱਤੇ ਅਤੇ ਇਸ ਤੋਂ ਬਿਨਾਂ ਵੀ ਉਹਨੇ ਕਿਤੇ ਬਿਆਨ ਦਿੱਤੇ ਹੋਣੇ ਆ ਕਿ ਮੈਂ ਚਿੱਠੀ ਲੈ ਕੇ ਬਾਬੇ ਕੋਲ, ਮੈਂ ਅਸੀਂ ਫਿਲਮ MSG 2, ਉਹ ਵੀ ਇੰਪੋਰਟੈਂਟ ਫੈਕਟਰ ਹੈ ਉਹਦੇ ਲਈ, ਮੈਂ MSG 2 ਫਿਲਮ ਹੈ ਜਿਹੜੀ, ਉਹਦੇ ਲਈ ਅਸੀਂ ਇਹਨੂੰ ਕਿਹਾ ਵੀ ਸਾਡੀ ਚਲਵਾਓ ਫਿਲਮ ਨਹੀਂ ਚਲਾਉਂਦੇ। ਠੀਕ ਹੈ। ਕਿਉਂਕਿ ਉਸ ਟਾਈਮ ਤੱਕ ਬਾਬੇ ਦੇ ਹਨੀਪ੍ਰੀਤ ਨੂੰ ਸੀ ਵੀ ਜੇ ਸਾਡੀ ਫਿਲਮ ਚੱਲੇ 1000 ਕਰੋੜੀ, 1300 ਕਰੋੜ ਵਾਲੀ ਇਹਦੀ ਹੋਵੇ, ਸਾਡਾ ਨਾਂ ਹੋਵੇ, ਵੱਡੇ ਵੱਡੀਆਂ ਹੀਰੋਇਨਾਂਸ ਵਗੈਰਾ, ਮਤਲਬ ਉਹਨਾਂ ਦੇ ਉਸ ਲੀਗ ਉਹ ਫਿਲਮੀ ਦੁਨੀਆ 'ਚ ਹੋਰ ਅੱਗੇ ਜਾਣਾ ਚਾਹੁੰਦੇ ਸੀ। ਦੇਖੋ ਸਾਰੇ ਮਤਲਬ ਹੈ ਤਾਂ ਇਨਸਾਨ ਹੈ ਨਾ, ਹਰ ਬੰਦੇ ਦਾ ਹੁੰਦਾ ਵੀ ਮੇਰਾ ਨਾਂ ਹੋਵੇ, ਮੇਰਾ ਫਿਲਮੀ ਹੀਰੋਇਨਾਂ 'ਚ ਜਾਂ ਕੋਈ ਫਿਲਮੀ ਹੀਰੋਇਨ 'ਚ, ਮਤਲਬ ਦੈਟ ਦਾ ਰੀਜ਼ਨ ਦੇ ਫਾਰ ਮੇਕਿੰਗ ਫਿਲਮ। ਤਾਂ ਇਹਦੇ ਲਈ ਇਹ ਕਹਿੰਦਾ ਮੈਂ ਇਹਨੂੰ, ਉਹ ਕਹਿੰਦਾ ਯਾਰ ਮਾਫ਼ੀ ਮੰਗ ਲਵੇ ਫਟਾਫਟ ਜੋ ਵੀ ਆ ਰਿਹਾ। ਤਾਂ ਉਹ ਇਹ ਕਲੇਮ ਕਰਦਾ ਕਿ ਜੀ ਮੈਂ ਗਿਆ ਅਤੇ ਮੈਂ ਜਾ ਕੇ ਬਾਬੇ ਤੋਂ ਇਹ ਲਿਖਵਾ ਕੇ ਅਤੇ ਅਗਲੇ ਦਿਨ ਆ ਕੇ ਉਹ ਅਤੇ ਹਰਸ਼ ਧੂਰੀ ਉਹਨਾਂ ਨੇ ਚੀਮੇ ਅਤੇ ਸੁਖਬੀਰ ਨੂੰ ਦਿੱਤੀ ਹੈ ਅਤੇ ਉਹ ਚਿੱਠੀ ਜਿਹੜੀ ਦਿੱਤੀ ਹੈ ਉਹ ਵੀ ਇਹੀ ਕਲੇਮ ਕਰਦਾ ਕਿ ਮੈਂ ਤਾਂ ਹਿੰਦੀ 'ਚ ਲਿਆ ਅਤੇ ਮੈਂ ਕੋਈ ਖਿਮਾ ਜਾਜਕ ਨਹੀਂ ਲਿਖਿਆ ਸੀ। ਬਾਬੇ ਨੇ ਰਾਦਰ ਜੁੱਤੀ ਫੇਰੀ ਇਹਨਾਂ ਸਾਰਿਆਂ 'ਤੇ ਵੀ ਤੁਸੀਂ ਖਿਮਾ ਤਾਂ ਜਾਜਕ ਕਿਵੇਂ ਲਿਖਤਾ ਬਈ, ਮੈਂ ਤਾਂ ਲਿਖਿਆ ਨਹੀਂ ਹੈ। ਤੋ ਇਫ ਦੈਟ ਇਜ਼ ਟਰੂ, ਇਹ ਇੱਕ ਹੈ। ਅਤੇ ਇਹ ਦੇਖੋ ਡਾਇਰੈਕਟ ਐਵੀਡੈਂਸ ਇਹੋ ਜਿਹੇ ਕੇਸਾਂ 'ਚ ਕੌਣ ਮਰੇ ਮੁੱਕਿਆਂ ਦਾ ਕੋਈ ਨਹੀਂ ਹੁੰਦਾ, ਚਾਹੇ ਸੁਖਬੀਰ ਮੁੱਕਰ ਜਾਵੇ, ਚਾਹੇ ਇਹ ਮੁੱਕਰ ਜਾਵੇ, ਚਾਹੇ ਕੋਈ ਹੋਰ ਮੁੱਕਰ ਜਾਵੇ, ਕੱਲ੍ਹ ਨੂੰ ਮੈਂ ਵੀ ਮੁੱਕਰ ਸਕਦਾ। ਪਰ ਜਿਹੜੀਆਂ ਗੱਲਾਂ ਹੁਣ ਜੇ ਮੈਂ ਕਿਤੇ ਕੱਲ੍ਹ ਤੱਕ ਉਹਨਾਂ ਦਾ ਮਿਲਾਨ ਹੁੰਦਾ, ਜਿਹੜਾ ਮਿਲਾਨ ਗਿਆਨੀ ਗੁਰਮੁਖ ਸਿੰਘ ਜੀ ਦਾ ਕਹਿਣਾ ਅਤੇ ਇਹ ਬੰਦੇ ਦਾ ਕਲੇਮ ਕਰਨਾ, ਇਹ ਇੱਕ ਹੈ। ਇਹ ਕਹਿੰਦਾ ਮੈਂ ਹਿੰਦੀ 'ਚ ਲਿਆਂਦੀ ਅਤੇ ਬਿਨਾਂ ਦੱਸ ਕੇ, ਮਤਲਬ ਇਹਦੀ ਵਾਲੀ ਨਹੀਂ, ਪੰਜਾਬੀ ਤਾਂ ਇਹ ਨਹੀਂ ਟ੍ਰਾਂਸਲੇਟ ਕੀਤਾ ਗਿਆ, ਉਹ ਇਹਨਾਂ ਦੀ ਮਰਜ਼ੀ, ਇਹਨਾਂ ਨੇ ਕੀਤੀ ਹੈ। ਅਤੇ ਜਿਹੜਾ ਉਹ ਕਹਿ ਰਿਹਾ ਆਪਣਾ ਗਿਆਨੀ ਗੁਰਮੁਖ ਸਿੰਘ ਕਿ ਮੈਂ ਜਦ ਉੱਥੇ ਗਿਆ ਸਾਨੂੰ ਫੜਾਈ ਚੀਮੇ ਨੇ, ਤਾਂ ਉਹਨੂੰ ਕਿਹਾ, ਮੈਂ ਕਿਹਾ ਭਾਈ ਇਹ ਤਾਂ ਹਿੰਦੀ ਹੈ ਅਤੇ ਨਾ ਇਹਦੇ 'ਤੇ ਕਿਤੇ ਖਿਮਾ, ਮਤਲਬ ਮਾਫ਼ੀ ਮੰਗਿਆ। ਹੁਣ ਸਬਸੀਕੁਐਂਟਲੀ ਘੰਟੇ ਬਾਅਦ, 2 ਘੰਟੇ ਬਾਅਦ, ਦਿਨ, ਮੈਨੂੰ ਨਹੀਂ ਪਤਾ, ਇਹ ਕਲੇਮ ਗਿਆਨੀ ਗੁਰਮੁਖ ਸਿੰਘ ਦਾ ਅਤੇ ਇਹਦਾ ਪ੍ਰਦੀਪ ਕਲੇਰ ਦਾ, ਇਹ ਇੱਕ ਦੂਜੇ ਦਾ ਮਿਲਦੇ ਪੂਰਕ ਹੈ ਜਿਹੜਾ ਕਿ ਉਹਦੀ ਉਸ ਟਾਈਮ 'ਤੇ ਉਹ ਗਰੀਬ ਨੂੰ ਸਿੰਘ ਸਾਹਿਬ ਨੂੰ ਬਣਾਇਆ ਗਿਆ ਵਿਲਨ, ਅਤੇ ਹੁਣ ਅੱਜ ਜਦ ਇਹਨੂੰ ਕਹਿ ਰਿਹਾ ਵੀ ਇਹ ਝੂਠ ਬੋਲਦਾ, ਹੁਣ ਇਹਨਾਂ ਗੱਲਾਂ ਦੀਆਂ ਦੋਨਾਂ ਦਾ ਮੇਲ ਹੈ ਅਤੇ ਇਹ ਜੇ ਮੇਲ ਹੈ ਇਤਫਾਕ ਨਹੀਂ ਹੈ, ਦੈਟ ਮੀਨਸ ਦੇਰ ਇਜ਼ ਸਮਥਿੰਗ, ਇਹ ਗੱਲ ਵਾਜਬ ਹੈ। ਤੋ ਇਹਦਾ ਮਤਲਬ ਦਿਸ, ਆਈ ਥਿੰਕ ਆਈ ਹੈਵ ਆਨਸਰਡ ਦਿਸ ਕੇ। ਅੱਛਾ, ਮੈਂ ਇਹਦੇ ਨਾਲ ਫਿਰ ਇੱਕ ਚੀਜ਼ ਹੋਰ ਐਡ ਕਰ ਦਿੰਦਾ। ਸਾਡੀ ਜਾਣਕਾਰੀ ਦੇ ਮੁਤਾਬਕ
ਤੁਸੀਂ ਪਿਛਲੇ ਦਿਨਾਂ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਹੋ, ਖਾਸ ਕਰਕੇ ਜਦੋਂ ਇਹ ਪ੍ਰਕਰਨ ਸ਼ੁਰੂ ਹੋਇਆ ਅਕਾਲੀ ਦਲ ਦਾ, ਸੁਖਬੀਰ ਬਾਦਲ ਉੱਥੇ ਆਪਣਾ ਸਪਸ਼ਟੀਕਰਨ ਦੇ ਕੇ ਆਏ ਨੇ ਔਰ ਹਲੇ 6-5 ਚੱਲ ਰਿਹਾ, ਕੀ ਤੁਸੀਂ ਇਹੀ ਸਾਰਾ ਕੁਛ ਉੱਥੇ ਦੱਸ ਕੇ ਆਏ ਹੋ ਜਾਂ ਕੁਛ ਹੋਰ ਤੁਸੀਂ ਐਡ ਆਨ ਕੀਤਾ, ਜੇ ਤੁਸੀਂ ਸ਼ੇਅਰ ਕਰ ਸਕੋ ਤਾਂ? ਦੇਖੋ ਆਏ ਹਾਂ ਹੁਣ, ਮੈਨੂੰ ਲੱਗਦਾ 18-20 ਦਿਨ ਹੋ ਗਏ ਨੇ, ਮੈਂ ਤਾਂ ਨਹੀਂ ਸ਼ੇਅਰ ਕਰਨਾ ਚਾਹੁੰਦਾ ਸੀ, ਪਰ ਹੁਣ ਇਹ ਸਾਰਾ ਕੁਛ ਸਾਰਿਆਂ ਨੇ ਸ਼ੇਅਰ ਕਰ ਲਿਆ। ਦੇਖੋ ਪ੍ਰਾਇਮਰੀਲੀ ਮੇਰਾ ਜਾਣ ਦਾ ਮਤਲਬ ਉੱਥੇ ਮੇਰਾ ਜਿਹੜਾ ਸੀ, ਤੁਹਾਨੂੰ ਬੁਲਾਇਆ ਗਿਆ ਜਾਂ ਤੁਸੀਂ ਆਪੇ ਗਏ? ਨਾ ਮੈਂ ਆਪ ਗਿਆ, ਆਪ ਗਏ। ਪਹਿਲਾਂ ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਜੀ ਬੇਅਦਬੀ ਕਿਸ ਦੇ ਮੁਤਲਕ, ਤੇ ਆਹ ਜਿਹੜਾ ਇੱਕ ਧਿਰ ਤੁਹਾਡੇ ਕੋਲ ਪੇਸ਼ ਹੋਈ ਹੈ, ਉਹ ਕਹਿੰਦੇ ਅਸੀਂ ਗੁਨਾਹਗਾਰ, ਜਿਹੜੇ ਬਾਗੀ ਗਰੁੱਪ ਜੀ ਨੂੰ ਕਹਿੰਦੇ, ਜਿਹੜਾ ਬਾਗੀ 1 ਤਰੀਕ ਨੂੰ ਗਿਆ, ਉਹ ਕਹਿੰਦੇ ਜੀ ਅਸੀਂ ਗੁਨਾਹਗਾਰ, ਠੀਕ ਹੈ ਸਿੰਘ ਸਾਹਿਬ। ਤੇ ਦੂਜੀ ਧਿਰ ਕਹਿੰਦੀ ਅਸੀਂ ਤਾਂ ਗੁਨਾਹ ਬਖਸ਼ਾ ਹੀ ਫਿਰਦੇ ਹਾਂ। ਦਿਸ ਵਾਜ਼ ਦਾ ਸਿਚੁਏਸ਼ਨ ਔਨ 30 ਜੂਨ ਔਰ 1 ਜੁਲਾਈ, ਇਹੀ ਸੀ ਬਿਲਕੁਲ। ਮੈਂ ਸਿੰਘ ਸਾਹਿਬ ਨੂੰ ਫੋਨ ਕਰਿਆ, ਮੈਂ ਕਿਹਾ ਸਿੰਘ ਸਾਹਿਬ ਮੈਂ 3 ਸਾਲ ਪਹਿਲਾਂ ਵੀ ਅਕਾਲ ਤਖ਼ਤ ਸਾਹਿਬ 'ਤੇ ਆਇਆ ਸੀ, ਉਸ ਟਾਈਮ ਤੱਕ ਜੋ ਕੁਛ ਸੀ ਮੈਂ ਦੱਸਿਆ, ਹੁਣ ਪਿਛਲੇ 3 ਸਾਲ ਲੰਘ ਗਏ ਨੇ, ਹੁਣ ਕਾਫੀ ਡਿਵੈਲਪਮੈਂਟਸ ਹੋ ਰਹੀਆਂ ਨੇ, ਮੈਂ ਬੇਅਦਬੀ ਮੁਤਲਕ ਅਤੇ ਕੁਛ ਜਿਹੜੇ ਕੁਛ ਕਹਿ ਰਹੇ ਨੇ ਅਸੀਂ ਤਾਂ ਭੁੱਲਾਂ, ਆਹ ਸਾਡੀਆਂ ਭੁੱਲਾਂ ਨੇ, ਅਤੇ ਇੱਕ ਕਹਿੰਦੇ ਪੁਛਾ ਲਏ ਨੇ, ਇਹਨਾਂ ਮੁਤਲਕ ਤਫਤੀਸ਼ ਤਾਂ ਅਸੀਂ ਕੀਤੀ ਆ, ਮੈਂ ਕੁਛ ਹੋਰ ਗੱਲਾਂ ਵੀ ਤੁਹਾਨੂੰ ਦੱਸਣਾ ਚਾਹੁੰਦਾ, ਠੀਕ ਹੈ। ਜਿਹਦੇ ਉੱਤੇ ਉਹਨਾਂ ਨੇ ਮੈਨੂੰ 17 ਜੁਲਾਈ ਨੂੰ ਟਾਈਮ ਦਿੱਤਾ ਸੀ, ਮੈਂ ਸਿੰਘ ਸਾਹਿਬ ਜਿਹੜੇ ਨੇ ਇਹਨਾਂ 5-7 ਸੰਤਾਂ ਮਹਾਂਪੁਰਸ਼ਾਂ ਨਾਲ ਮੈਂ ਪੇਸ਼ ਹੋਇਆ, ਉੱਥੇ ਗਿਆ ਸੀ, ਠੀਕ ਹੈ। ਅਤੇ ਮੇਰੀ 2 ਘੰਟਾ ਮੀਟਿੰਗ ਹੋ ਗਈ, ਅਤੇ ਉਹਨਾਂ ਨੂੰ ਪ੍ਰਾਇਮਰੀਲੀ ਜਿਹੜਾ ਮੇਰੀ ਮਨਸ਼ਾ ਸੀ ਕਿ ਜੋ ਬੇਅਦਬੀ ਦੇ ਕੇਸਿਸ ਨੇ ਉਹਨਾਂ 'ਚ ਖੜੋਤ ਆ ਗਈ ਆ, 63 ਨੰਬਰ FIR ਦੇ ਵਿੱਚ ਚਲਾਣ ਦਿੱਤੇ ਨੂੰ 2.5 ਸਾਲ ਹੋ ਗਏ, ਪਰ ਪ੍ਰੋਸੀਕਿਊਸ਼ਨ ਸੈਂਕਸ਼ਨ ਸਰਕਾਰ ਦੇ ਦਰਬਾਰੇ 'ਚ ਪੈਂਡਿੰਗ ਪਈ ਹੈ, ਜਿਹੜਾ ਕਿ ਜੁਲਾਈ 2 ਸਾਲ ਤੋਂ ਪਈ ਹੈ। ਨੰਬਰ 2, ਸਾਰੇ ਬਾਬੇ ਦੇ ਕੇਸਿਸ ਜਿਹੜੇ ਨੇ ਰਾਮ ਰਹੀਮ ਨੇ, ਉਹਨੇ ਆਪਣੇ ਕੇਸਿਸ ਪਹਿਲਾਂ ਹੌਲੀ ਹੌਲੀ ਟ੍ਰਾਂਸਫਰ ਕਰਾ ਲਏ ਆਊਟ ਆਫ ਸਟੇਟ, ਹੁਣ 11 ਮਾਰਚ ਨੂੰ ਉਹ ਸਾਰੇ ਕੇਸਾਂ ਦੇ ਉੱਤੇ ਸਟੇਅ ਹੋ ਗਈ ਹੈ, ਟ੍ਰਾਇਲ ਠੀਕ ਹੈ ਸਟੇਅ ਹੋ ਗਈ, ਅਤੇ ਅੱਜ 3.5-4 ਮਹੀਨੇ ਉਹਨਾਂ ਦਾ ਟ੍ਰਾਇਲਾਂ ਦਾ ਟਾਈਮ ਲੰਘ ਚੁੱਕਿਆ, ਠੀਕ ਹੈ। ਅਤੇ ਕਿਸੇ ਨੇ, ਚਾਹੇ ਉਹ SGPC ਹੈ ਜਿਹੜੀ ਕਿ ਪੰਥ ਅਤੇ ਗ੍ਰੰਥ ਦੇ ਕਸਟੋਡੀਅਨ ਨੇ ਅੱਜ, ਮੈਂ ਕਿਹਾ ਜੀ ਨਾ SGPC ਨੇ ਅਤੇ ਨਾ ਸਰਕਾਰ ਨੇ ਇਹਦੇ 'ਤੇ ਕਿਸੇ ਨੇ ਅਪੀਲ ਨਹੀਂ ਪਾਈ ਹੈ, ਅਤੇ ਇਹ ਫਾਈਨਲ ਹੋ ਗਿਆ, ਅਤੇ ਇਹ 5-7 ਸਾਲ ਇਹ ਕੇਸਿਸ ਨੇ ਹੀ ਲਟਕਣਗੇ, ਅਤੇ ਕੌਮ ਜਿਵੇਂ ਅੱਜ ਲੜ ਰਹੀ ਹੈ ਇੱਕ ਦੂਜੇ ਗਲ, ਕੌਮ ਦੇ ਗਲ 'ਚ ਟੱਲੀ ਬੰਨ੍ਹਦੀ, ਅਤੇ ਸਿੱਖ ਆਪਸ ਦੇ ਵਿੱਚ ਲੜਦੇ ਰਹਿਣਗੇ ਤੂੰ ਕਰਾਈ ਆ ਬੈਦਵੀ, ਤੂੰ ਕਰਾਈ ਆ, ਉਹਨੇ ਕਰਾਈ ਆ, ਇਹਨੇ ਕਰਾਈ ਆ, ਇਹਨਾਂ ਚੀਜ਼ਾਂ ਦੇ ਉੱਤੇ। ਤੀਜਾ, ਗੁਰੂਸਰ ਭਗਤ ਵਾਲਿਆ ਕੇਸ ਦੇ ਵਿੱਚ ਨਾ ਸਟੇਅ ਹੈ ਨਾ ਕੁਛ ਹੈ, ਪਰ 2020 ਤੋਂ ਬਾਅਦ ਇੱਕ ਗਵਾਹੀ ਹੋਈ ਹੈ, ਅਤੇ ਉਹ ਗਵਾਹੀ ਮੁੜ ਕੇ ਉਸ ਤੋਂ ਅੱਗੇ ਸੈਕਿੰਡ ਗਵਾਹੀ ਨਹੀਂ ਹੋਈ, ਪ੍ਰੋਸੀਕਿਊਸ਼ਨ ਨਹੀਂ ਲਈ ਜਾ ਰਹੀ। ਤਾਂ ਮੈਂ ਕਿਹਾ ਜੀ ਆਹ 3 ਚੀਜ਼ਾਂ, ਅਤੇ ਕਾਇੰਡਲੀ ਇਹਨਾਂ 'ਤੇ ਧਿਆਨ ਲਓ। ਅਤੇ ਰਹੀ ਗੱਲ ਇਹਨਾਂ ਦੀਆਂ ਜਿਹੜੀਆਂ ਇਹ, ਉਹ ਕਹਿੰਦਾ ਮੇਰਾ ਨਹੀਂ ਹੈ, ਉਹ ਇਹਦਾ ਨਹੀਂ ਹੈ, ਉਹ 2 ਗੱਲਾਂ ਮੈਂ ਉਹਨਾਂ ਦੇ ਧਿਆਨ 'ਚ ਜ਼ਰੂਰ ਲਿਆਉਂਦੀਆਂ ਸੀ। ਇੱਕ ਵੀ 2012 'ਚ ਉਹ ਬੰਦਾ ਜਿਹੜਾ ਕੰਪਲੇਨੈਂਟ ਸੀ RS ਸਿੱਧੂ, ਉਹ ਚੀਕ ਚੀਕ ਕੇ ਮਰ ਗਿਆ, ਮੇਰੇ ਦਸਖਤ ਨਹੀਂ ਹੈਗੇ, ਅਤੇ ਉਹ ਕੇਸ ਹੈ ਜਿਹੜਾ ਉਹ ਕੀਤਾ ਗਿਆ, ਕੈਂਸਲੇਸ਼ਨ ਰਿਪੋਰਟ ਭਰੀ ਗਈ ਹੈ,
ਉਹਦੀ ਪਿੱਠ ਵਿੱਚ, ਉਹ ਕਹਿੰਦਾ ਮੇਰੇ ਦਸਤਖਤ ਨਹੀਂ ਹੈਗੇ ਅਤੇ ਉਸ ਤੋਂ ਬਾਅਦ 2014 'ਚ ਉਹ ਫਾਈਲ ਹੋ ਗਿਆ, ਮਤਲਬ ਅਪਰੂਵ ਹੋ ਗਿਆ ਅਤੇ ਜਿਹਦੇ ਵਿੱਚ ਇਹ ਸਰਕਾਰ ਇਹੀ ਪ੍ਰਧਾਨ ਸਾਰੇ ਹਾਜ਼ਰ ਸੀ। ਇੱਕ ਇੱਕ ਤਾਂ ਇਹ ਹੈ ਬੜਾ, ਜਿਹੜਾ ਬਾਬੇ ਨੇ ਪੋਸ਼ਾਕ ਪਾਈ ਸੀ ਜਾਮੇ ਇਨਸਾਨ, ਜਾਮੇ ਇਨਸਾਨ 262/7 PS ਕੋਤਵਾਲੀ ਬਠਿੰਡਾ ਇਹ ਕੇਸ ਤਫਤੀਸ਼। ਇੱਕ ਤਾਂ ਇਹ ਹੈ ਵੀ ਉਹ ਬੰਦਾ ਪਿੱਟ ਰਿਹਾ ਅਤੇ ਇਹਦਾ ਮਤਲਬ ਹੋਈ ਹੈ ਅਤੇ ਇਹਨਾਂ ਦੀ ਗਲਤੀ ਹੋਈ ਹੈ। ਦੂਜੀ ਮੈਂ ਕਿਹਾ ਸਿੰਘ ਸਾਹਿਬ ਤੁਹਾਡੇ ਨਾਲ ਫਰਾਡ ਹੋਇਆ, ਜਿਹੜੀ ਮਾਫ਼ੀ ਜਿਹੜੀ ਚਿੱਠੀ ਜਿਹੜੀ ਤੇ ਅਕਾਲ ਤਖ਼ਤ ਨੇ ਦਿੱਤੀ ਹੈ, ਫੈਸਲਾ ਦਿੱਤਾ, ਮਾਫ਼ੀ ਦਿੱਤੀ ਹੈ ਅਤੇ ਸਬਸੀਕੁਐਂਟਲੀ ਤੁਸੀਂ ਰੱਦ ਕੀਤੀ ਹੈ ਜਦ ਮਾਫ਼ੀ ਰੱਦ ਹੋਈ ਹੈ, ਉਹੀ ਟੈਂਪਰਡ ਹੈ ਇਹ ਬੰਦਾ ਕਹਿ ਰਿਹਾ। ਮੇਰੇ ਕੋਲ ਤਾਂ ਪਹਿਲਾਂ ਵੀ ਮੇਰੇ ਧਿਆਨ 'ਚ ਸੀ ਇਹ, ਪਰ ਮੈਂ ਜਦ ਪੜ੍ਹਦੇ 'ਚ ਗਈ ਸੀ ਹੁਣ ਮੈਨੂੰ ਨਹੀਂ ਪਤਾ ਇਹ ਕਿਉਂ ਇਹ ਸਾਰੇ ਜਿਹੜੀ ਕਾਟੋ ਜਿਹੜੀ ਇੰਨਾ ਕਾਟੋ ਕਲੇਸ਼ ਛਿੜਿਆ ਤਾਂ ਇਹ ਚੀਜ਼ਾਂ ਨੇ। ਤਾਂ ਇਹਦੇ ਵਿੱਚ ਮੈਂ ਕਿਹਾ ਜੇ ਤਾਂ ਫਰਾਡ ਤੁਹਾਡੇ ਨਾਲ ਹੋਇਆ, ਅਕਾਲ ਤਖ਼ਤ ਸਾਹਿਬ ਨਾਲ ਹੋਇਆ, ਪੁੱਛੋ ਇਹਨਾਂ ਨੂੰ। ਵੀ ਉਹ ਕਹਿੰਦਾ ਵੀ ਮੈਂ ਤਾਂ ਹਿੰਦੀ 'ਚ ਅਤੇ ਬਿਨਾਂ ਉਦੋਂ ਲਿਖੇ ਅਤੇ ਪੰਜਾਬੀ 'ਚ ਅਤੇ ਕਿਵੇਂ ਜਾਂਦੇ, ਇਹ ਤਾਂ ਮਤਲਬ ਉਹ ਕਹਿ ਰਿਹਾ ਵੀ ਸਾਈਨ ਉਹ ਸਕੈਨ ਕਰਕੇ ਟੈਂਪਰ ਕੀਤੇ ਇਹਨਾਂ ਨੇ, ਕਿਤੇ ਟੈਂਪਰ ਕੀਤੇ। ਫਰਾਡ ਫਿਰ ਕਿਸ ਨੇ ਕਰ ਦਿੱਤਾ, ਇਹ ਡੇਰਾ ਸਿਰਸਾ ਨੇ ਫਰਾਡ ਕਰਿਆ? ਡੇਰਾ ਸਿਰਸਾ ਤਾਂ ਕਹਿ ਰਿਹਾ ਹੈ, ਡੇਰਾ ਸਿਰਸੇ ਵਾਲੇ ਤਾਂ ਕਹਿ ਰਹੇ ਨੇ ਵੀ ਅਸੀਂ ਹਿੰਦੀ 'ਚ ਭੇਜੀ ਸੀ, ਅਸੀਂ ਤਾਂ ਹਿੰਦੀ 'ਚ ਭੇਜੀ ਹੈ। ਜਿਹੜਾ ਬੰਦਾ ਕੋਰੀਅਰ ਹੈ, ਜਿਹੜਾ ਬੰਦਾ ਲਿਖ ਕੇ ਆਇਆ, ਜਿਹੜਾ ਲੈ ਗਿਆ, ਉਹ ਕਹਿ ਰਿਹਾ ਵੀ ਮੈਂ ਤਾਂ ਹਿੰਦੀ 'ਚ ਭੇਜੀ ਹੈ ਅਤੇ ਦਸਤਖਤ ਮਤਲਬ ਦਸਤਖਤ ਸੀ ਅਤੇ ਖਿਮਾ ਜਾਚਨਾ ਨਹੀਂ ਲਿਖਿਆ ਸੀ। ਅਤੇ ਇੱਕ ਇਹਨਾਂ ਦਾ ਸਿੰਘ ਸਾਹਿਬ ਕਹਿ ਰਿਹਾ 3 ਸਾਲ ਪਹਿਲਾਂ ਵੀ ਜਿਹੜੀ ਚਿੱਠੀ ਮੈਨੂੰ ਦਿੱਤੀ ਗਈ ਸੀ CM ਨੇ ਹਾਜ਼ਰੀ 'ਚ ਪ੍ਰਕਾਸ਼ ਸਿੰਘ ਬਾਦਲ ਦੇ ਡਰਾਇੰਗ ਰੂਮ 'ਚ, ਉਹ ਚਿੱਠੀ ਦੇ ਉੱਤੇ ਹਿੰਦੀ 'ਚ ਸੀ ਅਤੇ ਹਿੰਦੀ 'ਚ ਚਿੱਠੀ ਸੀ ਅਤੇ ਉਹਦੇ 'ਚ ਨਹੀਂ ਲਿਖੀ ਸੀ ਮਾਫ਼ੀ। ਤਾਂ ਹੁਣ ਉਹ ਤਾਂ 2+2 ਮਤਲਬ 4 ਹੀ ਬਣਦੇ ਨੇ, 4.25 ਜਾਂ 4.25 ਤਾਂ ਨਹੀਂ ਹੋ ਸਕਦੇ। ਤਾਂ ਮੈਂ ਜੇ ਫਰਾਡ ਹੋਇਆ ਪਤਾ ਕਰੋ, ਅਰ ਇਹ ਚੀਜ਼ਾਂ ਕੋਈ ਲੱਭਣੀਆਂ ਔਖੀਆਂ ਨਹੀਂ ਹੈ। ਤੁਸੀਂ ਬਾਦਲ ਪਰਿਵਾਰ ਨੂੰ ਕਟਹਿਰੇ 'ਚ ਖੜਾ ਕਰ ਰਹੇ ਹੋ ਕਿ ਫਰਾਡ ਕਰਨ ਵਾਲੇ ਬਾਦਲ ਪਰਿਵਾਰ? ਮੈਂ ਨਹੀਂ ਕਿਸੇ ਨੂੰ ਕਟਹਿਰੇ 'ਚ ਕਹਿੰਦਾ, ਮੈਂ ਇਹ ਕਹਿ ਰਿਹਾ ਜੀ ਤੋਂ ਕਹਿ ਰਹੇ ਹੋ ਹਿੰਦੀ 'ਚ ਚੱਲੀ ਚਿੱਠੀ ਪ੍ਰਦੀਪ ਕਲੀਰ ਲੈ ਕੇ ਆਇਆ, ਹਿੰਦੀ 'ਚ ਸੀ ਚਿੱਠੀ, ਫਿਰ ਬਾਦਲ ਦੇ ਪਰਿਵਾਰ ਤੋਂ ਜਾਂ ਉਹਨਾਂ ਦੇ ਘਰ ਤੋਂ ਜਦੋਂ ਅੱਗੇ ਗਈ ਪੰਜਾਬੀ ਸ਼ੁਰੂ, ਉੱਥੋਂ ਉਹ ਹੋ ਕੇ ਟੈਂਪਰਡ ਹੋ ਕੇ ਗਈ? ਹਾਂਜੀ ਤੁਸੀਂ ਬਿਲਕੁਲ ਠੀਕ ਹੈ। ਦੇਖੋ ਮੈਂ ਨਹੀਂ ਕਹਿ ਰਿਹਾ ਯਾਰ, ਸਾਰੇ ਰਲ ਗਏ ਤਾਂ ਮਤਲਬ ਫੈਕਟਸ ਨੇ, ਇਹ ਤਾਂ ਫੈਕਟਸ ਨੇ, ਇਹ ਫੈਕਟਸ ਨੇ। ਨਹੀਂ ਪਰ ਅਕਾਲੀ ਦਲ ਇਸ ਵੇਲੇ ਕਹਿ ਰਿਹਾ ਕਿ ਪ੍ਰਦੀਪ ਕਲੇਰ ਜਿਹਨੂੰ ਤੁਸੀਂ ਕਿਹਾ ਵੀ ਉਹਦੀ ਕੀ ਭੂਮਿਕਾ ਸੀ ਜਾਂ ਤੁਹਾਡੀ ਫਾਈਂਡਿੰਗ 'ਚ ਕੀ ਆਇਆ, ਉਹਦੀ ਗੱਲ 'ਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ? ਨਹੀਂ ਭਰੋਸਾ ਨਾ ਉਹਦੇ ਨੇ ਕਰਨਾ, ਇੱਕ ਸਿੰਘ ਸਾਹਿਬ ਅੱਜ ਵੀ ਮੁੱਖ ਗ੍ਰੰਥੀ ਆ ਅਕਾਲ ਤਖ਼ਤ ਸਾਹਿਬ ਦੇ ਉੱਤੇ, ਗਿਆਨੀ ਗੁਰਮੁਖ ਸਿੰਘ, ਜਦ ਗਿਆਨੀ ਗੁਰਮੁਖ ਸਿੰਘ ਝੂਠ ਬੋਲਦਾ, ਗਿਆਨੀ ਗੁਰਮੁਖ ਸਿੰਘ ਕਹਿ ਰਿਹਾ ਵੀ ਵੱਡੇ ਬਾਦਲ ਸਾਹਿਬ ਨੇ, ਚੀਮੇ ਨੇ, ਜੰਦੂ ਮਾਜਰਾ ਨੇ, ਇਹ ਤਾਂ ਅੱਡ ਰੂਮ 'ਚ ਬੈਠੇ ਸੀ ਅਤੇ ਜਦ ਪੰਜ ਸਿੰਘ ਸਾਹਿਬ, ਦੇਖੋ ਮਰਿਆਦਾ ਤਾਂ ਉੱਤੇ ਨੇ ਤਾਰ ਹੋ ਗਈ, ਜਾਂ ਪੰਜ ਸਿੰਘ ਸਾਹਿਬਾਨ ਨੂੰ ਤਖ਼ਤ ਦੀ ਬਜਾਏ CM ਦੇ ਰੈਜੀਡੈਂਸ 'ਤੇ ਫਲਨ ਹੋ ਗਿਆ, ਪਰ ਇਹ ਅੱਜ ਤੱਕ ਮੰਨਿਆ ਤਾਂ ਕੋਈ ਵੀ ਨਹੀਂ, ਨਾ ਇਹ ਗੱਲ ਕਰਦੇ ਔਨ ਰਿਕਾਰਡ ਹੈ, ਕਿਉਂ ਨਹੀਂ ਮੰਨਣਾ ਬਈ ਯਾਰ? ਦੀਜ਼ ਆਰ ਦਾ ਫੈਕਟ, ਇਹ ਤਾਂ ਸੋਸ਼ਲ ਮੀਡੀਆ 'ਤੇ ਉਹਨਾਂ ਦੇ ਇਹਨਾਂ ਦੇ ਉੱਤੇ ਉਹ ਆਪ ਸਿੰਘ ਸਾਹਿਬ ਕਹਿੰਦੇ ਨੇ ਹਾਂਜੀ ਸਾਨੂੰ ਬੁਲਾਇਆ, ਅਤੇ ਉਸ ਤੋਂ ਬਾਅਦ ਜਿਹੜਾ ਉਹ ਕਹਿ ਰਿਹਾ ਗਿਆਨੀ ਗੁਰਮੁਖ ਸਿੰਘ ਵੀ ਆਹ ਮੇਰੇ ਸਾਹਮਣੇ, ਇਹ ਤਾਂ ਔਨ ਰਿਕਾਰਡ, ਯਾਰ ਰਿਕਾਰਡ ਕੱਢੋ, ਅੱਜ ਮੁੱਕਰ ਜਿਵੇਂ ਮਰੇ ਮੁੱਕਰੇ ਦਾ ਕੋਈ ਇਤਰਾਜ਼ ਨਹੀਂ, ਅੱਜ ਸੁਖਬੀਰ ਮੁੱਕਰਦਾ, ਅੱਜ ਪ੍ਰਦੀਪ ਕਲੇਰ ਮੁੱਕਰਦਾ, ਮੈਂ ਮੁੱਕਰਦਾ, ਕੋਈ AB ਚੀਮਾ ਸਾਹਿਬ ਮੁੱਕਰਦੇ ਨੇ, ਮੁੱਕਰ ਜਾਓ, ਪਰ ਪਰਮਾਤਮਾ ਦੇ ਘਰ 'ਚ ਤਾਂ ਦੇਣਾ ਪਊਗਾ ਜਵਾਬ। ਅੱਛਾ, ਇਹਦੇ ਨਾਲ ਹੀ ਜੁੜੀ ਇੱਕ ਗੱਲ ਹੋਰ ਹੈ, ਸ਼ਾਇਦ ਤੁਸੀਂ ਉਹਦਾ ਜਵਾਬ ਦੇ ਪਾਓ। ਪ੍ਰਦੀਪ ਕਲੇਰ ਨੇ ਇਕੱਲੀਆਂ ਇਹ ਗੱਲਾਂ ਨਹੀਂ ਕੀਤੀਆਂ, ਇਹ ਵੀ ਕਿਹਾ ਕਿ ਬਾਬੇ ਦੇ ਕੋਲ ਵੋਟਾਂ ਦੇ ਲਈ ਆਉਂਦੇ ਜਾਂਦੇ ਸੀ,
ਰਾਤ ਬਰਾਤੇ ਆਉਂਦੇ ਸੀ, ਲੱਕੀ ਹੰਡਿਆਏ ਦਾ ਨਾਂ ਲਿਆ ਕੇ ਗੱਡੀਆਂ 'ਚ ਬਦਲ ਕੇ, ਕਦੇ ਸਵਿਫਟ ਕਾਰ 'ਚ, ਕਦੇ ਆਡੀ 'ਚ, ਕੀ ਇਹ ਵੀ ਚੀਜ਼ਾਂ ਕਦੇ ਤੁਹਾਡੇ ਧਿਆਨ 'ਚ ਆਈਆਂ? ਪੂਰੀਆਂ ਧਿਆਨ 'ਚ ਨੇ, ਇਹਨਾਂ 'ਤੇ ਲੋਡ ਨਹੀਂ ਹੈ ਬਈ। ਕਈ ਚੀਜ਼ਾਂ ਮਤਲਬ ਓਪਨ ਸੀਕ੍ਰੇਟ ਨੇ। ਹੁਣ ਇਹਨਾਂ ਦੇ ਵਿੱਚ ਜੇ ਕੋਈ ਕਹੇ ਵੀ ਕਿਸੇ ਨੇ, ਦੇਖੋ ਔਨ ਰਿਕਾਰਡ ਇਹ ਕੀ ਕਰਦੇ ਨੇ ਮੈਨੂੰ ਨਹੀਂ ਪਤਾ, ਬਟ ਆਲ ਦੀਸ ਥਿੰਗਸ ਕੈਨ ਬੀ ਪ੍ਰੂਵਡ। ਜਹਾਜ਼ ਚੜ੍ਹਦੇ ਨੇ, ਜਹਾਜ਼ ਉਤਰਦੇ ਨੇ, ਪ੍ਰਾਈਵੇਟ ਜਹਾਜ਼ਾਂ 'ਚ ਚੱਲੇ ਨੇ, ਪ੍ਰਾਈਵੇਟ ਗੱਡੀਆਂ 'ਚ ਗਏ ਨੇ, ਠੀਕ ਹੈ, ਕਿੱਥੇ ਗਏ ਨੇ, ਕਿਵੇਂ ਗਏ ਨੇ, ਦੀਸ ਕੈਨ ਬੀ ਪ੍ਰੂਵਡ। ਪਰ ਇੱਕ ਲੇਮੈਨ ਨਹੀਂ ਇਹਨਾਂ ਨੂੰ ਰੱਖ ਸਕਦਾ। ਵਨ ਨੰਬਰ ਟੂ, ਇਹ ਓਪਨ ਸੀਕ੍ਰੇਟ ਨਹੀਂ ਹੈ ਕਿ ਤੁਸੀਂ ਜਿਹੜੀ ਗੱਲ ਕਰਦੇ ਹੋ, ਜਾਣਾ ਨਾ ਜਾਣਾ, ਸਪੋਰਟ ਲੈਣੀ ਓਪਨ ਸੀਕ੍ਰੇਟ ਨਹੀਂ ਹੈ। 2017 ਦੇ ਵਿੱਚ ਉਹਨਾਂ ਨੇ ਇੱਕ ਸੈਕਿੰਡ, ਸੀਕ੍ਰੇਟ ਨਹੀਂ ਹੈ। ਮੋਹਾਲੀ ਤੋਂ ਲੈ ਕੇ ਬਠਿੰਡੇ ਤੱਕ ਤਿੰਨ ਸਮਾਗਮ ਹੋਏ, ਇੱਕ ਪਟਿਆਲੇ ਹੋਇਆ, ਇੱਕ ਸੰਗਰੂਰ ਹੋਇਆ, ਇੱਕ ਬਠਿੰਡੇ ਹੋਇਆ। ਲੈਸਰ ਹਿਊਮਨ ਬੀਇੰਗਸ ਲਈ ਹੋਏ, ਕੈਂਡੀਡੇਟਾਂ ਲਈ ਹੋਏ, ਵੱਡਿਆਂ ਦੇ ਲਈ ਕੀ ਹੋਇਆ? ਵੱਡਿਆਂ ਤੋਂ ਬਿਨਾਂ ਹੀ ਮਿਲ ਗਈ ਸਪੋਰਟ ਇਹਨਾਂ ਨੂੰ, ਉਹਨਾਂ ਨੂੰ ਘਰੇ ਬੈਠੇ ਅੱਗੇ ਸਪੋਰਟ ਦਿੱਤੀ। ਹੁਣ ਇੱਕ ਗੱਲ ਹੋਰ ਐਡ ਕਰਨੀ ਚਾਹੁੰਦਾ, ਮੇਰੇ ਉੱਤੇ ਲੋਕ ਐਲੀਗੇਸ਼ਨ ਲਾਉਂਦੇ ਨੇ, ਮੈਂ ਉਸੇ ਗੱਲ ਤੇ ਆ ਰਿਹਾ ਕਿ ਤੁਹਾਡਾ ਬੇਟਾ ਵੀ ਉਸ ਵੇਲੇ ਕੈਂਡੀਡੇਟ ਸੀ, ਉੱਥੇ ਉੱਥੇ ਹੀ ਆਉਣਾ 2017 ਚ ਅਕਾਲੀ ਦਲ ਦਾ। ਅਦੜੇ ਮੈਂ ਸਰਕਾਰ ਦੇ ਰਿਸਪੌਂਸ 'ਚ ਵੀ ਇਹ ਗੱਲ ਸੁਣੀ ਆ। ਮੈਂ ਇਹ ਗੱਲ ਬੜੀ ਕਲੀਅਰ ਕਰ ਦੇਣਾ ਚਾਹੁੰਦਾ, ਤੁਹਾਡੇ ਸਵਾਲ ਦਾ ਜਵਾਬ ਇਹਦੇ 'ਚ। 2012 'ਚ ਮੇਰਾ ਸੰਤ ਸਤਬੀਰ ਸਿੰਘ ਆਜ਼ਾਦ ਲੜਿਆ, ਕਿਉਂਕਿ ਉਹ ਸਮਾਜ ਸੇਵੀ ਸੀ, ਕਰਦਾ ਆਜ਼ਾਦ ਚੋਣ ਲੜਿਆ 2012 'ਚ ਆਜ਼ਾਦ ਚੋਣ ਲੜਿਆ ਅਕਾਲੀ ਦਲ ਦੇ ਕਾਂਗਰਸ ਦੇ ਖਿਲਾਫ਼। 21,000 ਉਹਨੂੰ ਵੋਟ ਪਈ ਪਿੰਡਾਂ 'ਚ ਜਬਰ। 2017 'ਚ ਅਕਾਲੀ ਦਲ ਨੇ ਉਹਨੂੰ ਅਡੋਪਟ ਕਰ ਲਿਆ, ਅਕਾਲੀ ਦਲ ਟਿਕਟ 'ਤੇ ਆਇਆ। ਠੀਕ ਹੈ, ਟਿਕਟ ਦਾ ਡਿਊਰ ਐਂਡ ਇਟ ਇਜ਼ ਅ ਫੈਕਟ। ਮੈਂ ਇਸੇ ਕਰਕੇ ਕਹਿੰਦਾ, ਮੈਂ ਜੇ ਕਿ ਜ਼ਿੰਦਗੀ ਜੋ ਵੀ ਕੁਛ ਕੀਤਾ, ਮੈਂ ਬੜਾ ਫੇਅਰ ਅਤੇ ਓਪਨ ਟ੍ਰਾਂਸਪੇਰੈਂਟ। 2012 'ਚ ਮੈਡਮ ਕੁਸਮਜੀਤ ਸਿੱਧੂ ਸੀ ਅਤੇ ਪਿੱਛੇ ਦੂਜਾ ਸੀ ਵੀਕੇ ਸਿੰਘ ਸੀਗੇ 2017 'ਚ। 2017 'ਚ ਵੀਕੇ ਵਾਰੀ ਮੈਂ ਚਿੱਠੀ ਲਿਖੀ, ਜਵਾਬ ਆਪ ਖੁਦ ਰਿਕੁਐਸਟ ਕੀਤੀ ਕਿ ਮੇਰਾ ਲੜਕਾ ਚੋਣ ਲੜ ਰਿਹਾ, ਚਾਹੇ ਮੈਂ ਉਹ ਪਟਿਆਲੇ ਜ਼ਿਲ੍ਹੇ 'ਚ ਨਹੀਂ ਸੀ, ਦੂਰ ਸੀ, ਤਾਂ ਮੈਨੂੰ ਕਿਤੇ ਇਨਕਨਸੀਕੁਐਂਸ਼ਲ ਹਟਾ ਕੇ ਪਬਲਿਕ, ਦੇਖੋ ਮੈਂ DIG ਫਿਰੋਜ਼ਪੁਰ ਸੀ, ਪਬਲਿਕ ਡੀਲਿੰਗ ਦੀ ਜ਼ਿੰਮੇਵਾਰੀ ਤੋਂ ਪਾਸੇ ਕਰ ਦਿੱਤਾ ਮੈਨੂੰ, ਕਿਉਂਕਿ ਮੈਂ ਚੋਣਾਂ 'ਚ ਵਿੱਚ ਇਨਵੋਲਵਡ ਸੀ। ਜੇ ਮੈਂ DIG ਫਿਰੋਜ਼ਪੁਰ ਸੀ ਤਾਂ ਚੋਣਾਂ ਹੋ ਰਹੀਆਂ ਸੀ 2017 ਦੀਆਂ, 2012 'ਚ ਮੈਂ SSB ਫਤਿਹਗੜ੍ਹ ਸਾਹਿਬ ਦੀ, ਮੈਂ ਕਿਹਾ ਜੀ ਮੈਨੂੰ ਪਾਸੇ ਕਰਕੇ ਕੱਲ੍ਹ ਨੂੰ ਇਹ ਗੱਲ ਨਾ ਆਵੇ ਟਰਾਂਸਫਰ। 2017 'ਚ ਮੈਂ ਨਹੀਂ ਬੜਿਆ ਚੋਣਾਂ ਦੇ, ਸਾਰੀ ਦੁਨੀਆ ਜਾਣਦੀ ਆ, ਪਟਿਆਲਾ ਸਾਰਾ ਜਾਣਦਾ ਵੀ ਇਹਨੇ ਆਪਣੇ ਮੁੰਡੇ ਦੀ ਚੋਣ 'ਚ ਇੱਕ ਦਿਨ ਵੀ ਨਹੀਂ ਬੜਿਆ। ਮੈਨੂੰ ਕੋਈ ਕਾਫੀ ਲੋਕਾਂ ਨੇ ਲਾਂਭੇ ਵੀ ਦਿੱਤੇ, ਮੇਰੇ ਸੰਦ ਆ ਜਾਂ ਮੇਰੀ ਫੈਮਿਲੀ ਦਾ ਵੀ ਗਰਜ ਹੋਣਾ ਵੀ ਮੁੰਡਿਆਂ ਦੇ ਲਈ ਸਭ ਕੁਝ ਕਰਦੇ, ਤੁਸੀਂ ਨਹੀਂ ਕੀਤਾ। ਮੈਂ ਕਿਹਾ ਮੇਰਾ ਮੇਰੀ ਇਹ ਤਬਕ ਹੈ ਨਹੀਂ, ਮੈਂ ਕਿਸੇ ਕੰਟਰੋਵਰਸੀ 'ਚ, ਮੈਂ ਮੇਰਾ ਮੇਨ ਫੋਕਸ ਬੇਅਦਬੀਆਂ ਵਾਲੇ ਪਾਸੇ। 2017 'ਚ ਵੀ ਬੇਅਦਬੀਆਂ ਵਾਲੀ, ਮੈਂ ਇਹਨੂੰ ਫੋਨ ਆਇਆ ਰਾਤ ਨੂੰ, ਤੁਹਾਡੇ ਬੇਟੇ ਨੂੰ, ਬੇਟੇ ਇੱਥੇ ਬੈਠਾ, ਉਹਨੂੰ ਫੋਨ ਆਇਆ, ਇਹਨੇ ਮੈਨੂੰ ਫੋਨ ਕੀਤਾ, ਡੈਡ ਦਾ ਕਹਿੰਦੇ ਸੁਖਬੀਰ ਦਾ ਪ੍ਰਧਾਨ ਪਾਰਟੀ ਦਾ ਫੋਨ ਆਇਆ ਕਿ 9 ਵਜੇ ਉੱਥੇ ਪਹੁੰਚੋ। ਕਿੱਥੇ ਪਹੁੰਚੋ? ਜਿੱਥੇ ਵੀ ਇਹਨਾਂ ਦੇ ਬਠਿੰਡੇ ਸੀ ਜਾਂ ਡੇਰੇ 'ਚ ਸੀ ਜਾਂ ਸਮਝ, ਦੋ ਤਿੰਨ ਜਗ੍ਹਾ ਇਹਨਾਂ ਦੇ ਫੰਕਸ਼ਨ ਸੀ, ਵੀ ਉੱਥੇ ਪਹੁੰਚੋ। ਮੈਂ ਕਿਹਾ ਵੀ ਯੂ ਆਰ ਆ ਕੈਂਡੀਡੇਟ, ਹੁਣ ਉਹਦੀ ਉਮਰ 44 ਸਾਲ ਹੈ, ਉਸ ਟਾਈਮ ਦਾ ਚਲੋ 37 ਦੀ ਹੋਊਗੀ, 38 ਗਰੋਨ ਹੈ, ਭੈਣ ਦੇ ਫੈਸਲੇ ਉਹ ਆਪ ਲੈ ਸਕਦਾ ਨਾ। ਤਾਂ ਮੈਂ ਕਿਹਾ ਵੀ ਦੇਖ, ਯੂ ਆਰ ਆ ਕੈਂਡੀਡੇਟ, ਮੈਂ ਤਾਂ ਹੈ ਨਹੀਂ, ਮੈਂ ਤਾਂ ਪੁਲਿਸ ਆ, ਮੈਂ ਤਾਂ ਤੋ, ਤੇਰਾ ਕੀ ਮਨ? ਉਹ ਕਹਿੰਦਾ ਜੀ ਮੈਂ ਹਾਰਾਂ ਜਿੱਤਾਂ ਮੈਂ ਤਾਂ ਨਹੀਂ ਜਾਣਾ, ਡੇਰੇ ਦੀ ਸਪੋਰਟ ਲੈਣ ਮੈਂ ਤਾਂ ਨਹੀਂ ਜਾਣਾ। ਠੀਕ ਹੈ, ਮੈਂ ਕਿਹਾ ਗੁੱਡ, ਆਈ ਐਮ ਪ੍ਰਾਊਡ ਆਫ ਯੂ। ਹੁਣ ਤੁਸੀਂ ਚੈੱਕ ਕਰੋ,
ਮੋਹਾਲੀ ਤੋਂ ਲੈ ਕੇ ਬਠਿੰਡੇ ਤੱਕ 47 ਬੰਦਿਆਂ ਪਿੱਛੇ ਜੇ ਜਦ ਇਹਨੂੰ ਲੱਗਿਆ ਸਾਡੀ ਤਾਂ ਜ਼ਮੀਨ ਖਿਸਕ ਗਈ, ਇਹ ਸਾਰੇ ਗਏ ਦਰਬਾਰ ਸਾਹਿਬ। ਓਨਲੀ ਮਾਈ ਸਨ ਸਤਬੀਰ ਸਿੰਘ ਖੰਡਾਵਾ ਦਾ ਓਨਲੀ ਪਰਸਨ ਜਿਹੜਾ ਨੇ ਉੱਥੇ ਮਤਲਬ ਐਜ਼ ਐਕਿਊਜ਼ ਜਿਵੇਂ ਉੱਥੇ ਜਾ ਕੇ ਇਹਨਾਂ ਦੇ ਉੱਤੇ ਨਹੀਂ ਗਿਆ, ਉਹ ਨਹੀਂ ਗਿਆ ਉਹਨੇ ਉਸ ਟਾਈਮ 'ਤੇ ਵੀ, ਉਹਨੇ ਉਹਦਾ ਇਹ ਸਟੈਂਡ ਸੀ ਆਈ ਐਮ ਪ੍ਰਾਊਡ ਆਫ ਐਂਡ ਸਬਸੀਕੁਐਂਟ। ਮਤਲਬ ਉਹ ਤੁਸੀਂ ਕਹਿਣਾ ਚਾਹ ਰਹੇ ਹੋ ਵੀ ਜਿਹੜਾ ਕੈਂਡੀਡੇਟਸ ਨੂੰ ਬਿਠਾ ਕੇ ਡੇਰੇ ਨੇ ਐਲਾਨ ਕੀਤਾ ਉਹਨਾਂ ਦੀ ਸਪੋਰਟ ਦਾ, ਉਹਦੇ 'ਚ ਤੁਹਾਡਾ ਬੇਟਾ ਉੱਥੇ ਸਟੇਜ 'ਤੇ ਨਹੀਂ ਗਿਆ, ਉਸ ਫੰਕਸ਼ਨ 'ਚ ਇਹਨਾਂ ਦੀ ਸਪੋਰਟ ਲੈਣ ਵੀ ਨਹੀਂ ਗਿਆ, ਹੀ ਡਿਡਨਟ ਗੋ ਦੇਅਰ। ਜਦ ਕਿ 47 ਬੰਦੇ ਇਹਨਾਂ ਦੇ ਗਏ ਮਾਲਵੇ ਦੇ, ਜਿਹਨਾਂ ਸਾਰਿਆਂ ਨੂੰ ਬਾਅਦ 'ਚ ਸਜ਼ਾ ਲੱਗੀ, ਜਿਹਨਾਂ ਨੂੰ ਬਾਅਦ ਦੇ ਵਿੱਚ ਜਾ ਕੇ ਇਹਨਾਂ ਨੇ ਵਿੱਚ ਸੁਖਬੀਰ ਇਹਨਾਂ ਨੇ ਜਾ ਕੇ ਉੱਥੇ ਮੰਨਿਆ। ਅਤੇ ਮੈਂ ਤਾਂ ਇਹ ਗੱਲ ਕਹਿਣਾ, ਮੈਂ ਤੁਹਾਡੇ ਮਾਧਿਅਮ ਰਾਹੀਂ, ਯਾਰ ਵੈਸੇ ਚਲੋ ਮੇਰੇ ਖਿਲਾਫ਼ ਬੜਾ ਕੁਝ ਬੋਲਦੇ ਨੇ ਬੋਲਣ, ਮੈਨੂੰ ਕੋਈ ਕਿਸੇ 'ਤੇ ਇਤਰਾਜ਼ ਨਹੀਂ ਹੈ, ਯਾਰ ਇੱਕ ਓਪਨ ਸੀਕ੍ਰੇਟ ਹੈ ਸਾਰਿਆਂ ਨੇ। ਔਰ ਇਹ ਸੁਖਬੀਰ ਦਾ ਵੀ ਬਿਆਨ ਹੈ ਪਿਛਲੇ ਸਾਲ 6 ਮਹੀਨੇ ਦਾ, ਪੜ੍ਹ ਲਓ ਜਾ ਕੇ। ਉਹਨੇ ਕਿਹਾ ਜੀ ਅਸੀਂ ਤਾਂ ਮਤਲਬ ਦੇਖੋ ਜੀ ਪੋਲੀਟੀਸ਼ੀਅਨ ਆ, ਅਸੀਂ ਤਾਂ ਸਾਰਿਆਂ ਕੋਲ ਜਾਣਾ ਹੀ ਹੁੰਦਾ, ਅਸੀਂ ਤਾਂ ਸਭ ਦੀਆਂ ਵੋਟਾਂ ਮੰਗਣੀਆਂ ਹੀ ਨੇ, ਤੇ ਉਹਦੇ ਲਈ ਇਹ ਆਪਣਾ ਖਿਮਾ ਜਾਜਨਾ ਕਰ ਚੁੱਕੇ ਨੇ। ਹਾਂ ਜੀ ਅਸੀਂ ਵੋਟੇ ਵਾਲਿਆਂ ਦੀਆਂ ਡੇਰੇ ਵਾਲਿਆਂ ਦੀਆਂ ਵੋਟਾਂ ਲਈਆਂ ਨੇ, ਤੁਸੀਂ ਇਹਦੇ ਵਿੱਚ ਮੰਨਣ 'ਚ ਕੀ ਤਕਲੀਫ ਹੈ ਜੇ? ਅਰੇ ਮੈਂ ਤੁਹਾਨੂੰ ਦੱਸਾਂ, ਇਹ ਗੁਰੂ ਸਾਹਿਬ ਬਖਸ਼ਣਹਾਰ ਹੈ, ਜੇ ਸੱਚੇ ਮੈਨੂੰ ਜਾ ਕੇ ਉੱਥੇ ਸੱਚੇ ਮਨ ਨਾਲ ਜਾ ਕੇ ਉੱਥੇ ਸੱਚੇ ਦਿਲ ਨਾਲ ਜਾ ਕੇ ਖੜ ਕੇ ਬੰਦਾ ਕਹੇ ਦੇਖੋ ਜੀ ਸਾਰੀਆਂ ਗਲਤੀਆਂ ਮੇਰੀਆਂ ਨੇ, ਮੇਤੋਂ ਹੋਈਆਂ ਨੇ, ਬਖਸ਼ੇ ਜਾਣਗੇ। ਪਰ ਜੇ ਹੁਣ ਲਿਚਗੜਿਚੀਆਂ ਕਰੋ, ਇੱਕ ਪਾਸੇ ਤਾਂ ਮੰਨਿਆ ਹੈ ਵੀ ਹਾਂ ਜੀ ਵੋਟਾਂ ਵੀ ਲਈਆਂ ਨੇ, ਫਿਰ ਇੱਕ ਹੋਰ ਇੱਕ ਫੋਟੋ ਤੁਸੀਂ ਦੇਖਦੇ ਹੋ ਸੋਸ਼ਲ ਮੀਡੀਆ 'ਤੇ, 3 ਸਾਲ ਦੀ 4 ਸਾਲ ਦੀ ਰੂੜੀ ਫਿਰਦੀ ਆ ਜਿਹਦੇ 'ਚ ਵੱਡੇ ਬਾਦਲ ਸਾਹਿਬ, ਸੁਖਬੀਰ, ਹਰਸਿਮਰਤ ਇਹ ਸਾਰੇ ਬਾਬਾ ਜੀ ਦੇ ਅੱਗੇ ਖੜੇ ਨੇ। ਕਿਉਂ ਨਹੀਂ ਅੱਜ ਪੁਰਾਣੀਆਂ ਹੋ, ਚਲੋ ਪੁਰਾਣੀ ਹੋਵੇ ਨਵੀਂ ਹੋਵੇ, ਦੈਟ ਮੀਨਸ ਯੂ ਪੀਪਲ ਮੀਟ ਦੈਮ। ਐਂਡ ਇੱਕ ਹੋਰ ਵੀ ਹੈ, ਜਿਵੇਂ ਇਹਨੂੰ ਆਪਣੇ ਲਾਅ ਐਂਡ ਆਰਡਰ ਜਾਂ ਐਜ਼ ਆ ਉਸ ਐਂਗਲ ਤੋਂ ਲਵਾਂ, ਮਤਲਬ ਐਜ਼ ਆ ਪਬਲਿਕ ਮੈਨ, ਸੁਖਬੀਰ ਇਜ਼ ਅ ਗਵਰਨਮੈਂਟ ਸਰਵੈਂਟ, ਠੀਕ ਹੈ, ਐਜ਼ ਹੋਮ ਮਿਨਿਸਟਰ ਇਜ਼ ਅ ਗਵਰਨਮੈਂਟ ਸਰਵੈਂਟ, ਅਤੇ ਮੈਂ ਤਾਂ ਸਮਝਦਾ ਉਹਨੂੰ ਇਹਨੂੰ ਇਹ ਵੀ ਕੋਈ ਬੱਲੀ ਗੱਲ ਨਹੀਂ ਹੈ, ਕਹਿ ਦੇਣਾ ਚਾਹੀਦਾ ਵੀ ਦੇਖੋ ਐਜ਼ ਇਟ ਇਨ ਡਿਸਚਾਰਜ ਆਫ ਮਾਈ ਡਿਊਟੀਜ਼ ਐਜ਼ ਅ ਮਤਲਬ ਵੋਟਾਂ ਲਈ ਵੀ, ਯਾਰ ਵੈਸੇ ਵੀ ਅਦਰਵਾਈਜ਼ ਅਸੀਂ ਇਹਨਾਂ ਨੂੰ ਮਿਲਣੇ। ਦੋ ਚੀਜ਼ਾਂ ਵੱਖ ਹੈ, ਇੱਕ ਤਾਂ ਹੈਗੀ ਹੈ ਵੋਟਾਂ ਲੈਣੀਆਂ, ਵੋਟਾਂ ਲੈਣੀਆਂ ਇੱਕ ਡਿਫਰੈਂਟ ਥਿੰਗ ਕਿ ਇੱਕ ਪੋਲੀਟੀਕਲ ਪਾਰਟੀ ਦੇ ਤੌਰ ਦੇ ਉੱਤੇ ਚਲੇ ਗਏ, ਇੱਕ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜਥੇਦਾਰਾਂ ਨੂੰ ਘਰ ਸੱਦ ਕੇ ਟਰਾਂਸਲੇਟ ਕਰਕੇ ਚਿੱਠੀ ਫੜਾ ਦਿੱਤੀ, ਉਹ ਇੱਕ ਬਿਲਕੁਲ ਟਰਾਂਸਲੇਟ ਤੋਂ ਪਹਿਲਾਂ, ਬਿਨਾਂ ਟਰਾਂਸਲੇਟਰ, ਬਿਨਾਂ ਟਰਾਂਸਲੇਟ ਸਿੰਘ ਕਹਿ ਰਿਹਾ ਬਿਨਾਂ ਟਰਾਂਸਲੇਟ ਵਾਲੀ ਸੀ ਅਤੇ ਉਹਨਾਂ ਨੇ ਮੋੜਤੀ। ਨਹੀਂ ਦੋਵੇਂ ਵੱਖਰੀਆਂ ਚੀਜ਼ਾਂ ਹੋ ਗਈਆਂ ਨਾ। ਚਲੋ ਮੈਂ ਇੱਕ ਹੋਰ ਚੀਜ਼, ਤੁਸੀਂ ਬਹੁਤ ਜ਼ਿਕਰ ਕਰ ਰਹੇ ਹੋ, ਮੈਂ ਪ੍ਰਦੀਪ ਕਲੇਰ ਦਾ ਜ਼ਿਕਰ ਕਰਦਾ। ਪ੍ਰਦੀਪ ਕਲੇਰ ਕਹਿੰਦਾ ਕਿ ਮੈਂ 20 ਸਾਲ ਤੋਂ ਸੇਮ ਨੰਬਰ ਹੈ ਮੇਰੇ ਕੋਲ ਮੋਬਾਈਲ ਫੋਨ ਦਾ, ਮੈਨੂੰ ਅੱਜ ਤੱਕ ਕਿਸੇ ਨੇ ਸੰਮਨ ਨਹੀਂ ਕੀਤਾ, ਅੱਜ ਤੱਕ ਮੈਨੂੰ ਕਦੇ ਇਨਵੈਸਟੀਗੇਸ਼ਨ ਲਈ ਬੁਲਾਇਆ ਨਹੀਂ ਗਿਆ, ਕਦੇ ਪੁਲਿਸ ਮੇਰੇ ਘਰ ਨਹੀਂ ਆਈ, ਕਹਿੰਦਾ ਮੈਂ ਤਾਂ ਡੇਰੇ 'ਚ ਬੈਠਾ ਰਿਹਾ। ਮਾਰਚ ਫਰਵਰੀ 2024 ਤੱਕ ਕਹਿੰਦਾ ਮੇਰੀ ਫੈਮਿਲੀ ਡੇਰੇ 'ਚ ਰਹਿ ਰਹੀ ਸੀ, ਕਹਿੰਦਾ ਮੈਨੂੰ ਕਿਸੇ ਨੇ ਸੱਦਿਆ ਹੀ ਨਹੀਂ, ਮੈਂ ਕਦੋਂ ਭਗੌੜਾ ਉੱਥੇ। ਐਸ ਆਈ ਟੀ ਫਿਰ ਕੀ ਦਾ ਰੋਲ ਕਿਸ ਹਿਸਾਬ ਨਾਲ ਦੇਖਿਆ ਜਾਂਦਾ? ਇੱਕ ਕੁਐਸਚਨ ਮਾਰਕ ਹੈ। ਬਿਲਕੁਲ ਠੀਕ ਹੈ, ਮੈਂ ਇਸ ਚੀਜ਼ ਨੂੰ ਆਪਣਾ ਮੈਂ ਰਿਕਾਰਡ ਫਰੋਲਿਆ, ਚੈੱਕ ਕੀਤਾ, ਠੀਕ ਹੈ, ਸਾਡੇ ਕੋਲ ਮੇਰੇ, ਮੈਂ ਹੁਣ 2020 ਵਾਲਾ ਕੱਢਿਆ, ਮੈਂ ਕਿਸੇ ਦਾ ਕੀਤੇ ਤਾਂ ਨਹੀਂ ਮੈਂ ਕਹੂੰਗਾ, ਮੈਂ ਜੋ ਮੈਂ ਕੀਤਾ ਮੈਂ ਉਹਦੇ 'ਤੇ ਬੋਲੂੰਗਾ। 2020 ਦਾ ਮੈਂ ਰਿਕਾਰਡ ਕੱਢਿਆ, 2020 ਦੇ ਰਿਕਾਰਡ ਦੇ ਮੁਤਾਬਕ ਐੱਫ ਆਈ ਆਰ 26 ਨੰਬਰ 2020 ਦੀ, ਆਈ ਥਿੰਕ ਮੈਂ ਐਗਜੈਕਟ ਮੈਂ ਤੁਹਾਨੂੰ ਪ੍ਰੋਜੈਕਟ ਕਹਾਂ ਦਵਾਂ, ਮੋਬਾਈਲ ਦਿਖਾ ਵੀ ਦਿੰਦਾ, 174 ਦੀ ਸੈਕਸ਼ਨ ਦੇ ਤਹਿਤ
JMIC ਫਰੀਦਕੋਟ ਨੇ ਪਰਚਾ ਦਰਜ ਕਰਾਇਆ ਹੈ ਜਿਹਦੇ 'ਚ ਇਹਨਾਂ ਨੂੰ PO ਡਿਕਲੇਅਰ ਕੀਤਾ ਤਿੰਨਾਂ ਨੂੰ 2020 ਦੇ ਵਿੱਚ PO ਡਿਕਲੇਅਰ ਕੀਤਾ 21 ਦੀ ਹੈ ਆਈ ਥਿੰਕ 26 ਦੋ FIR ਨੰਬਰ 26 ਜਨਵਰੀ 21 ਦੀ ਹੈ ਠੀਕ ਹੈ 20 'ਚ ਤਾਂ ਮੈਂ ਚਲਾਣ ਦਿੱਤਾ ਨਾ 5 ਮਹੀਨੇ ਦਾ ਪ੍ਰੋਸੀਜਰ ਹੈ 6 ਮਹੀਨੇ ਜੱਜ ਨੇ ਫੋਲੋ ਕੀਤਾ ਠੀਕ ਹੈ 6 ਮਹੀਨਿਆਂ ਬਾਅਦ PO ਡਿਕਲੇਅਰ ਕੀਤਾ ਜਿਹਦੇ 'ਚ ਸਾਡੇ ਕੋਲ ਉੱਥੇ ਹਰਸ਼ ਧੂਰੀ ਅਤੇ ਸੰਦੀਪ ਰੇਟ ਇਹਨਾਂ ਦੇ ਨੰਬਰ ਅਵੇਲੇਬਲ ਸੀ ਠੀਕ ਹੈ ਉਹਨਾਂ ਦੇ ਨੰਬਰ ਉੱਥੇ ਪਾਏ ਗਏ ਸੀ ਠੀਕ ਹੈ ਜੀ ਅਤੇ ਇਹਦਾ ਨੰਬਰ ਸਾਡੇ ਕੋਲ ਹੈ ਨਹੀਂ ਸੀ ਅਵੇਲੇਬਲ ਹੀ ਨਹੀਂ ਸੀ ਪ੍ਰਦੀਪ ਕਿਉਂਕਿ ਪੰਜਾਬ ਦਾ ਨਹੀਂ ਸੀ ਦੂਜਾ ਇਹ ਨੈਸ਼ਨਲ ਕਮੇਟੀ ਸੀ ਮੈਂਬਰ ਸੀ ਸਾਡੇ ਕੋਲ ਇਹਦਾ ਟੈਲੀਫੋਨ ਨੰਬਰ ਨਹੀਂ ਸੀ ਪਰ ਉਹ ਅਰੇਂਜ ਕਰਨਾ ਕੀ ਔਖਾ ਨਹੀਂ ਹੋਇਆ ਮਤਲਬ ਟਰੇਸ ਕਰਨਾ ਇੱਕ ਚੀਜ਼ ਹੈ ਨਾ ਅਵੇਲੇਬਿਲਟੀ ਕੀ ਤੋਂ ਕਰੀਏ ਨਹੀਂ ਮਿਲੇ ਕਿਸੇ ਥੱਲੇ ਵਾਲਿਆਂ ਨੇ ਕਿਸੇ ਨੇ ਦਿੱਤਾ ਨਹੀਂ ਇਹ ਬੰਦੇ ਭੱਜੇ ਹੋਏ ਸੀ ਹਰਸ਼ ਧੂਰੀ ਹਰਸ਼ ਧੂਰੀ ਦਾ ਨੰਬਰ ਹੈਗਾ ਸੀ ਅਤੇ ਇਹਨਾਂ ਦਾ ਹੈਗਾ ਸੀ ਜਿਹਦਾ ਸੰਦੀਪ ਰੇਟੇ ਦਾ ਇਹਦਾ ਨੰਬਰ ਨਹੀਂ ਸੀ ਬਟ ਹੁਣ ਮੈਂ ਜਿਹੜੀ ਗੱਲ ਜਵਾਬ ਦੇ ਰਿਹਾ ਨੰਬਰ ਇੱਕ ਚੀਜ਼ ਹੈ ਔਰ ਵਾਇਦਾ ਹੋਵੇ ਜੇ ਇੰਨਾ ਹੀ ਨੰਬਰ ਸੀ ਤਾਂ ਫਿਰ ਇਹ ਫੜ ਕੇ ਬਹੁਤ ਲੰਬਾ ਸਮਾਂ ਇਹਨਾਂ ਦੇ ਨੰਬਰ ਬੰਦ ਰਹੇ ਨੇ 25 ਅਗਸਤ ਤੋਂ ਜ਼ਿਆਦਾ ਭੱਜੇ ਨੇ ਇਹਨਾਂ ਨੇ ਸਾਰਿਆਂ ਨੇ ਆਪਣੇ ਨੰਬਰ ਬੰਦ ਕਰ ਲਏ ਸੀ 25 ਅਗਸਤ 18 ਨੂੰ ਜ਼ਿਆਦਾ ਭੱਜੇ ਨੇ ਕਾਫੀ ਲੰਬਾ ਸਮਾਂ ਇਹਨਾਂ ਦੇ ਨੰਬਰ ਬੰਦ ਰਹੇ ਨੇ ਅਤੇ ਅਸੀਂ ਜਿਹੜੇ ਇਹਨਾਂ ਦੇ ਨੰਬਰ ਲੱਭ ਲੁੱਭ ਕੇ ਸਾਨੂੰ ਹਰਸ਼ ਧੂਰੀ ਅਤੇ ਸੰਦੀਪ ਬਰੇਟੇ ਦੇ ਨੰਬਰ ਪੰਜਾਬ 'ਚੋਂ ਇੱਥੋਂ ਲੱਭ ਲਏ ਮਿਲ ਗਏ ਤਿੰਨਾਂ ਦੀ ਵਾਰੰਟਸ ਮਿਲੇ ਤਿੰਨਾਂ ਦੇ ਵਾਰੰਟਸ ਜੋ ਪਰਮਾਨੈਂਟ ਐਡਰੈਸ ਹੈ ਸਾਨੂੰ ਇਹਨਾਂ ਦੇ ਪਰਮਾਨੈਂਟ ਐਡਰੈਸਿਸ ਮਿਲੇ ਉਹਨਾਂ ਪਰਮਾਨੈਂਟ ਐਡਰੈਸਿਸ 'ਤੇ ਉਹ ਵਾਰੰਟਸ ਲੈ ਕੇ ਗਏ ਇਹਦਾ ਪਿੰਡ ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ ਮੈਂ ਦੱਸ ਦਿੰਦਾ ਟੂਡਲ ਪਿੰਡ ਹੈ ਇਹਦਾ ਪ੍ਰਦੀਪ ਕਲੇਰ ਦਾ ਅਸਲ ਪਿੰਡ ਟੂਡਲ ਹੈ ਇਨ ਡੂਡਲ ਜਾਂ ਡੂਡਲ ਪਿੰਡ ਹੈ ਕੈਥਲ ਦੇ ਨੇੜੇ ਠੀਕ ਹੈ ਇਹਦੇ ਪਿੰਡ ਮੇਰਾ SHO ਇੱਕ FM ਨੋਟ ਇਕਬਾਲ ਸਿੰਘ ਕੌਣ ਸੀ ਉਹ ਲੈ ਕੇ ਗਿਆ ਫਿਰ ਇਹਨਾਂ ਦੇ ਇਹਦਾ ਬਾਪ ਮਿਲਿਆ ਜਾਂ ਕੋਈ ਮਿਲਿਆ ਇਹ ਨਹੀਂ ਅਵੇਲੇਬਲ ਸੀ ਇਹ ਪਿੰਡ 'ਚ ਨਹੀਂ ਅਵੇਲੇਬਲ ਆਪਣੇ ਪਰਮਾਨੈਂਟ ਐਡਰੈਸ 'ਤੇ ਨਹੀਂ ਅਵੇਲੇ ਇਸ ਤੋਂ ਬਿਨਾਂ ਤਿੰਨ ਬੰਦੇ ਜਿਹੜੇ ਮੌੜ ਬਲਾਸਟ ਵਾਲੇ ਘੋੜੇ ਹੋਏ ਨੇ ਉਹਨਾਂ ਦੇ ਵੀ ਪਰਮਾਨੈਂਟ ਐਡਰੈਸ 'ਤੇ ਜਾ ਸਕਦੇ ਨਾ ਡੇਰਾ ਇਸਦਾ ਕਲੋਜ਼ ਨੇ ਅੰਦਰ ਡੇਰੇ ਦੀ ਚਾਰ ਦੀਵਾਰੀ 'ਚ ਕੀ ਹੋ ਰਿਹਾ ਕਿਹੜੇ ਨੰਬਰ ਨੇ ਕੋਈ ਕਿਸੇ ਨੂੰ ਨਹੀਂ ਪਤਾ ਹੈ ਉਹ ਆਪਾਂ ਨਹੀਂ ਗੱਲ ਕਰ ਸਕਦੇ ਬਟ ਯੈਸ ਇੱਕ ਉਸ ਤੋਂ ਬਾਅਦ ਐਫਰਟਸ ਬਣਾਏ ਗਏ ਫਿਰ ਇਹਨਾਂ ਦੇ ਸ਼ੋਰੋ ਗੂਗਲ 82-83 ਦੀ ਕਾਰਵਾਈ ਕੀਤੀ ਹੈ ਇਹਨਾਂ ਦੇ ਸ਼ੋਰੋ ਗੂਗਲ ਦੇ ਪੋਸਟਰਸ ਸਰਸੇ ਬੱਸ ਸਟੈਂਡ ਸਰਸੇ ਡੇਰਾ ਸਰਸਾ ਕੈਥਲ ਹੋਰ ਇਹਨਾਂ ਦੇ ਘਰਾਂ ਦੇ ਸਲਾਵਤਪੁਰੇ ਕਾਫੀ ਜਗ੍ਹਾ 'ਤੇ ਉਹ ਲਾਏ ਗਏ ਔਰ ਆਉਣ ਇਹ ਜੱਜ ਸਾਹਿਬ ਕਹਿ ਰਹੇ ਮੈਂ ਨਹੀਂ ਕਹਿ ਰਿਹਾ ਇਹ ਜੱਜ ਸਾਹਿਬ ਨੇ ਜਿਹੜੀ FIR ਦਰਜ ਕਰਾਈ ਹੈ ਇਹਨਾਂ ਦੇ ਖਿਲਾਫ਼ 174 ਜਿਹਦੇ 'ਚ PO ਡਿਕਲੇਅਰ ਹੋਏ ਨੇ ਉਹ ਕਹਿ ਰਹੇ ਨੇ ਆ ਪੜ੍ਹਾ ਦੇਣਾ ਮੈਂ ਹੁਣੇ ਬੋਲ ਕੇ ਜਗ੍ਹਾ ਤਾਂ ਪੜ੍ਹ ਦਿੰਦਾ ਠੀਕ ਹੈ ਜੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਐਫਰਟਸ ਕੀਤੀਆਂ ਉਹਨਾਂ ਨੇ ਲਿਖਿਆ ਵੀ ਪੂਰੀਆਂ ਐਫਰਟ ਤੋਂ ਬਾਅਦ ਇਹ ਲੋਕ ਨਹੀਂ ਪੇਸ਼ ਹੋ ਰਹੇ ਦੈਟ ਇਜ਼ ਹਾਊ ਦੇ ਹੈਵ ਬੀਨ ਡਿਕਲੇਅਰਡ PO ਤੁਸੀਂ ਡੇਰੇ 'ਚ ਕਦੇ ਸਰਚ ਕਰਨ ਦੀ ਐਫਰਟ ਕੀਤੀ ਇਹਨਾਂ ਲੋਕਾਂ ਨੂੰ ਫੜਨ ਮੈਂ ਕੋਸ਼ਿਸ਼ ਕੀਤੀ ਹੈ ਪਰ ਡੇਰੇ ਦੀ ਸਰਚ ਕਦੇ ਵੀ ਮਤਲਬ ਸਾਡੇ ਉਹ ਫਰੂਕਟੀਫਾਈ ਨਹੀਂ ਹੋਈ ਕਿਉਂਕਿ ਜਿੰਨੀ ਫੋਰਸ ਉਹਦੇ ਲਈ ਚਾਹੀਦੀ ਸੀ ਜਿੰਨਾ ਉਹ ਸੀ ਮੇਰੇ ਕੋਲ ਜਿੰਨਾ ਕੁ ਰਿਟਾਇਰਮੈਂਟ ਤੋਂ ਪਹਿਲਾਂ ਟਾਈਮ ਸੀ ਉਹ ਨਹੀਂ ਹੋ ਸਕੀ ਸਿਰੇ ਨਹੀਂ ਚੜ੍ਹ ਸਕੀ ਪਰ ਹਾਂ ਸਾਡੇ ਬੰਦੇ ਜਾਂਦੇ ਰਹੇ ਨੇ ਕਈ ਚੀਜ਼ਾਂ ਦੇ ਵਿੱਚ ਅਸੀਂ ਇਹਨਾਂ ਨੂੰ ਜਿਵੇਂ ਅਸੀਂ ਬੈਟਰੀਆਂ ਵਾਲੇ 'ਚ ਸੀ ਮੌੜ ਵਾਲੇ 'ਚ ਸੀ ਬਾਅਦ 'ਚ ਕਰਦੇ ਰਹੇ ਹਾਂ ਪਰ ਡੇਰੇ ਦੇ ਅੰਦਰ ਜਾਣ ਦਾ ਨਹੀਂ ਪਰ ਪ੍ਰਦੀਪ ਕਲੇਅਰ ਫਿਰ ਇਹ ਕਿਉਂ ਕਹਿ ਰਿਹਾ ਕਿ ਮੈਨੂੰ ਤਾਂ ਕਦੇ ਕਿਸੇ ਨੇ ਕੋਈ ਸੰਮਨ ਸਾਨੂੰ ਕਦੇ ਰਿਸੀਵ ਨਹੀਂ ਹੋਇਆ ਸਾਨੂੰ ਕਦੇ ਮੈਂ ਤਾਂ ਖੁੱਲ੍ਹਾ ਫਿਰਦਾ ਸੀ
ਉਹ ਫਿਰਦਾ ਹੋਣਾ, ਇਹ ਗੱਲ ਇੱਥੋਂ ਤੱਕ ਫਲਾਈ ਕਰ ਰਿਹਾ ਸੀ ਮੈਂ ਇਸ ਥਾਂ ਤੋਂ ਦੂਜੀ, ਫਿਰਦਾ ਹੋਊਗਾ ਪਰ ਦੇਖੋ ਕੱਲੇ ਫੋਨ ਨੰਬਰ ਦੇ ਵਿੱਚ ਉਹ ਲੰਘਦਾ, ਉਹਦੇ ਬਾਪ ਨੇ ਉਹਨੂੰ ਦੇਖੋ ਉਹਦੇ ਘਰੇ ਗਏ ਨੇ, ਉਹਦੇ ਬਾਪ ਨੇ ਉਹਨੂੰ ਇਹ ਪਤਾ ਹੀ ਨਹੀਂ ਲੱਗਿਆ। ਦੇਖੋ ਇੱਕ ਮਿੰਟ, ਅਸੀਂ ਡੇਰੇ ਤੇ ਲਾ ਕੇ ਆਇਆ, ਮੈਂ ਕਹੋ ਤਾਂ ਮੈਂ ਪਹਿਲਾਂ, ਤੁਸੀਂ ਕਹਿ ਰਹੇ ਹੋ ਪ੍ਰਦੀਪ ਕਲੇਰ ਦੇ ਫਾਦਰ ਨੇ ਸਮਨ ਰਿਸੀਵ ਕੀਤੇ ਆ? ਰਿਸੀਵ ਨਹੀਂ ਕੀਤੇ, ਸਵੀ ਬੰਮਣ ਦੇ ਫਾਦਰ ਕੋਲੇ ਗਏ ਸੀ। ਅੱਛਾ, ਉੱਥੇ ਉਹਨੂੰ ਦੱਸਿਆ ਗਿਆ ਵੀ ਭਾਈ ਆਹ ਤੁਹਾਡੇ ਉੱਥੇ ਵੀ ਲਾ ਕੇ ਆਇਆ, ਇਹਨਾਂ ਦੇ ਡੇਰੇ ਸਰਸੇ ਪੋਸਟਰ ਲੱਗੇ ਨੇ, ਇਹਨਾਂ ਦੇ ਬੱਸ ਸਟੈਂਡ 'ਤੇ ਲੱਗੇ ਨੇ ਕਾਫੀ ਜਗ੍ਹਾ, ਜੋ ਪ੍ਰੋਸੀਜਰ ਪੀਓ ਦਾ ਹੁੰਦਾ ਤਿੰਨਾਂ ਦਾ ਅਸੀਂ ਫੋਲੋ ਕੀਤਾ, ਹਰਸ਼ ਧੂਰੀ ਦੇ ਵੀ ਕਰਿਆ, ਸੰਦੀਪ ਬਰੇਟੇ ਦੇ ਵੀ ਕਰਿਆ। ਵੱਡੇ ਵੱਡੇ ਗੈਂਗਸਟਰ ਤੁਸੀਂ ਫੜ ਲੈਂਦੇ ਹੋ, ਤੁਸੀਂ ਕਹਿ ਰਹੇ ਹੋ ਕਿ ਨੰਬਰ ਨਹੀਂ ਸੀ, ਮਤਲਬ ਤੁਸੀਂ ਮੇਰੇ ਨਾਲੋਂ ਵੱਧ ਜਾਣਦੇ ਹੋ, ਪਰ ਜੇ ਹਰਸ਼ ਧੂਰੀ ਦਾ ਨੰਬਰ ਸੀ ਤਾਂ 15 ਮਿੰਟ ਲੱਗਣੇ ਸੀ ਹਰਸ਼ ਧੂਰੀ ਦੀਆਂ ਡਿਟੇਲਸ ਕੱਢ ਕੇ ਕਿ ਕਿਹੜੇ ਨੰਬਰ 'ਤੇ ਰੈਗੂਲਰ ਕਾਲ ਹੋ ਰਹੀ ਹੈ। ਪ੍ਰਦੀਪ ਕਲੇਰ ਅਤੇ ਹਰਸ਼ ਧੂਰੀ ਆਪਸ ਦੇ ਵਿੱਚ ਬਹੁਤ ਰੈਗੂਲਰ ਕਾਲ ਕਰ ਰਹੇ ਹੋਣਗੇ। ਮੈਂ ਦੇਖੋ ਜਿਹੜੀ ਗੱਲ ਪ੍ਰਦੀਪ ਕਲੇਰ ਦਾ ਨੰਬਰ ਬਹੁਤ ਜਲਦੀ ਟ੍ਰੇਸ, ਸਾਡੇ ਕੋਲ ਪ੍ਰਦੀਪ ਕਲੇਰ ਦਾ ਨੰਬਰ ਨਹੀਂ ਸੀ, ਇਹ ਕਦ ਵਰਤਿਆ ਕਿਵੇਂ ਵਰਤਿਆ ਮੇਰੇ ਕੋਲ। ਅੱਛਾ, ਸਾਡੇ ਪਰ ਦੂਜੇ ਦੋਨਾਂ ਦਾ ਹੈਗਾ ਸੀ, ਉਹ ਅਸੀਂ ਪਾਤਾ ਸੀ। ਅਤੇ ਬਿਲੀਵ ਯੂ ਮੀ, ਇਸ ਗੱਲ ਦੇ ਉੱਤੇ ਤੁਹਾਨੂੰ ਇਹ ਵੀ ਸਮਝਣਾ ਕਿ ਇਹ ਔਗਸਟ ਤੋਂ ਸ਼ੁਰੂ ਹੋਇਆ ਅਤੇ ਇਹਨਾਂ ਨੇ ਮੇਰੇ ਖਿਲਾਫ਼ ਹਾਈ ਕੋਰਟਾਂ 'ਚ ਕੇਸ ਪਾਏ ਹੋਏ ਸੀ, ਮੇਰੇ ਦੋਏ ਹੱਥ ਬੰਨੇ ਹੋਏ ਸੀ ਪਿੱਛੇ ਨੂੰ, ਕਿਉਂਕਿ CBI ਤੋਂ ਸਾਰਾ ਡਾਟਾ ਨਹੀਂ ਮਿਲਿਆ ਸੀ। ਅਤੇ ਇਹਦੇ ਵਿੱਚ ਮਾਰਚ 31 ਨੂੰ ਮੈਂ ਰਿਟਾਇਰ ਹੋ ਰਿਹਾ, ਇਹਦੇ ਬਾਵਜੂਦ ਮੈਂ ਇਹ ਕਿ ਇਹਨਾਂ ਤਿੰਨਾਂ ਨੂੰ, ਮੈਂ ਅਤੇ ਬਾਬੇ ਨੂੰ, ਅਸੀਂ ਇਹ ਕੇਸ ਦੇ ਨੋਮੀਨੇਟ ਕਰਕੇ ਇਹਨਾਂ ਨੂੰ ਮਤਲਬ ਮੁੱਖ ਸਾਜਿਸ਼ਕਾਰਾਂ 'ਚ ਰੱਖਿਆ। ਇੱਕ ਸਵਾਲ ਇਹ ਵੀ ਉੱਠਦਾ ਹੈ ਖੱਟੜਾ ਸਾਹਿਬ ਕਿ ਇੰਨੀ ਦੇਰ ਦਾ ਬੰਦਾ ਪੀਓ ਰਿਹਾ, ਉਹ ਆਉਂਦਾ ਅਰੈਸਟ ਹੁੰਦਾ ਜਾਂ ਜਿਵੇਂ ਮਰਜ਼ੀ ਸਰੈਂਡਰ ਕਰਦਾ ਕਿ ਅਰੈਸਟ ਹੁੰਦਾ ਗੁਰੂਗ੍ਰਾਮ ਤੋਂ, ਅਰੈਸਟ ਕਰਕੇ ਉਹ ਆਉਂਦਾ ਔਰ ਕੁਛ ਮਹੀਨਿਆਂ 'ਚ ਜ਼ਮਾਨਤ ਲੈ ਕੇ ਅਤੇ ਉਸ ਤੋਂ ਬਾਅਦ 164 'ਤੇ ਬਿਆਨ ਦਰਜ ਕਰਾ ਕੇ, ਬਸ ਇੰਨੀ ਕਾਰਵਾਈ? ਜੇ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦੇ ਆਦੇਸ਼ ਸੀ, ਤੁਹਾਡੀ ਫਾਈਂਡਿੰਗ ਦੇ ਵਿੱਚ ਇਹ ਕੋਸਪਰੇਟਰ ਸੀ। ਦੇਖੋ ਆਇਆ ਜੋ ਮੈਨੂੰ ਦੱਸਿਆ ਗਿਆ, ਜੋ ਮੈਂ ਪੁੱਛਿਆ, ਜਦ ਇਹ ਫੜਿਆ ਗਿਆ ਮੈਂ ਵੀ ਅਲਰਟ ਹੋਇਆ, ਵੀ ਮੈਨੂੰ ਇੰਟਰਸਟ ਹੋਇਆ ਵੀ ਮਤਲਬ ਇਹ ਬੰਦੇ ਤੋਂ ਗੱਲਬਾਤ ਅੱਗੇ ਪੂਰੀ ਨਿਕਲੂਗੀ, ਜੇ ਤਫਤੀਸ਼ ਨੂੰ ਸਿਰੇ ਲਾਉਣਾ ਤਾਂ ਇਹਨਾਂ ਦੇ ਨਾਰੇ ਜੁੜਨੇ ਚਾਹੀਦੇ ਨੇ, ਬੇਸ ਤਾਂ ਮੇਰੇ ਵਾਲੀ ਤਫਤੀਸ਼ ਹੈ ਨਾ, ਉਸ ਤੋਂ ਬਾਅਦ ਤਾਂ ਕੋਈ ਜੋੜ ਮਾੜਾ ਮੋਟਾ 19-21 ਕਰ ਲੈਣ, ਅਦਰਵਾਈਜ਼ ਤਾਂ ਵੈਟ ਇਜ਼ ਦਾ ਬੇਸਿਕਸ, ਜੇ ਉਹਨੂੰ ਕੋਈ ਹਲਾਊਗਾ ਤਾਂ ਇਹਦਾ ਮਤਲਬ ਕਿ ਇਸ ਨੂੰ ਖਰਾਬ ਕਰ ਰਿਹਾ। ਦੇਖੋ ਜਦ ਇਹਦਾ ਨਾਂ ਪਹਿਲੀ ਵਾਰੀ ਆਇਆ, ਅਖਬਾਰ 'ਚ ਆਇਆ, ਛਪਿਆ ਵੀ ਇਹ ਪ੍ਰਦੀਪ ਕਲੇਰ ਉੱਥੇ ਕਿਤੇ ਦੇਖਿਆ ਗਿਆ, ਅਤੇ ਉੱਥੇ ਪੋਸਟਰ ਦੇ ਵਿੱਚ ਇਹਦਾ ਨੰਬਰ ਲਿਖਿਆ ਹੋਇਆ ਸੀ, ਜਿੱਥੋਂ ਮੈਨੂੰ ਦੱਸਿਆ ਗਿਆ ਸਿੱਟ ਵਾਲਿਆਂ ਪਹਿਲੀ ਵਾਰੀ ਫਰਵਰੀ ਤੋਂ ਇਹ ਨੰਬਰ ਜਿਹੜੇ ਮੁੰਡਿਆਂ ਨੇ ਇਹਨਾਂ ਨੂੰ ਲੱਭਿਆ ਫੜਿਆ ਪਹਿਲੀ ਵਾਰੀ ਟਰੇਸ ਹੋਇਆ ਅਯੋਧਿਆ ਦੇ ਵਿੱਚ, ਲੰਗਰ ਦੇ ਥੱਲੇ ਇਹਦਾ ਨੰਬਰ ਲਿਖਿਆ ਹੋਇਆ ਸੀ, ਉਹ ਨੰਬਰ ਉੱਥੋਂ ਫਸਟ ਟਾਈਮ ਮੈਨੂੰ ਇਹ ਨੰਬਰ ਸਿੱਟ ਦੇ ਧਿਆਨ 'ਚ ਆਇਆ। ਮੇਰੇ ਤਾਂ ਚਲੋ, ਮੈਂ ਤਾਂ ਰਿਟਾਇਰਡ ਆਦਮੀ ਹਾਂ, ਮੇਰੀ ਐਡੀ ਕੋਈ ਵੈਲਿਊ ਨਹੀਂ ਹੈ, ਅਤੇ ਦਿਸ ਇਜ਼ ਹਾਓ ਹੀ ਹੈਜ਼ ਬੀਨ ਟਰੇਸਡ ਐਂਡ ਸਬਸੀਕੁਐਂਟਲੀ ਅਰੈਸਟਡ। ਦੂਜੀ ਗੱਲ ਦੇਖੋ, ਇਹ ਚੀਜ਼ ਮੰਨ ਲੈਣੀ ਚਾਹੀਦੀ ਹੈ ਕਿ 295 ਏ ਜਿਹੜਾ ਧਾਰਾ ਹੈ ਇਹਦੇ 'ਚ 3 ਸਾਲ ਸਜ਼ਾ, ਇਹ ਤਾਂ ਇੰਨਾ ਮਤਲਬ ਸਮਝੋ ਵੀ ਜਾਂਦੇ ਹੀ ਜੱਜ ਦੇ ਦਿੰਦੇ ਨੇ ਆਪਣਾ ਕੀ ਨਾਮ ਹੈ ਜ਼ਮਾਨਤ, ਤਾਂ ਇਹ ਤਾਂ ਇੰਨੇ ਕੁ ਦਿਨ ਇਹਨਾਂ ਨੇ, ਮੈਨੂੰ ਲੱਗਦਾ ਸਿੱਟ ਨੇ ਕਿਵੇਂ ਹਿੰਮਤ ਮਾਰ ਕੇ, ਅਤੇ ਦੂਜਾ ਇੱਕ ਚੋਰੀ ਦੀ ਧਾਰਾ ਲੱਗਣ ਕਰਕੇ ਗੁਰੂ ਗ੍ਰੰਥ ਸਾਹਿਬ ਵਾਲੇ ਪਹਿਲੇ 63 ਨੰਬਰ 'ਚ ਇਹ ਇੰਨੇ ਦਿਨ ਲੱਗ ਰਹੇ ਨੇ। ਅਦਰਵਾਈਜ਼ ਤਾਂ ਇਹਨਾਂ ਕੇਸਿਸ ਦੇ ਵਿੱਚ ਅਨਫੋਰਚੂਨੇਟ ਪਾਰਟ ਹੈ ਕਿ ਗੁਰੂ ਗ੍ਰੰਥ ਸਾਹਿਬ ਵਾਲੇ, ਤਾਂ ਹੀ ਇਹ ਚੀਜ਼ ਅਦਰ ਡੇ ਤੁਸੀਂ ਇੱਕ MP ਸਾਹਿਬ ਦਾ ਵੀ ਪੰਜਾਬ ਦੇ, ਆਈ ਥਿੰਕ ਸਰਬਜੀਤ ਖਾਲਸਾ ਜਿਹੜੇ ਨਵੇਂ ਚੁਣੇ ਗਏ ਨੇ ਫਰੀਦਕੋਟ ਤੋਂ, ਉਹਨਾਂ ਦਾ ਵੀ ਬਿਆਨ ਸੀ ਕਿ ਉਹ ਵੀ, ਅਤੇ ਪੰਜਾਬ ਸਰਕਾਰ ਨੇ ਵੀ ਸੁਖਜਿੰਦਰ ਰੰਧਾਵੇ ਵੇਲੇ ਵੀ ਆਈ ਥਿੰਕ
ਇੱਕ ਮਤਾ ਪਾ ਕੇ ਭੇਜਿਆ ਗਿਆ ਸੀ ਵੀ ਇਹਦੀ ਜਿਹੜੀ ਸਜ਼ਾ ਵਧਾਈ ਜਾਵੇ, 10 ਸਾਲ ਕੀਤੀ ਜਾਵੇ ਜਾਂ ਉਮਰ ਕੈਦ ਕੀਤੀ ਜਾਵੇ। ਇੱਕ ਇਲਜ਼ਾਮ ਤੁਹਾਡੇ ਉੱਪਰ ਪ੍ਰਦੀਪ ਕਲੀਅਰ ਨੂੰ ਲੈ ਕੇ ਲੱਗੇ, ਜਾਂ ਕਹੀਏ ਕਿ SID 'ਤੇ ਕਿ ਉਹਨਾਂ ਨੇ ਸੰਮਨ ਨਹੀਂ ਕੀਤਾ, ਤੁਸੀਂ ਉਸਦਾ ਜਵਾਬ ਦਿੱਤਾ। ਅੱਛਾ, ਇੱਕ ਐਲੀਗੇਸ਼ਨ ਮਹਿੰਦਰਪਾਲ ਬਿੱਟੂ ਦੇ ਪਰਿਵਾਰ, ਇੱਕ ਗੱਲ ਕਲੀਅਰ ਕਰਦਾ ਕਿ ਮੇਰੇ ਕੋਲ ਤਾਂ 6 ਮਹੀਨੇ ਦੇ ਸੀ ਜੀ, ਮੈਂ ਤਾਂ ਕਦੇ ਰਿਟਾਇਰ ਹੋ ਗਿਆ 21 ਤੋਂ ਬਾਅਦ, 21 ਮਾਰਚ ਨੂੰ। ਨਹੀਂ, ਨਾਮ ਪ੍ਰਦੀਪ ਕਲੀਅਰ ਦਾ 2018 'ਚ ਆ ਗਿਆ, ਨਾਮ 2018 'ਚ ਆਇਆ, ਪਰ ਉਹਨਾਂ 33/11 ਵਗੈਰਾ 'ਚ ਨਹੀਂ, 2020 'ਚ ਮੈਂਟਰ ਜਿਹੜੀ ਫਾਈਨਲ, ਮਤਲਬ ਜਿਹੜੀ ਮੇਰੇ ਕੋਲ 63 ਨੰਬਰ FIR ਆਈ ਹੈ 2020 'ਚ ਜੂਨ 'ਚ, ਠੀਕ ਹੈ, ਜੁਲਾਈ ਦੇ ਵਿੱਚ ਮੈਂ ਤਿਆਰ ਕਰਕੇ 4 ਅਗਸਤ ਨੂੰ ਜਿਹੜਾ ਮੈਂ ਚਲਾਣ ਦਿੱਤਾ, ਉਹਦੇ 'ਚ ਸੰਦੀਪ ਬਰੇਟਾ, ਪ੍ਰਦੀਪ ਕਲੀਅਰ ਅਤੇ ਆ ਜਿਹੜਾ ਹਰਸ਼ ਧੂਰੀ ਅਤੇ ਬਾਬਾ, ਇਹ ਪਿਤਾ ਜੀ ਦਾ ਹੁਕਮ ਹੈ, ਮਹਿੰਦਰਪਾਲ ਬਿੱਟੂ ਨੇ ਕਿਹਾ ਤੇ ਆਹ ਤਿੰਨ, ਇਹ ਨਾਂ ਤਿੰਨ ਹੈਗੇ ਸੀ, ਪਰ ਇਹਨਾਂ ਦੀ ਉਹਦੇ ਵਿੱਚ ਵੈਲਿਊ ਨਹੀਂ ਸੀ ਨਾ, 63 ਨੰਬਰ FIR 117-128 ਤਾਂ CBI ਕੋਲ, ਠੀਕ ਹੈ, ਇਹ ਤਾਂ ਪੰਜਾਬ ਸਰਕਾਰ ਫੈਬਰੀ 20 ਦੇ ਵਿੱਚ ਸੁਪਰੀਮ ਕੋਰਟ ਨੇ ਡਿਸਾਈਡ ਕੀਤਾ ਵੀ ਇਹਨਾਂ ਦੀ CBI ਦੀ ਪਟੀਸ਼ਨ ਖਾਰਜ ਕਰੀ, ਵੀ ਪੰਜਾਬ ਸਰਕਾਰ ਨੇ ਜਿਹੜਾ 2018 ਦੇ ਵਿੱਚ ਵਿਧਾਨ ਸਭਾ ਦਾ ਮਤਾ ਸੀ ਵੀ ਇਹ ਵਾਪਸ ਲੈ ਲਿਆ ਤਾਂ ਇਹ ਪੰਜਾਬ ਸਰਕਾਰ ਕਰੂਗੀ। ਦੈਟ ਇਜ਼ ਹਾਉ ਦਿਸ ਡਿਊਰਿੰਗ ਪੀਕ ਆਫ, ਅਰ ਇੱਕ ਹੋਰ ਵੀ ਨਾ ਭੁੱਲੋ, ਦੈਟ ਵਾਜ਼ ਪੀਕ ਆਫ ਕਰੋਨਾ, ਜਿਹੜੇ ਵਿੱਚ ਮਤਲਬ ਪੂਰੀਆਂ ਜਿਹੜੀਆਂ ਸੀ ਲੋਕਡਾਊਨ ਚੱਲ ਰਹੇ ਸੀ, ਲੋਕਡਾਊਨ ਦੇ ਵਿੱਚ ਮੈਨੂੰ ਪਤਾ ਮੈਂ ਕਿਵੇਂ ਹੌਲੀ ਹੌਲੀ ਕਰਕੇ ਇਹ ਕੇਸ ਨੂੰ, ਮੇਰਾ ਤਾਂ ਟਾਈਮ ਲੋਕਡਾਊਨ 'ਚ ਲੰਘ ਗਿਆ, ਬਟ ਸਟਿਲ ਡਿਸਪਾਈਟ ਆਲ ਕੰਸਟ੍ਰੇਂਟਸ ਮੈਂ ਇਹ ਕੇਸ ਨੂੰ ਫੜ ਕੇ ਇਹਦਾ ਚਲਾਣ ਕਰਕੇ ਅਤੇ ਇਹਦੇ ਚਲਾਣ ਤੋਂ ਬਾਅਦ ਇਹ ਚਲਾਣ ਦਾ ਹਾਈ ਕੋਰਟਾਂ ਦੇ ਭੁਗਤ ਕੇ ਇਹਨਾਂ ਨੂੰ PO ਬਣਾਇਆ। ਉਸ ਇਹ ਵੀ ਨਾ ਭੁੱਲੋ ਕਿ ਉਸ ਟਾਈਮ ਨਾ ਸਾਰੇ ਸਟੇਟਾਂ ਸਾਰੇ ਲੋਕਡਾਊਨ ਜਗ੍ਹਾ ਜਗ੍ਹਾ ਬੰਦ ਸੀ, ਕੱਟ ਲੋਡਿਡ, ਮਤਲਬ 2 ਸਾਲ ਦਾ ਐਫਰਟ ਜਿਹੜਾ ਕਹਿੰਦਾ ਵੀ ਉੱਥੇ ਨਹੀਂ ਪੜਿਆ ਇੱਥੇ ਨਹੀਂ ਪੜਿਆ, ਅਤੇ ਇਹ ਜਿਹੜਾ ਇਹ ਗੱਲਾਂ ਨੇ ਇਹ ਅੱਜ ਤਾਂ ਆਪਾਂ ਕਿਸੇ ਉਹਦੇ 'ਚ ਕਹਿ ਸਕਦੇ ਹਾਂ, ਇਹ ਉਸ ਟਾਈਮ ਦਾ, ਹਾਂ ਉਹ 6 ਮਹੀਨੇ 'ਚ, ਪਰ ਮੈਂ ਇਹਨੂੰ PO ਜ਼ਰੂਰ ਬਣਾਇਆ ਜਿੰਨੀ ਮੇਰੇ ਕੋਲ ਇਨਫੋਰਮੇਸ਼ਨ ਸੀ, 3 ਬਾਰੇ 4 ਬਾਰੇ। ਦੇਖੋ ਪਿਤਾ ਜੀ ਤਾਂ ਇਹਨਾਂ ਦਾ ਸਨਾਰੀਆਂ ਜੇਲ੍ਹ 'ਚ ਸੀ, ਉਹਦਾ ਤਾਂ ਉੱਥੇ ਸੀ, ਇਹ 3 ਨੂੰ ਅਸੀਂ ਜੋ ਐਫਰਟਸ ਕਰ ਸਕਦੇ ਸੀ ਕੋਰਟ ਦੀ ਤਸੱਲੀ ਕਰਾ ਕੇ ਤਾਂ ਇਹਨਾਂ ਨੂੰ PO ਬਣਾਇਆ ਗਿਆ, ਉਹ ਮੈਂ ਤੁਹਾਨੂੰ ਪੜ੍ਹ ਵੀ ਦਿੰਦਾ ਅਤੇ ਅਕਾਊਂਟ ਮੈਂ ਕੱਢ ਦਿੰਦਾ ਤੁਹਾਨੂੰ, ਪੇਜ ਵੀ। ਚਲੋ ਮੈਂ ਮਹਿੰਦਰਪਾਲ ਬਿੱਟੂ ਵਾਲੇ ਪਾਸੇ ਜਾਵਾਂ, ਮਹਿੰਦਰਪਾਲ ਬਿੱਟੂ ਦੀ ਗ੍ਰਿਫਤਾਰੀ, ਤੁਸੀਂ ਮਹਿੰਦਰਪਾਲ ਬਿੱਟੂ ਤੱਕ ਕਿਵੇਂ ਪਹੁੰਚ ਗਏ? ਦੇਖੋ ਆਇਆ ਮੈਂ 2 ਚੀਜ਼ਾਂ ਨੇ ਮਹਿੰਦਰਪਾਲ ਬਿੱਟੂ ਦੇ ਕੇਸ ਬਾਰੇ ਅਤੇ ਇਹਦੇ ਬਾਰੇ, ਇਹ 2 ਚੀਜ਼ਾਂ ਨੇ। ਇੱਕ ਤਾਂ ਇਹ ਹੈ ਕਿ 6 ਨਵੰਬਰ 2021 ਨੂੰ ਪ੍ਰੇਮ ਸਿੰਘ ਚੰਦੂਮਾਜਰਾ, ਦਲਜੀਤ ਚੀਮਾ ਅਤੇ ਮਹੇਸ਼ਇੰਦਰ ਗਰੇਵਾਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਚੰਡੀਗੜ੍ਹ, ਜਿਹਦੇ 'ਚ ਉਹਨਾਂ ਨੇ ਐਲੀਗੇਸ਼ਨ ਕਈ ਹੋਰ ਵੀ ਲਾਏ ਲੋਕਾਂ 'ਤੇ, ਅਤੇ ਇੱਕ ਐਲੀਗੇਸ਼ਨ ਇਹ ਵੀ ਲਾਇਆ ਸੀ ਕਿ ਖਟੜੇ ਨੇ ਮਹਿੰਦਰਪਾਲ ਬਿੱਟੂ ਨੂੰ ਕੁੱਟਮਾਰ ਕਰਕੇ ਮਨਾਇਆ ਅਤੇ ਉਹਦੀ ਫੈਮਿਲੀ ਹਾਈ ਕੋਰਟ, ਉਹਦੀ ਫੈਮਿਲੀ ਕੇਸ ਕਰ ਰਹੀ ਹੈ, ਇਹ 6 ਨਵੰਬਰ ਦੀ ਹੈ, ਇਹ ਕੇਸ ਹੋਇਆ ਵੀ ਤੁਹਾਡੇ, ਫੈਮਿਲੀ 8 ਤਰੀਕ ਨੂੰ ਕੇਸ ਕਰਦੀ ਹੈ, ਔਰ ਉਹ ਕੇਸ ਹੈ ਜਿਹੜਾ ਮੈਂ ਭੁਗਤ ਰਿਹਾ ਹਾਈ ਕੋਰਟ ਦੇ ਵਿੱਚ, ਇਹਨਾਂ ਨੇ ਐਲੀਗੇਸ਼ਨ ਜਿਹੜੇ ਲਾਏ ਨੇ ਹਾਈ ਕੋਰਟ ਦੇ ਵਿੱਚ ਜਾ ਕੇ
ਉਹਦੀ ਇਨਕੁਆਇਰੀ ਪਹਿਲਾਂ ਵੀ ਹੋਈ ਸੀ, ਉਹਦੀ ਇਨਕੁਆਇਰੀ ਹੁਣ ADGP ਰਾਜ ਸਾਹਿਬ ਕਰ ਰਹੇ ਨੇ। ਪਿਛਲੇ ਦਿਨ ਤੁਹਾਨੂੰ ਬੁਲਾਇਆ ਵੀ ਗਿਆ ਸੀ ਹੁਣ ਪੁਲਿਸ ਹੈੱਡਕੁਆਰਟਰ, ਜਿਸ ਦਿਨ ਮੈਂ ਅਕਾਲ ਤਖ਼ਤ ਸਾਹਿਬ ਤੇ ਗਿਆ 17 ਨੂੰ, 18 ਨੂੰ ਮੈਨੂੰ ਸੰਮਨ ਮਿਲੇ, 19 ਨੂੰ ਤੇ 23 ਤਰੀਕ ਨੂੰ ਮੈਂ ਆਪਣੇ ਬਿਆਨ ਦੇ ਕੇ ਆਇਆ ਹੋਇਆ। ਤੋ ਇਸ ਦੇ ਉੱਤੇ ਮੈਂ, ਮੇਰੀ ਰਿਕੁਐਸਟ ਹੈ ਕਿ ਇਸ ਸੈਂਸ ਮੇਰਾ ਦੇ ਉੱਤੇ ਡਾਇਰੈਕਟਲੀ ਅਕਾਲੀ ਦਲ ਨੇ, ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਕਿ ਇਹੀ ਅਕਾਲੀ ਦਲ, ਇਹੀ ਲੀਡਰ ਜਿਹੜੇ 2021 'ਚ ਔਰ ਉਸ ਤੋਂ ਪਹਿਲਾਂ 2020 'ਚ 19 'ਚ ਆਪਣੇ ਮੋਹਾਲੀ ਕੋਰਟ, CBI ਕੋਰਟ 'ਚ ਇਹ ਕਹਿੰਦੇ ਸੀ ਵੀ ਪ੍ਰੇਮੀ, ਔਰ ਇਹੀ ਸੁਖਬੀਰ ਬਾਦਲ ਡਿਸੰਬਰ ਲਾਸਟ ਈਅਰ, ਨਵੰਬਰ ਡਿਸੰਬਰ 23 'ਚ ਇਹਨਾਂ ਦੇ ਬਿਆਨ ਨੇ ਕਿ ਜੇ ਸਾਡੀ ਸਰਕਾਰ ਬਣੀ ਜਾਂ ਸਾਡਾ ਹੋਇਆ ਤਾਂ ਅਸੀਂ ਬੇਅਦਬੀਆਂ ਦੇ ਕੇਸਾਂ ਦੀ ਨਵੇਂ ਸਿਰੇ ਤੋਂ ਤਫਤੀਸ਼ ਕਰਾਵਾਂਗੇ ਅਤੇ ਅਸਲ ਦੋਸ਼ੀ ਲੱਭਾਂਗੇ। ਆਈ ਐਮ ਥੈਂਕਫੁਲ ਟੂ ਆਲ ਆਫ ਯੂ, ਟੂ ਦਾ ਪਬਲਿਕ, ਟੂ ਐਵਰੀਬਡੀ ਕਿ ਪਿਛਲੇ 3-4 ਦਿਨ ਤੋਂ ਇਟ ਇਜ਼ ਮਿਊਜ਼ਿਕ ਟੂ ਮਾਈ ਈਅਰਸ ਐਂਡ ਆਈ ਐਮ ਥੈਂਕਫੁਲ ਕਿ ਘੱਟ ਤੋਂ ਘੱਟ SGPC ਅਕਾਲੀ ਦਲ ਇਹਦਾ ਮੰਨਣ ਲੱਗ ਗਿਆ ਵੀ ਇਹ ਦੋਸ਼ੀ ਨੇ। ਅਦਰਵਾਈਜ਼ SGPC ਦੀ, ਵੱਡੇ ਕਲੇਰ ਸਾਹਿਬ ਦੀ ਐਫੀਡੈਵਿਟ ਲੱਗਿਆ ਹੋਇਆ ਕਿ ਜੀ ਜੋ CBI ਕਹਿ ਰਹੀ ਹੈ ਅਤੇ CBI ਨੇ ਕਲੀਨ ਚਿੱਟ ਦਿੱਤੀ ਸੀ ਡੇਰੇ ਨੂੰ, ਟੂ ਪ੍ਰੇਮੀਜ਼ ਕਿ ਇਹ ਨਹੀਂ ਹੈਗੇ ਦੋਸ਼ੀ, ਜਿਹੜੀ ਇਹਨਾਂ ਨੇ ਕਲੋਜ਼ਰ ਰਿਪੋਰਟ ਦਿੱਤੀ ਸੀ 2019 CBI ਨੇ, ਉਹਦੇ 'ਚ ਐਫੀਡੈਵਿਟ ਦੇ ਜਦ ਅਸੀਂ ਗਏ ਸੀ ਜੀ ਵੀ ਇਹ ਗਲਤ ਕਰ ਰਹੇ ਹਾਂ, ਤਾਂ ਕੇਸ ਅਸੀਂ ਕਰ ਰਹੇ ਹਾਂ, ਇਹ ਤਾਂ ਪੰਜਾਬ ਸਰਕਾਰ ਵਾਪਸ ਲੈ ਚੁੱਕੀ ਹੈ ਇੱਕ, ਠੀਕ ਹੈ ਜੀ। ਸੈਕਿੰਡ, ਮੈਂ ਤੁਹਾਨੂੰ ਦੱਸ ਰਿਹਾ ਵੀ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਨੇ ਜੀ ਵੀ ਨਿਰਦੋਸ਼ ਮਹਿੰਦਰਪਾਲ ਬਿੱਟੂ ਨੂੰ ਖੱਟੜੇ ਨੇ ਕੁੱਟਿਆ ਮਾਰਿਆ ਅਤੇ ਉਹਨਾਂ ਨੂੰ ਮਰਤਾ, ਇਹ 21 'ਚ ਕਹਿ ਰਹੇ ਨੇ, ਠੀਕ ਹੈ। ਅਤੇ ਐਜ਼ ਲੇਟ ਐਜ਼ ਡਿਸੰਬਰ ਦਿਸ ਈਅਰ ਜਦ ਇਹ ਗਏ ਸੀ ਅਕਾਲ ਤਖ਼ਤ ਦੇ ਉੱਤੇ, ਸੁਖਬੀਰ ਹੋਣੀ, ਸੁਖਬੀਰ ਬਾਦਲ ਸਾਹਿਬ ਅਤੇ ਇਹ ਸਾਰੇ ਗਏ ਹੋਣੇ ਆ, ਉੱਥੇ ਇਹ ਬਿਆਨ ਹੈ, ਪੜ੍ਹ ਲਓ, ਪੜ੍ਹੋ ਸੁਖਬੀਰ ਬਾਦਲ ਦਾ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਾਂ ਪਿੱਛੇ ਕੋਈ ਪਾਠ ਕਰਾਇਆ ਹੋਣਾ, ਕੀ ਕਰਾਇਆ ਹੋਣਾ ਕਿ ਜੀ ਜੇ ਜਦ ਵੋਟਾਂ ਤੋਂ ਪਹਿਲਾਂ ਸੀ ਨਾ ਵੋਟਾਂ ਆ ਰਹੀਆਂ ਬਈ ਜੀ, ਜੇ ਸਾਡੀ ਸਰਕਾਰ ਬਣੂ ਜਾਂ ਸਾਡਾ ਸਮਾਂ ਆਇਆ, ਅਸੀਂ ਬੇਅਦਬੀ ਕੇਸਾਂ ਦੀ ਨਵੇਂ ਸਿਰੇ ਤੋਂ ਤਫਤੀਸ਼ ਕਰਾ ਕੇ ਅਸਲ ਦੋਸ਼ੀ ਲੱਭਾਂਗੇ ਅਤੇ ਸਜ਼ਾਵਾਂ ਦੇਵਾਂਗੇ। ਇਹ ਤਾਂ ਹੁਣ ਤਾਂ ਇਹਨੇ, ਪਰ ਪਿਛਲੇ 3-4 ਦਿਨਾਂ ਦੇ ਤੁਹਾਡੇ ਮਾਧਿਅਮ ਰਾਹੀਂ ਪ੍ਰਦੀਪ ਕਲੇਰ ਦੇ ਆਉਣ ਤੋਂ ਬਾਅਦ, ਪ੍ਰਦੀਪ ਕਲੇਰ ਦੇ ਆਉਣ ਤੋਂ ਬਾਅਦ, ਅਕਾਲ ਤਖ਼ਤ 'ਤੇ ਪੇਸ਼ ਹੋਣ ਤੋਂ ਬਾਅਦ, ਇਹ ਸਾਰੀਆਂ ਤੋਂ ਇਹ ਜਿਹੜੇ 3-4 ਦਿਨ ਤੋਂ ਬਿਆਨ ਆ ਰਹੇ ਨੇ ਕਿ ਜੀ ਇਹ ਮੁੱਖ ਦੋਸ਼ੀ ਹੈ ਅਤੇ ਇਹ ਖੱਟੜੇ ਨੇ ਆ ਕਿਹਾ, ਖੱਟੜੇ ਤੋਂ ਆ ਕਿਹਾ, ਮੈਂ ਧੰਨਵਾਦੀ ਹਾਂ ਵੀ ਤੁਹਾਡੀ ਤਫਤੀਸ਼ ਨੂੰ ਮੰਨ ਲਿਆ, ਮੈਂ ਧੰਨਵਾਦੀ ਹਾਂ SGP ਦਾ, ਮੈਂ ਸਾਰਿਆਂ ਦਾ ਕਿ ਐਟਲੀਸਟ, ਅਰੇ ਮੇਰਾ ਇੱਕ ਪੁਆਇੰਟ ਸੀ ਜੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕੋਲ 17 ਤਰੀਕ ਨੂੰ, ਮੈਂ ਕਿਹਾ ਜੀ ਅਨਫੋਰਚੁਨੇਟ ਪਾਰਟ ਹੈ ਕਿ ਮੇਰੀ ਤਫਤੀਸ਼ ਨੂੰ ਸ਼੍ਰੋਮਣੀ ਕਮੇਟੀ ਨੇ ਵੀ ਜਾ ਕੇ ਨਕਾਰਿਆ ਵਿਦ ਐਫੀਡੈਵਿਟ, ਅਤੇ ਸੁਖਬੀਰ ਨੇ ਅਤੇ ਅਕਾਲ ਤਖ਼ਤ 'ਤੇ ਆ ਕੇ ਕਿਹਾ ਵੀ ਅਸੀਂ ਨਵੇਂ ਸਿਰੇ ਤੋਂ ਕਰਾਵਾਂਗੇ, ਦੈਟ ਮੀਨਸ ਇਹਨਾਂ ਨੂੰ ਨਹੀਂ ਜੋਸ਼ੀ ਮੰਨਦੇ। ਪਰ ਅੱਜ ਮੈਂ ਇਹ ਕਹਿ ਸਕਦਾ ਕਿ ਫੁੱਲ ਸਰਕਲ ਆ ਗਿਆ, ਮੈਂ ਗੁਰੂ ਦਾ ਧੰਨਵਾਦੀ ਹਾਂ, ਠੀਕ ਹੈ, ਕਿ ਐਟਲੀਸਟ ਸਾਰੇ ਲੋਕ ਇਹਦਾ ਮੰਨਣ ਵਾਲੇ ਪ੍ਰੇਮੀਆਂ ਨੂੰ ਦੋਸ਼ੀ ਦਾ ਮੰਨਦੇ। ਐਂਡ ਅਨਫੋਰਚੁਨੇਟ ਪਾਰਟ ਮੈਂ ਇੱਥੇ ਐਡ ਵੀ ਕਰ ਦਿੰਦਾ, ਅੱਜ ਤੱਕ ਕਦੇ ਬਿੱਟੂ ਨੂੰ, ਕਦੇ ਕਿਸੇ ਇਹਨਾਂ ਦੇ ਮੂੰਹ 'ਚੋਂ, ਚਾਹੇ ਅਕਾਲੀ ਦਲ ਸੀ, ਚਾਹੇ ਕਾਂਗਰਸ ਸਰਕਾਰ ਸੀ ਅਤੇ ਚਾਹੇ ਮੌਜੂਦਾ, ਕਦੇ ਕਿਸੇ ਨੇ ਕਿਹਾ ਵੀ ਬਾਬਾ ਰਾਮ ਗੁਰਮੀਤ ਰਾਮ ਰਹੀਮ ਮੁੱਖ ਦੋਸ਼ੀ ਹੈ,
ਜਦਕਿ ਸਾਰਾ ਕੁਛ ਤਾਂ ਉਹਦੇ ਵਿਆਹ 'ਤੇ ਉਹੀ ਕਰਾ ਰਿਹਾ, ਉਹਨੇ ਕਰਾਇਆ। ਮੈਂ ਡੇਰੇ ਵਾਲੇ ਸਵਾਲ ਦੇ ਉੱਤੇ ਆਉਣਾ, ਕਿਉਂਕਿ ਤੁਸੀਂ ਮਹਿੰਦਰਪਾਲ ਬਿੱਟੂ ਦੇ 'ਤੇ ਕੋਰਟ ਦਾ ਪੂਰਾ ਮਾਮਲਾ ਚੱਲ ਰਿਹਾ, ਉਹਨਾਂ ਦੀ ਵਾਈਫ ਨੇ ਜਿਹੜਾ ਕੇਸ ਕੀਤਾ ਸੀਗਾ 2015 'ਚ, ਜਦੋਂ ਇਹ ਘਟਨਾਕ੍ਰਮ ਵਾਪਰਿਆ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ, ਥੋੜ੍ਹਾ ਜਿਹਾ ਦੱਸੋ। 1 ਨਵੰਬਰ ਨੂੰ, ਮਾਫੀ ਚਾਹੂੰਗਾ, 1 ਜੂਨ ਨੂੰ ਬੁਰਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੁੰਦੀ ਹੈ, 24 ਸਤੰਬਰ ਨੂੰ ਪੋਸਟਰ ਲੱਗੇ, 12 ਤਰੀਕ ਨੂੰ ਬੇਅਦਬੀ ਹੋ ਗਈ। ਇਸ ਪੂਰੇ ਘਟਨਾਕ੍ਰਮ ਦੇ ਵਿੱਚ ਮੌਜੂਦਾ ਸਰਕਾਰ ਦਾ ਐਕਸ਼ਨ ਜਾਂ ਉਹਨਾਂ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕਿਉਂਕਿ ਤੁਸੀਂ ਉਸ ਸਮੇਂ ਸਰਵਿਸ ਦੇ ਵਿੱਚ ਸੀ, ਪੁਲਿਸ ਦੇ ਉੱਪਰ ਬਹੁਤ ਕੁਐਸਚਨ ਉੱਠੇ ਕਿ 1 ਜੂਨ ਤੋਂ ਲੈ ਕੇ 24 ਸਤੰਬਰ ਤੱਕ ਅਸੀਂ ਲੱਭ ਹੀ ਨਹੀਂ ਸਕੇ ਕਿ ਗੁਰੂ ਗ੍ਰੰਥ ਸਾਹਿਬ ਕਿੱਥੇ ਨੇ। ਉਸ ਤੋਂ ਬਾਅਦ ਪੋਸਟਰ ਲੱਗ ਗਏ, ਪੋਸਟਰ ਲੱਗਣ ਤੋਂ 16-17 ਦਿਨ 18 ਦਿਨ ਨਿਕਲ ਗਏ, ਉਸ ਸਮੇਂ ਵੀ ਨਹੀਂ ਅਸੀਂ ਮੌਕੇ ਨੂੰ ਸੰਭਾਲ ਸਕੇ। ਦੇਖੋ, ਮੈਂ ਵੀ ਮੈਂ ਇਹ ਤਾਂ ਕਹਿ ਸਕਦਾ ਵੀ 13 ਅਕਤੂਬਰ ਤੋਂ ਬਾਅਦ ਮੈਂ ਇਹਦੇ ਵਿੱਚ ਆਇਆ, ਇਸ ਸਿਚੁਏਸ਼ਨ 'ਚ ਮੈਂ ਇਹ ਕਹਿ ਸਕਦਾ ਕਿ 1 ਜੂਨ ਤੋਂ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਚੋਰੀ ਹੋਣਾ, ਔਰ ਉਸ ਤੋਂ ਬਾਅਦ ਪੋਸਟਰ ਲੱਗਣੇ, ਅੰਗ ਖੇਡਣੇ, ਅਤੇ ਉਸ ਤੋਂ ਬਾਅਦ ਜਿਹੜੀ ਸਿਚੁਏਸ਼ਨ ਇੰਨੀ ਵਿਸਫੋਟਕ ਬਣ ਗਈ ਪੰਜਾਬ ਦੇ ਵਿੱਚ, ਅਤੇ ਉਸ ਸਿਚੁਏਸ਼ਨ ਨੂੰ ਸਾਰੀ ਨੂੰ ਹੈਂਡਲ ਕਰਨ ਦੇ ਲਈ ਪੰਜਾਬ ਸਰਕਾਰ ਵਿੱਚ ਅਸੀਂ ਐਡਮਿਸ਼ਨ, ਆਈ ਥਿੰਕ ਆਪਾਂ ਇਹ ਕਹਿ ਸਕਦੇ ਉਹ ਪੈਰਾਲਿਸਿਸ ਸਰਕਾਰ ਦਾ ਅਤੇ ਐਡਮਿਨਿਸਟ੍ਰੇਸ਼ਨ ਦਾ, ਜਿਹੜਾ ਲੋਕਾਂ ਦਾ ਸਾਡੇ ਤੋਂ ਭਰੋਸਾ ਉੱਠ ਚੁੱਕਿਆ ਸੀ। ਤੁਸੀਂ ਫੇਲੀਅਰ ਨਹੀਂ ਕਹਿ ਰਹੇ, ਬਸ ਤੁਸੀਂ ਥੋੜ੍ਹਾ ਜਿਹਾ ਨਹੀਂ, ਫੇਲੀਅਰ ਹੋ ਗਿਆ, ਮੇਰੀ ਗੱਲ ਸੁਣੋ, ਇਸ਼ੂਜ਼ ਹੀ ਇੰਨੇ ਹੋ ਗਏ। ਦੇਖੋ, ਮਤਲਬ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਉਨੀ ਗੰਭੀਰਤਾ ਸ਼ਾਇਦ ਨਹੀਂ ਪਤਾ ਸੀ, ਇਹ ਇੰਨਾ ਵੱਡਾ ਕੇਸ ਹੋ ਜਾਏਗਾ, ਸ਼ਾਇਦ ਉਸ ਤਰੀਕੇ ਨਾਲ ਗੰਭੀਰਤਾ ਨਹੀਂ ਸੀ। ਨਹੀਂ, ਪੂਰੀ ਗੰਭੀਰਤਾ ਸੀ, ਸਭ ਕੁਝ ਸੀ, ਪਰ ਹਾਲਾਤ ਇਸ ਕਿਸਮ ਦੇ ਹੋ ਗਏ ਕਿ ਜਿਹੜੀ ਮਤਲਬ 1 ਜੂਨ ਤੋਂ ਟਾਈਮ ਗਵਾਇਆ ਗਿਆ, 3-3.5 ਮਹੀਨੇ ਲੰਘ ਗਏ, ਫਿਰ ਪੋਸਟਰਾਂ ਦਾ ਆ ਗਿਆ। ਪੋਸਟਰਾਂ ਦੇ ਵਿੱਚ ਮਾਫੀ ਵਾਲੀ 24 ਤਰੀਕ ਦੀ ਮਾਫੀ ਵਾਲੇ ਨੂੰ ਤੁਸੀਂ ਨਹੀਂ ਕਹਿ ਸਕਦੇ, ਫਿਰ ਮਾਫੀ ਤੋਂ ਬਾਅਦ ਫਿਰ ਇਹ ਹੋ ਜਾਂਦੀਆਂ, 16 ਤਰੀਕ ਨੂੰ ਰੱਦ ਹੋ ਜਾਂਦੀਆਂ ਨੇ, ਸਰਬੱਤ ਖਾਲਸਾ 10 ਨਵੰਬਰ ਨੂੰ ਹੋ ਰਿਹਾ। ਤੋ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਜਿਹੜੀ ਜੇ ਇਹਨੂੰ ਕਹੀਏ ਤਾਂ ਪਹਿਲੀ ਗੱਲ ਤਾਂ ਇਹ ਕਿ ਪੋਲੀਟੀਕਲੀ ਮਿਸਰੀਡ ਹੋਈ ਹੋਣੀ ਹੈ। ਜੇ ਸਾਨੂੰ ਤਾਂ ਡਾਇਰੈਕਸ਼ਨਸ ਜਿਹੜੀਆਂ ਨੇ, ਦੇਖੋ ਜਿਹੜਾ ਅਸੀਂ ਤਾਂ ਸਾਂਭਣ ਦੇ ਵਿੱਚ ਤਾਂ ਫਾਇਰ ਫਾਈਟਿੰਗ ਮੋਡ 'ਚ ਆਇਆ, ਮੈਂ ਆਪਣੇ ਆਪ ਨੂੰ ਕਹਿੰਦਾ ਮੈਂ ਤਾਂ ਫਾਇਰ ਫਾਈਟਿੰਗ ਮੋਡ 'ਚ ਆਇਆ, ਅਤੇ ਫਾਇਰ ਫਾਈਟਿੰਗ ਮੋਡ ਦੇ ਵਿੱਚ ਜਿੰਨਾ ਅਸੀਂ ਚਲੋ ਕੁਛ ਨਾ ਕੋਈ ਕੱਢ ਸਕਦੇ ਸੀ ਕਰ, ਬਟ ਯੈਸ ਇਹ ਮੰਨਣ ਇਹ ਸਰਕਾਰ ਜੀ, ਉਹ ਸਰਕਾਰ ਵੀ ਗਈ, ਉਸ ਤੋਂ ਬਾਅਦ ਦੂਜੀ ਵੀ ਇਹਦੇ 'ਤੇ ਕੋਈ, ਜਿਹਨੂੰ ਮੈਂ ਪਹਿਲਾਂ ਕਿਹਾ ਵੀ ਓਨ ਅਪ ਨਹੀਂ ਕਰ ਸਕਿਆ ਕਿਸੇ ਨੇ ਕੱਖ, ਅਤੇ ਜਿੰਨਾ ਕੁ ਮੈਂ ਕਰਤਾ ਕੋਈ ਇਹਨਾਂ ਨੂੰ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਕੀਤੀ, ਅਤੇ ਹੁਣ ਵੀ ਤਾਂ ਪੈਰਲਸ ਚੱਲ ਰਿਹਾ। ਚਲੋ ਮੈਂ ਇੱਕ ਹੋਰ ਚੀਜ਼ ਵਿਜੇ ਕੋਈ ਸਵਾਲ ਪੁੱਛ ਰਹੇ ਹਾਂ, ਤੁਹਾਨੂੰ ਲੱਗਦਾ ਪੂਰੀ ਇਨਵੈਸਟੀਗੇਸ਼ਨ ਨੂੰ ਤੁਸੀਂ, ਕਿਉਂਕਿ ਹਰ ਮਾਮਲਾ ਇੱਕ ਦੂਜੇ ਨਾਲ ਜੁੜਿਆ ਹੋਇਆ, ਕਿ ਜੇ ਡੇਰਾ ਮੁਖੀ ਦੀ ਮਾਫੀ ਨਾ ਹੁੰਦੀ 24 ਸਤੰਬਰ 2015 ਨੂੰ, ਤਾਂ ਸ਼ਾਇਦ ਇਹ ਬੇਅਦਬੀ ਵਾਲੇ ਮਾਮਲੇ ਨਾ ਹੁੰਦੇ? ਨਹੀਂ, ਇਹ ਗੱਲ ਦੇਖੋ, ਮੈਂ ਵੈਰੀ ਨਾਈਸ ਕੁਐਸਚਨ, ਮੈਂ ਧੰਨਵਾਦੀ ਹਾਂ ਤੁਹਾਡਾ ਇਸ ਦੇ, ਇਹ ਮੇਰੇ ਵੀ ਸ਼ਾਇਦ ਦਿਮਾਗ 'ਚੋਂ ਨਿਕਲ ਜਾਂਦੀ। ਇਹ ਆਵਾਮ ਨੂੰ, ਦੇਖੋ ਪੰਜਾਬ ਵੱਸਦਾ ਗੁਰਾਂ ਦੇ ਨਾਂ 'ਤੇ, ਚਾਹੇ ਕੋਈ ਹਿੰਦੂ ਹੈ ਚਾਹੇ ਸਿੱਖ ਹੈ, ਗੁਰੂ ਨਾਨਕ ਨਾਮ ਲੇਵਾ ਇੱਥੇ ਰਹੇ ਨੇ, ਹਰ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਥਾ ਰੱਖਦਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਧਰਮਾਂ ਦੀ ਬਾਣੀ ਹੈ, ਸਾਰੇ ਲੋਕ ਆਲ ਇੰਡੀਆ ਦੀ ਬਾਣੀ ਹੈ,
ਕਿੱਥੋਂ ਮਹਾਰਾਸ਼ਟਰ ਦੇ ਨਾਮਦੇਵ ਜੀ, ਚੇਤਨਿਆ ਹੋਣੀ ਆਪਣੇ ਬੰਗਾਲ ਤੋਂ ਸਾਰੇ। ਜਿਹੜਾ ਮੈਂ ਜਵਾਬ ਦਿੰਦਾ ਤੁਹਾਡੇ ਸਵਾਲ ਦਾ, ਆਈ ਐਮ ਰੀਅਲੀ ਥੈਂਕਫੁਲ ਟੂ ਯੂ ਫੋਰ ਆਸਕਿੰਗ ਦਿਸ ਕੁਐਸਚਨ। ਮਾਫ਼ੀ ਵਾਲੇ ਦਿਨ ਅੱਜ ਮੈਂ ਇਹ ਕਹਿ ਸਕਦਾ, ਉਸ ਦਿਨ ਤਾਂ ਮੇਰੇ ਕੋਲ ਇਨਫੋਰਮੇਸ਼ਨ ਡਿਟੈਕਸ਼ਨ ਨਹੀਂ ਸੀ। ਮਾਫ਼ੀ ਵਾਲੇ ਦਿਨ ਬਾਬਾ ਅਤੇ ਜ਼ਿਆਦਾ ਇਹ ਸਾਰੇ ਮੰਗ ਰਹੇ ਨੇ ਐਮ ਐਸ ਜੀ ਦੀ ਰਿਲੀਜ਼, ਮਾਫ਼ੀ ਦੀ ਜਿਹੜੀਆਂ ਇਹ ਚੱਲ ਰਹੀਆਂ ਨੇ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਚੋਰੀ ਹੋਇਆ ਹੋਇਆ 1 ਜੂਨ ਦਾ, ਉਹ ਉਹਨਾਂ ਦੇ ਕਬਜ਼ੇ 'ਚ, ਉਹ ਦੱਬੀ 1 ਜੂਨ ਉਹ ਦੱਬੀ ਬੈਠੇ ਨੇ, ਇਹ ਉਹਨਾਂ ਦੇ ਕਬਜ਼ੇ 'ਚ ਸੀ। ਠੀਕ ਹੈ, ਉਹਦੇ ਇਵੇਂ ਮਾਫ਼ੀ ਲੈ ਰਹੇ ਤੇ ਫਿਰ ਮਾਫ਼ੀ ਤੋਂ ਰੌਲਾ ਪੈ ਗਿਆ। ਮਾਫ਼ੀ ਦੇ ਰੌਲੇ ਤੋਂ ਬਾਅਦ ਹਾਂਜੀ, ਤਾਂ ਜਦ ਮਾਫ਼ੀ ਦੇ ਰੌਲੇ ਤੋਂ ਬਾਅਦ ਇਹ ਫਿਰ ਪੜ ਕੇ ਵੀ ਜਦ ਸਿੱਖਾਂ ਨੇ ਮਤਲਬ ਢੱਡਰੀਆਂ ਵਾਲਾ ਸਾਹਿਬ ਹੋਰ ਸਾਰੇ ਸਿੱਖ ਭੜਕ ਗਏ। ਠੀਕ ਹੈ, ਅਤੇ ਸਰਬੱਤ ਖਾਲਸੇ ਦੀ ਨੌਸ, ਉਹਦੇ ਬਾਵਜੂਦ ਵੀ ਬਰਗਾੜੀ ਅੰਗ ਖੰਡਾਏ ਨੇ। ਤੂੰ ਮੈਂ ਸਮਝਦਾ ਮਾਫ਼ੀ ਤਾਂ ਹੈਗੀ ਲੀਡਰ ਕਿਹੜਾ, ਪਰ ਇਹ ਤਾਂ ਸਮਝੋ ਵੀ ਉਸ ਦਿਨ ਤੱਕ ਵੀ ਗੁਰੂ ਗ੍ਰੰਥ ਸਾਹਿਬ ਤਾਂ ਉਹਨਾਂ ਦੇ ਹੱਥ ਜਾਂ ਗੁਰੂ ਨਾਨਕ ਦੇਵ ਜੀ ਚੱਕੀ ਬੈਠੇ ਹੋ ਚੁੱਕਿਆ ਸੀ, ਫਿਰ ਖੰਡਿਆ ਫਿਰਦੇ ਨੇ, ਫਿਰ ਉਹਦੇ ਬਾਅਦ ਅੰਗ ਬਾਅਦ 'ਚ ਖੰਡਿਆ। ਨਹੀਂ, ਮੈਂ ਮੇਰਾ ਸਵਾਲ ਇਸ ਕਰਕੇ ਸੀ ਕਿ ਕਹਿੰਦੇ ਨੇ ਕਈ ਚੀਜ਼ਾਂ ਨੂੰ ਲੈ ਕੇ ਹੌਸਲਾ ਵੱਧ ਜਾਂਦਾ, ਉਹ ਤਾਂ ਨਹੀਂ ਹੋਇਆ? ਹੌਸਲੇ ਤਾਂ ਉਹਨਾਂ ਦੇ ਪੂਰੇ ਬੁਲੰਦ ਸੀ, ਹੌਸਲੇ ਤਾਂ ਆ ਕੇ 25 ਅਗਸਤ ਨੂੰ ਟੁੱਟੇ ਨੇ ਜਦ ਬਾਬਾ ਜੇਲ੍ਹ 'ਚ ਗਿਆ, ਫਿਰ ਬੁਲੰਦ ਹੋਏ। ਮਤਲਬ ਮੇਰੇ, ਮੈਂ ਤਾਂ ਸੱਚੀ ਤੁਹਾਨੂੰ ਦੱਸ ਰਿਹਾ ਕਿ ਬਲਾਸਟ ਤੋਂ ਬਾਅਦ ਜਦ ਅਸੀਂ, ਮੈਂ ਕੁਛ ਨਾ ਕੁਛ ਆਪਣੀ ਮਿਹਨਤ ਕਰਦਾ ਸੀ, ਮੇਰੇ ਕੋਲ ਬਲਾਸਟ ਵਾਲਾ ਕੇਸ ਸੀ, ਬਾਅਦ 'ਚ ਮੈਂ ਹੀ ਕਰਿਆ ਟ੍ਰਿਪਸ, ਤਾਂ ਜਦ ਮੈਂ ਦੇਖ ਲਿਆ ਕਿ ਬਲਾਸਟ ਵਾਲੀ ਬੈਟਰੀ ਸਰਸੇ ਤੋਂ ਖਰੀਦੀ ਗਈ ਹੈ, ਬਲਾਸਟ ਦੀ ਕਾਲ ਹੈ ਜਿਹੜੀ ਅਵਤਾਰ ਨੂੰ ਹੋਈ ਹੈ, ਇਹਨਾਂ ਦਾ ਡੇਰੇ ਦਾ ਜਿਹੜਾ ਟੈਕਨੀਸ਼ੀਅਨ ਸੀ ਜਿਹੜਾ ਐੱਮ ਐੱਸ ਸੀ ਫਿਲਮ ਜੀਪਾਂ ਜੂਪਾਂ ਉਡਾਉਣ ਦਾ ਕੰਮ ਕਰਦਾ ਸੀ, ਠੀਕ ਹੈ, ਤਾਂ ਇਹ ਚੀਜ਼ਾਂ ਤੋਂ ਔਰ ਮੇਰੇ ਕੰਨ ਉੱਤੇ ਸਕੈਚਿਸ ਤੋਂ ਮੇਰੇ ਕੰਨ ਖੜ੍ਹੇ ਹੋ ਗਏ ਸੀ ਵੀ ਇਹ ਜੇ ਸਾਰੇ ਬਲਾਸਟ ਕਰਿਆ ਤਾਂ ਇਹ ਕੁਛ ਇਹ ਹੋਰ ਵੀ ਕਰ ਸਕਦਾ। ਅੱਛਾ, ਇਸ ਚੀਜ਼ ਨੂੰ ਧਿਆਨ 'ਚ ਰੱਖ ਕੇ ਮੁੜ ਕੇ ਮੈਂ ਇਹ ਸ਼ੇਅਰ ਕਰਨ ਲੱਗ ਗਿਆ ਸੀ। ਹੌਸਲਾ ਤਾਂ ਜਦ 25 ਅਗਸਤ ਨੂੰ ਬਾਬਾ ਕਨਵਿਕਟ ਹੋ ਜਾਂਦਾ ਅਤੇ ਇਹਨੂੰ ਅਰੈਸਟ ਕਰਕੇ ਲੈ ਜਾਂਦੇ ਨੇ, ਉਸ ਤੋਂ ਬਾਅਦ ਅਸੀਂ ਸਾਰੀ ਟੀਮ ਨੇ ਸਾਰਿਆਂ ਨੇ ਸਾਰੇ ਸਭ ਨੇ ਫਿਰ ਹੌਸਲੇ। ਮੈਂ ਸਵਾਲ ਇਹ ਪੁੱਛਣਾ ਚਾਹ ਰਿਹਾ ਸੀ, ਜਿਹੜੀ ਇਨਵੈਸਟੀਗੇਸ਼ਨ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਮੇਰੀ ਇਨਵੈਸਟੀਗੇਸ਼ਨ 'ਚ ਨਿਕਲ ਕੇ ਆਇਆ, ਆਮ ਤੌਰ 'ਤੇ ਕਈ ਵਾਰੀ ਇਹ ਸਮਝਿਆ ਜਾਂਦਾ ਕਿ ਪੁਲਿਸ ਸਰਕਾਰਾਂ ਦੇ ਅੰਡਰ ਪ੍ਰੈਸ਼ਰ ਕੰਮ ਕਰਦੀ ਹੈ, ਇਸ ਪੂਰੀ ਇਨਵੈਸਟੀਗੇਸ਼ਨ ਦੌਰਾਨ ਤੁਹਾਡੇ 'ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਰਿਹਾ ਕਿਸੇ ਵੀ ਪਾਸੇ? ਦੇਖੋ, ਮੇਰੇ 'ਤੇ ਦਬਾਅ ਤਾਂ ਰਿਹਾ ਪੂਰਾ ਪਰਮਾਤਮਾ ਦਾ, ਅਤੇ ਪਰਮਾਤਮਾ ਤੋਂ ਮੈਂ ਪਹਿਲਾਂ ਵੀ ਗੱਲ ਕਹੀ ਸੀ, ਡਰ ਕੇ ਮੈਂ ਇਹ ਕੰਮ ਕੀਤਾ। ਮੈਨੂੰ ਬੜੇ ਲੋਕਾਂ ਨੇ ਕਿਹਾ, ਕਈਆਂ ਨੇ ਕਰੀ ਹੈ, ਪਰ ਕਿਸੇ ਦੀ ਇਹ ਜ਼ਰੂਰਤ ਨਹੀਂ ਆਲੇ ਦੁਆਲੇ ਕਰਿਆ ਹੋਊਗਾ। ਮੈਨੂੰ ਵੀ 1-2 ਵਾਰੀ ਸਬਸੀਕੁਐਂਟਲੀ ਕੋਸ਼ਿਸ਼ ਕੀਤੀ ਹੈ, ਪਰ ਮੈਂ ਜੋ ਸੱਚ ਹੈ ਉਹ ਲਿਖਿਆ, ਉਹ ਕਰਿਆ, ਉਹ ਕੋਈ ਨਜਾਇਜ਼ ਬੰਦਾ ਵਿੱਚ ਨਹੀਂ ਪਾਉਣ ਦਿੱਤਾ, ਅਤੇ ਜਿਹੜਾ ਕੋਈ ਜਾਇਜ਼ ਸੀ ਉਹ ਨਿਕਲਣ ਨਹੀਂ ਦਿੱਤਾ। ਠੀਕ ਹੈ, ਮੈਂ 2-3 ਸਵਾਲ ਲੈਣੇ। ਮੈਂ ਇੱਕ ਚੀਜ਼ ਜਾਣਨੀ ਚਾਹੁੰਦਾ, ਕਿਉਂਕਿ ਜਿਹੜੇ ਪੋਸਟਰ ਲੱਗੇ ਸੀ ਬਰਗਾੜੀ ਦੇ ਵਿੱਚ, ਉਹਨਾਂ ਦੇ ਉੱਤੇ ਜੋ ਲਿਖਿਆ ਹੋਇਆ ਸੀ ਲਾਜ਼ਮੀ ਤੌਰ 'ਤੇ ਉਹ ਇਹੋ ਜਿਹਾ ਆਪਾਂ ਡਿਸਕਲੋਜ਼ ਨਹੀਂ ਕਰਦੇ, ਕਿ ਉਹਨਾਂ ਦੇ ਵਿੱਚ ਕਿਤੇ ਲੌਕਿਟ ਕਾਂਡ ਦਾ ਜ਼ਿਕਰ ਸੀ? ਨਾ, ਲੌਕਿਟ ਉਸ ਨਹੀਂ ਹੈਗਾ, ਨਹੀਂ ਸੀ ਨਾ ਉਹਦੇ 'ਚ। ਮੈਂ ਆਈ ਡੋਂਟ ਥਿੰਕ ਉਹਦੇ 'ਚ ਨਹੀਂ ਸੀ ਉਹਦੇ 'ਚ ਤਾਂ ਸਿੰਪਲ ਇਹ ਸੀ
ਚੈਲੰਜ ਲਿਖਿਆ ਹੋਇਆ ਸੀ ਦਾਦੂਵਾਲ ਢੱਡਰੀਆਂ ਵਾਲਾ, ਇਹਨਾਂ ਦੇ ਬਾਰੇ ਵੱਧ ਘੱਟ ਬੜਾ ਗੰਦਮੰਦ ਲਿਖਿਆ ਹੋਇਆ ਸੀ। ਗੁਰੂ ਗ੍ਰੰਥ ਸਾਹਿਬ ਜੀ ਮਤਲਬ ਬੜਾ ਮਾੜੀਆਂ ਉਹ ਸ਼ਬਦਾਵਲੀ ਲਿਖੀ ਹੋਈ ਸੀ, ਅਤੇ ਇੱਕ ਲਿਖਿਆ ਹੋਇਆ ਸੀ ਇਨਾਮ ਵੀ ਸਾਡੇ ਤੋਂ ਕਢਾ ਲਓ 5 ਲੱਖ ਜਾਂ 10 ਲੱਖ ਅਸੀਂ ਇਨਾਮ ਦੇਵਾਂਗੇ। ਦੀਜ਼ ਵਰ ਦੀ ਕੰਟੈਂਟ। ਠੀਕ ਹੈ, ਇੱਕ ਤੁਸੀਂ ਇਹ ਕਲੀਅਰ ਕਰ ਰਹੇ ਹੋ ਕਿ ਜਿਹੜਾ ਡੇਰੇ ਦੇ ਨਾਲ ਲਿੰਕ ਨਜ਼ਰ ਆਇਆ ਉਹ ਮੌੜ ਬਲਾਸਟ ਦੇ ਜ਼ਰੀਏ ਲਿੰਕ ਨਿਕਲਿਆ ਇਸ ਪੂਰੇ ਕੇਸ ਦੇ ਵਿੱਚ, ਬੇਅਦਬੀ ਵਾਲੇ ਕੇਸ 'ਚ। ਉਦੋਂ ਪਹਿਲਾਂ ਕੋਈ ਛੋਟੇ ਮੋਟੇ ਹੋਣਗੇ, ਪਰ ਉਦੋਂ ਪਹਿਲਾਂ ਦੇਖੋ ਗੁਰਦੇਵ ਪ੍ਰੇਮੀ ਤੋਂ ਨਿਕਲ ਸਕਦਾ ਸੀ, ਉਹ ਮਰ ਚੁੱਕਾ, ਉਹ ਮਰ ਗਿਆ ਸੀ। ਗੁਰਦੇਵ ਪ੍ਰੇਮੀ ਸੀ ਦੁਕਾਨ ਵਾਲਾ ਜਿਹੜਾ ਸਾਹਮਣੇ ਦੁਕਾਨ ਗੁਰਦੁਆਰਾ ਸਾਹਿਬ ਦੇ ਸਾਹਮਣੇ ਪਿੰਡ ਦਾ ਭੰਗੀ ਦੱਸ ਰਿਹਾ ਸੀ, ਅਤੇ ਗੁਰਦੁਆਰੇ ਦੇ ਸਾਹਮਣੇ ਉਹਦੀ ਸ਼ੋਪ ਸੀ, ਅਤੇ ਉਹਨੂੰ ਜਿਹੜੇ ਆ ਜਸਵੰਤ ਵਗੈਰਾ ਬਾਅਦ 'ਚ ਜਿਹੜੇ ਕਨਵਿਕਟ ਹੋਏ ਨੇ ਉਹ ਸਾਡੀ ਸਿੱਟ ਨਹੀਂ ਲੱਭਿਆ ਸੀ ਕੇਸ, ਉਹਦੇ ਵਿੱਚ ਉਹਨੂੰ 12 ਜੂਨ ਨੂੰ ਗੋਲੀ ਮਾਰ ਗਏ ਸੀ ਅਤੇ 17-18 ਨੂੰ ਉਹਦੀ ਡੈਥ ਹੋ ਗਈ ਸੀ। ਮੈਂ ਇੱਕ ਹੋਰ ਚੀਜ਼, ਕਿਉਂਕਿ ਤੁਸੀਂ ਸਿੱਖ ਭਾਈਚਾਰੇ ਦੇ ਨਾਲ ਜੁੜੇ ਹੋਏ ਹੋ, ਅੰਮ੍ਰਿਤਧਾਰੀ ਸਾਬਤ ਸੁਰੋ ਸਿੱਖ ਹੋ, ਦੇਖੋ ਡੇਰੇ ਦੇ ਨਾਲ ਸਿੱਖ ਭਾਈਚਾਰੇ ਦੇ ਲੋਕਾਂ ਦੀ ਨਹੀਂ ਬਣਦੀ, ਇਹ ਸਾਰਿਆਂ ਨੂੰ ਪਤਾ, ਤਾਂ ਤੁਹਾਡੀ ਇਨਵੈਸਟੀਗੇਸ਼ਨ ਦੇ ਉੱਤੇ ਡੇਰੇ ਵਾਲੇ ਉਂਗਲ ਕਿਉਂ ਨਾ ਚੁੱਕਣ ਕਿ ਤੁਸੀਂ ਬਾਇਸ ਜੋ ਹੋ ਕੇ ਸਾਰਾ ਕੁਛ ਡੇਰੇ ਦੇ ਖਿਲਾਫ ਲਿਖਿਆ ਜਾਂ ਬੋਲਿਆ? ਦੇਖੋ ਐਂ ਆ, ਮੈਂ ਇੱਕ ਗੱਲ ਬੜੀ ਸਾਫ਼ ਹੈ, ਉਹਨਾਂ ਦਾ ਹੱਕ ਹੈ, ਦੋਸ਼ੀਆਂ ਦਾ ਹੱਕ ਹੈ, ਹਰ ਐਕਿਊਜ਼ ਦਾ ਜਿਹੜਾ ਉਹ ਆਪਣੇ ਹੱਕ ਦੀ ਗੱਲ ਕਰਦਾ, ਹਰ ਉਹ ਐਲੀਗੇਸ਼ਨਸ ਲਾਉਂਦਾ, ਕੋਈ ਦੋਸ਼ੀ ਇਨਵੈਸਟੀਗੇਟਰਾਂ ਨੂੰ ਹਾਰ ਨਹੀਂ ਪਾਉਂਦਾ। ਅਤੇ ਮੈਂ ਵੀ ਜੇ ਐਕਸਪੈਕਟ ਕਰਾਂ ਕਿ ਮੈਨੂੰ ਜਿਹੜੇ ਐਡੇ ਵੱਡੇ ਕੇਸਾਂ ਦੇ ਦੋਸ਼ੀ ਆ ਐਡੇ ਵੱਡੇ ਉਹ ਮੈਨੂੰ ਹਾਰ ਪਾਉਣਗੇ, ਦੋਸ਼ੀਆਂ ਨੇ ਕੀ ਪਾਉਣਾ? ਦੋਸ਼ੀਆਂ ਦੇ ਮਿੱਤਰਾਂ ਨੇ ਨਹੀਂ ਪਾਏ, ਦੋਸ਼ੀਆਂ ਸਾਡੇ ਆਪਣੇ ਵਾਲੇ ਨੇ ਨਹੀਂ ਪਾਏ, ਪੱਟੀ ਜਸ ਮੇਰੀ ਜਿਹੜੀ ਸਾਰੀ ਧਰਤੀ ਹੈ ਉਹ ਫੈਕਟਸ ਅਤੇ ਉਹਨਾਂ ਦੇ ਉੱਤੇ ਹੈ। ਇੱਕ ਦੂਜੀ ਫੋਰਚੂਨੇਟ ਆ ਮੈਂ, ਗੁਰੂ ਕਹਾਉਂਦਾ, ਕਦੇ ਬੜੇ ਰੇਅਰ ਕੇਸਿਸ ਹੁੰਦੇ ਨੇ ਕਿ ਪੜਕ ਪੜਕ ਲੋਕ ਜਾ ਕੇ ਮੇਰੇ ਕੋਲ ਨਹੀਂ ਕਹਿੰਦੇ, ਜੱਜਾਂ ਕੋਲ ਕਰ ਰਹੇ ਨੇ। ਮਹਿੰਦਰਪਾਲ ਬਿੱਟੂ ਨੇ ਵੀ ਜੱਜ ਕੋਲ ਮੰਨਿਆ, ਪ੍ਰਿਥੀ ਨੇ ਵੀ ਜੱਜ ਕੋਲ ਮੰਨਿਆ, ਜਿੰਮੀ ਅਰੋੜੇ ਨੇ ਵੀ ਜੱਜ ਕੋਲ ਮੰਨਿਆ, ਪ੍ਰਦੀਪ ਨੇ ਵੀ ਇਹ ਕਿਹਾ ਤਾਂ ਅੱਜ ਜਾ ਕੇ ਜੱਜ ਕੋਲ ਗਿਆ, ਖੱਟੜੇ ਕੋਲ ਨਹੀਂ ਗਿਆ। ਦਿਸ ਇਜ਼ ਦਾ ਮਤਲਬ ਇਸ ਕੇਸ ਦੀ ਇਹ ਖੂਬੀ ਹੈ। ਐਂਡ ਇਹਨਾਂ ਚੀਜ਼ਾਂ ਦੇ ਉੱਤੇ ਹੀ ਔਰ ਜਿਹੜੀਆਂ ਤਫਤੀਸ਼ ਹੋਈ ਉਹ ਤਾਂ ਅੱਡ ਚੀਜ਼ ਹੈ, ਮੇਰਾ ਧਰਮ ਹੈ ਉਹ ਮੇਰਾ ਪਰਸਨਲ ਹੈ। ਮੈਂ ਫੌਜ 'ਚ 7.5 ਸਾਲ ਨੌਕਰੀ ਲਾਈ ਹੈ, ਉੱਥੇ ਮੇਰੇ ਨਾਲ ਸਾਰੇ ਧਰਮਾਂ ਦੇ ਲੋਕਾਂ ਨੇ ਕੰਮ ਕੀਤਾ। ਉਸ ਤੋਂ ਬਾਅਦ ਮੈਂ ਪੰਜਾਬ ਦੇ ਵਿੱਚ ਨੌਕਰੀ ਕੀਤੀ ਹੈ, ਬੜਾ ਜ਼ਿਲ੍ਹੇ ਸ਼ਿਕਵੇ ਲੋਕਾਂ ਨੂੰ ਹੋਣਗੇ, ਅੱਤਵਾਦ ਦੇ ਵਿੱਚ ਮੈਂ ਬੜੇ ਹੌਸਲੇ ਨਾਲ ਸੱਚ ਨੂੰ ਸੱਚ ਕਹਿ ਕੇ ਮੁਕਾਬਲੇ ਆ ਮੇਰੇ ਨਾਲ ਬੜੇ ਹੋਏ ਨੇ, ਬੜੇ ਜਗ੍ਹਾ ਦੇ ਉੱਤੇ ਮੈਨੂੰ ਟਾਰਗੇਟ ਹੋਇਆ ਉਹ ਹੋਏ ਨੇ, ਸੱਚ ਦੇ ਉੱਤੇ ਖੜ੍ਹੇ ਹਨ। ਹੁਣ ਵੀ ਮਤਲਬ ਜਿਹੜੀ ਗੱਲ ਮੈਂ ਕਹਿ ਰਿਹਾ, ਡੇਰਾ ਪ੍ਰੇਮੀ ਆਪਣੇ ਉਹਨਾਂ ਨੂੰ ਵੀ ਪਤਾ ਹੈ ਉਹਨਾਂ ਨੇ ਕਿੱਡੀ ਕਿਹੇ ਕੀਤੀ ਹੈ, ਅਤੇ ਇਹ ਮੈਂ ਹੁਣ ਪ੍ਰਦੀਪ ਚਲੋ ਖੱਟੜਾ ਤਾਂ ਕੁੱਟਦਾ ਸੀ, ਪ੍ਰਦੀਪ ਕਲੇਰ ਨੂੰ ਕਿਹਨੇ ਕਹਿਤਾ? ਇਹ ਕਿਵੇਂ ਜੱਜ ਕੋਲ ਪਹੁੰਚ ਗਿਆ? ਜਿੰਮੀ ਅਰੋੜਾ ਪਹੁੰਚ ਗਿਆ,
ਇੱਕ ਕੁੱਟ ਸਕਦੇ ਹਾਂ, ਮੰਨ ਲਿਆ ਇੱਕ ਅੱਧਾ ਕਿਤੇ ਕੋਈ ਹੋ ਸਕਦਾ, ਮੈਂ ਤਾਂ ਇਹ ਵੀ ਨਹੀਂ ਮੰਨਦਾ। ਮੈਂ ਸਰ ਇੱਕ ਡੇਰੇ ਵਾਲਿਆਂ ਨੂੰ ਲੈ ਕੇ ਸਵਾਲ ਪੁੱਛ ਲਿਆ। ਦੂਜਾ, ਕਿਉਂਕਿ ਆਮ ਤੌਰ 'ਤੇ ਪੋਲੀਟੀਕਲ ਪਾਰਟੀਆਂ ਐਲੀਗੇਸ਼ਨਸ ਲਗਾਉਂਦੀਆਂ ਕਿ ਇਹ ਕਿਸੇ ਦੇ ਹੱਥਾਂ 'ਚ ਖੇਡ ਰਹੇ ਹਾਂ ਜਾਂ ਇਹਨਾਂ ਨੇ ਕੋਈ ਬੈਕ ਕਰ ਰਿਹਾ। ਤੁਸੀਂ ਅਕਾਲੀ ਦਲ ਖਾਸ ਤੌਰ 'ਤੇ ਬਾਦਲ ਪਰਿਵਾਰ ਦੇ ਖਿਲਾਫ਼ ਬਹੁਤ ਖੁੱਲ੍ਹ ਕੇ ਇਸ ਇੰਟਰਵਿਊ ਦੇ ਵਿੱਚ ਬੋਲੇ ਹੋ, ਤੁਹਾਡੇ ਉੱਤੇ ਇਸ ਤਰੀਕੇ ਦੇ ਵੀ ਐਲੀਗੇਸ਼ਨਸ ਆਉਣਗੇ ਕਿ ਤੁਸੀਂ ਕਿਸੇ ਪਾਰਟੀ ਨੂੰ ਫੇਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਦੇਖੋ ਆਇਆਂ, ਮੈਂ ਇਹ ਗੱਲ ਇਹਦਾ ਜਵਾਬ ਵੀ ਦੇ ਦਿੰਦਾ ਅਤੇ ਇਹਦਾ ਇੱਕ ਮੈਂ ਆਪਣੀ ਉਹ ਵੀ ਮੈਂ ਵਿਅਕਤ ਕਰ ਦਿੰਦਾ। ਮੇਰੇ ਪੰਜਾਬ ਦੀਆਂ ਸਾਰੀ ਸਿਆਸੀਆਂ ਪਾਰਟੀਆਂ ਨੂੰ ਬੜੀ ਸਿਨੇਮਰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਕੇਸ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੇਸ ਹੈ, ਪੰਜਾਬ, ਮੈਂ ਜਿਵੇਂ ਪਹਿਲਾਂ ਕਿਹਾ, ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੇਸ ਦੇ ਵਿੱਚ ਇੱਕਮੁੱਠ ਹੋ ਕੇ, ਇੱਕ ਸੁਰ ਹੋ ਕੇ ਇਹਨੂੰ ਕੇਸ ਨੂੰ ਵਿਚਾਰਿਆ ਜਾਵੇ, ਇਹ ਕੇਸ ਨੂੰ ਜਿਹੜੇ ਖਰੋਤ ਆ ਇਹਨੂੰ ਅੱਗੇ ਤੋਰਿਆ ਜਾਵੇ। ਔਰ ਜਿੰਨੀ ਕੁ ਬਿਆਨਬਾਜ਼ੀ ਅਸੀਂ ਪੋਲੀਟੀਕਲ ਪਾਰਟੀਜ਼ ਇਹਦੇ 'ਤੇ ਕਰ ਰਹੀਆਂ ਨੇ, ਉਹਨਾਂ ਨੂੰ ਵਿਰਾਮ ਦੇ ਕੇ ਇਹ ਕੇਸ ਨੂੰ ਹੋਰ ਖਰਾਬ ਵਾਲੇ ਪਾਸੇ ਨਾ ਲਿਜਾਣ। ਇੱਕ ਤੁਹਾਡੀ ਗੱਲ ਦਾ ਜਵਾਬ ਮੇਰੇ ਕੋਲ ਇਹ ਹੈ ਕਿ ਮੈਂ ਕਿਸੇ ਪਾਰਟੀ ਨਾਲ, ਮੁੰਡਾ ਮੇਰਾ 2021 'ਚ ਤੋਂ ਪਹਿਲਾਂ 17 ਦੀ ਚੋਣ ਜਦੋਂ ਇਹ ਕੇਸ ਟਰੇਸ ਨੂੰ ਅਸੀਂ ਚੋਣ ਲੜਿਆ, ਉਸ ਤੋਂ ਬਾਅਦ 2021 'ਚ ਜਦੋਂ ਇਹ ਸਾਰੇ ਕੇਸ ਟਰੇਸ ਸੀ ਅਤੇ ਨਵੀਆਂ ਟਿਕਟਾਂ ਆਈਆਂ ਸੀ, ਅਤੇ ਉਸ ਟਾਈਮ 'ਤੇ ਸੁਖਬੀਰ ਬਾਦਲ ਨੂੰ ਬੜੀ, ਤੁਹਾਡੇ TV 'ਤੇ ਵੀ ਚਿੱਠੀ ਆਈ ਸੀ, ਬੜੇ ਹੱਥ ਜੋੜ ਕੇ ਬੇਨਤੀ ਕਰਦੀ ਸੀ ਵੀ ਦੇਖੋ, ਜਦ ਉਹਨਾਂ ਨੇ ਕਿਹਾ ਅਸੀਂ ਤਾਂ ਵੋਟਾਂ ਪ੍ਰੇਮੀਆਂ 'ਤੇ ਲੈਣੀਆਂ, ਮੈਂ ਜੀ ਤੁਸੀਂ ਪ੍ਰੇਮੀਆਂ ਦੀਆਂ ਵੋਟਾਂ, ਤੁਹਾਨੂੰ ਮੁਬਾਰਕਬਾਦ, ਮੈਂ ਆਹ ਤੁਹਾਡੀ ਟਿਕਟ, ਆਹ ਤੁਹਾਡੀ ਪਾਰਟੀ, ਅਸੀਂ ਆਪਣੇ ਘਰ ਬੈਠੇ ਹਾਂ। ਉਸ ਦਿਨ ਤੋਂ ਮੈਂ ਇਹ ਕਹਿ ਸਕਦਾ ਕਿ ਅੱਜ ਦੀ ਤਰੀਕ 'ਚ ਮੇਰਾ ਕੋਈ ਪੋਲੀਟੀਕਲ ਪਾਰਟੀ ਨਹੀਂ, ਕੋਈ ਕਿਸੇ ਨਾਲ ਨਹੀਂ। ਐਂਡ ਫਰੈਂਕਲੀ ਸਪੀਕਿੰਗ, ਇਸ ਕੇਸ ਦੇ ਵਿੱਚ ਕਿਸੇ ਵੀ ਨਾ ਮੈਂ ਕਿਸੇ ਦੀ ਸੁਣੀ ਆ ਨਾ ਸੁਣਾ, ਔਰ ਮੇਰੀ ਹੱਥ ਜੁੜ ਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇੱਕ ਵਾਰੀ ਫਿਰ ਮੈਂ ਬੇਨਤੀ ਕਰ ਦਿੰਦਾ ਕਿ ਘੱਟ ਤੋਂ ਘੱਟ ਇਸ ਕੇਸ ਦੇ ਉੱਤੇ, ਗੁਰੂ ਗ੍ਰੰਥ ਸਾਹਿਬ ਜੀ ਦੇ ਕੇਸ ਦੇ ਉੱਤੇ ਰਹਿਮ ਕਰਨ ਅਤੇ ਇਸ ਕੇਸ ਨੂੰ ਸਿਰੇ ਲਵਾਉਣ, ਇਹਦੇ ਨਾਲ ਹੀ ਪੰਜਾਬ ਦੇ ਵਿੱਚ ਸ਼ਾਂਤੀ ਅਤੇ ਭਾਈਚਾਰਾ ਕਾਇਮ ਰਹਿਣਾ। ਚਲੋ, ਮੈਂ ਇੱਕ ਛੋਟਾ ਜਿਹਾ ਸਵਾਲ ਹੋਰ ਪੁੱਛਣਾ। ਤੁਸੀਂ ਪਿਛਲੇ ਦਿਨੀਂ ਜਾ ਕੇ ਵੀ ਆਏ ਹੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ, ਇਸ ਵੇਲੇ ਜੋ ਸਥਿਤੀ ਪੈਦਾ ਹੋਈ ਹੈ ਵਿਦ ਇਨ ਅਕਾਲੀ ਦਲ, ਅਕਾਲੀ ਦਲ ਦੇ ਬਾਹਰ ਜੋ ਇਲਜ਼ਾਮ ਤਰਾਸ਼ੀਆਂ ਦੌਰ ਚੱਲ ਰਹੇ ਨੇ, ਤੁਸੀਂ ਐਜ਼ ਏ SIT ਚੀਫ ਜੋ ਜਿਨ੍ਹਾਂ ਨੇ ਸਾਰੀਆਂ ਫਾਈਂਡਿੰਗਸ ਕੀਤੀਆਂ ਜਾਂ ਜੋ ਕੁਛ ਦੱਸ ਕੇ ਆਏ ਹੋ, ਤੁਸੀਂ ਵੀ ਕੁਛ ਅਕਾਲ ਤਖਤ ਸਾਹਿਬ ਤੋਂ ਐਕਸਪੈਕਟ ਕਰਦੇ ਹੋ ਕਿ ਇੱਦਾਂ ਦਾ ਕੋਈ ਫੈਸਲਾ ਆਉਣਾ ਚਾਹੀਦਾ? ਦੇਖੋ, ਅਕਾਲ ਤਖਤ ਸਾਹਿਬ ਤੋਂ ਪੋਲੀਟੀਕਲ ਫੈਸਲਾ ਕੀ ਆਉਂਦਾ ਉਹਦੀ ਤਾਂ ਮੈਂ ਨਹੀਂ ਕੋਈ ਬਹੁਤੀ ਉਮੀਦ ਰੱਖਦਾ, ਨਾ ਮੇਰਾ ਉਹ ਇੰਟਰਸਟ ਹੈ। ਬਟ ਯੈਸ, ਜਿਹਦੇ ਕਰਕੇ ਮੈਂ ਗਿਆ, ਮੇਰਾ ਪ੍ਰਾਇਮਰੀ ਇੰਟਰਸਟ ਸੀ, ਮੇਰਾ ਪ੍ਰਾਇਮਰੀ ਇੰਟਰਸਟ ਸੀ ਅਕਾਲ ਤਖਤ ਸਾਹਿਬ ਤੋਂ ਕਿ ਅਕਾਲ ਤਖਤ ਸਾਹਿਬ SGPC ਨੂੰ ਅਤੇ ਅਕਾਲੀ ਦਲ ਨੂੰ ਇਹਨਾਂ ਦੀ ਸੁੱਤੀ ਨੀਂਦ ਤੋਂ ਜਗਾਉਣ, ਕਿ ਇਹ ਕੇਸਿਸ ਗੁਰੂ ਗ੍ਰੰਥ ਸਾਹਿਬ ਦੇ ਕੇਸਿਸ ਨੇ, ਪੰਥ ਅਤੇ ਗ੍ਰੰਥ ਦੇ ਕਸਟੋਡੀਅਨ ਸ਼੍ਰੀ ਅਕਾਲ ਤਖਤ ਸਾਹਿਬ ਔਰ SGPC ਨੇ, ਅਤੇ ਇਹਨਾਂ ਕੇਸਾਂ ਦੇ ਵਿੱਚ 2 ਸਾਲ ਤੋਂ ਗੁਰੂ ਗ੍ਰੰਥ ਸਾਹਿਬ ਦਾ ਚੋਰੀ ਹੋਣਾ, ਤ੍ਰਿਡਨ ਅਫੇਅਰ, ਉਹਦੇ 'ਚ ਜਿਹੜੀ ਆ ਸੈਂਕਸ਼ਨ ਨਹੀਂ ਮਿਲ ਰਹੀ ਹੈ, ਦੂਜੇ ਕੇਸਾਂ 'ਚ ਸਟੇਅ ਹੋ ਗਏ ਨੇ, ਅਤੇ ਇਹ ਜਿਹੜੇ ਕੇਸਿਸ ਨੇ ਇਹਨਾਂ 'ਚ SGPC ਦਾ ਵੀ ਮੈਨੇਜਰ 1 ਦੇ ਵਿੱਚ ਕੰਪਲੇਨੈਂਟ ਹੈ, ਜਿਹੜੇ ਅੰਗ ਖਿੰਡੇ ਨੇ ਉਹਦੇ 'ਚ ਮੈਨੇਜਰ ਕੁਲਵਿੰਦਰ ਸਿੰਘ ਬਰਗਾੜੀ ਗੁਰਦੁਆਰਾ ਸਾਹਿਬ SGPC ਦਾ ਗੁਰਦੁਆਰਾ ਹੈ,
ਉਹਦੇ 'ਚ ਉਹ ਕਮੀਆਂ। ਤੋ ਜੇ ਹੁਣ ਸਰਕਾਰਾਂ ਨਹੀਂ ਕਰਦੀਆਂ ਤਾਂ ਘੱਟ ਤੋਂ ਘੱਟ ਗੁਰੂ ਗ੍ਰੰਥ ਸਾਹਿਬ ਦੇ ਕਸਟੋਡੀਅਨ ਐਸ ਜੀ ਪੀ ਅਤੇ ਅਕਾਲ ਤਖ਼ਤ ਸਾਹਿਬ ਆਪਣੇ ਗੁੱਡ ਆਫਿਸਿਸ ਕਰਕੇ ਇਸ ਕੇਸ ਨੂੰ ਕਿਸੇ ਤਨ ਪੱਤਣ ਲਵਾਉਣ, ਮੇਰੀ ਐਕਸਪੈਕਟ। ਰਣਵੀਰ ਸਿੰਘ ਖੱਟਰਾ 2027 ਦਾ ਇਲੈਕਸ਼ਨ ਲੜ ਸਕਦੇ ਹਾਂ? ਦੇਖੋ, ਮੈਂ ਅੱਜ ਕਹਿੰਦਾ ਕੱਲ੍ਹ ਨੂੰ ਮਤਲਬ ਬੋਲਾਂ, ਅੱਜ ਦੀ ਤਰੀਕ 'ਚ ਮੇਰਾ ਕੋਈ ਉਹ ਨਹੀਂ। ਮੇਰਾ ਅੱਜ ਦੀ ਤਰੀਕ 'ਚ ਮਿਸ਼ਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉਹ ਦਵਾਉਣਾ, ਗੁਰੂ ਗ੍ਰੰਥ ਸਾਹਿਬ ਦੇ ਕੇਸ ਦੇ ਵਿੱਚ ਇਹਨਾਂ ਕੇਸਾਂ ਨੂੰ ਸਿਰੇ ਲੈ ਜਾਂ, ਸਿਰੇ ਹੋ ਕੇ ਇਹਨਾਂ ਨੂੰ ਕੋਈ ਡਿਸੀਜਨ ਆਵੇ। ਜਿੱਥੇ ਇੱਕ ਕੇਸ ਦੇ ਵਿੱਚ ਡਿਸੀਜਨ ਆ ਚੁੱਕਿਆ ਉਹ ਮੈਂ ਮਾਲਕੇ ਵਾਲੇ ਦੇ ਵਿੱਚ, ਉਹਦੇ ਲਈ ਮੇਰੀ ਤਸੱਲੀ ਹੈ ਕਿ ਮੇਰੀ ਤਫਤੀਸ਼ ਸਹੀ ਲਾਈਨ 'ਤੇ ਅਤੇ ਸਹੀ ਲਾਂਚ ਹੈ। ਬਾਕੀ ਚੋਣਾਂ ਵਾਲੀ ਗੱਲ ਹੈ, ਦੇਖੋ ਚੋਣ ਮੈਂ ਅੱਜ ਕਹਿੰਦਾ ਵੀ ਨਹੀਂ ਲੜੂੰਗਾ, ਕੱਲ੍ਹ ਨੂੰ ਮੈਨੂੰ ਚੋਣ ਲੜਨੀ ਪੈ ਜੇ, ਮਾਹੌਲ ਇਹੋ ਜਿਹਾ ਹੋ ਜਾਵੇ, ਕੋਈ ਹੋ ਜਾਵੇ, ਮੈਂ ਇਹਨਾਂ ਚੀਜ਼ਾਂ ਨੂੰ ਰੂਲ ਆਊਟ ਨਹੀਂ ਕਰਦਾ। ਬਟ ਇਹਨਾਂ ਚੋਣਾਂ ਜਾਣਾਂ ਤੋਂ ਉੱਤੇ ਹਾਂ। ਜੇ ਚੋਣਾਂ ਵਾਲੀ ਗੱਲ ਹੁੰਦੀ ਤਾਂ ਮੈਨੂੰ ਸੁਖਬੀਰ 2012 'ਚ ਟਿਕਟ ਮੋਹਾਲੀ ਤੋਂ ਦੇ ਰਿਹਾ ਸੀ, 2017 'ਚ ਵੀ ਦਿੰਦਾ ਸੀ, 21'ਚ ਵੀ ਕਹਿੰਦਾ ਸੀ ਲੜਨਾ। ਚੋਣਾਂ ਮੈਂ ਮੇਰੇ ਲਈ ਪਹਿਲਾਂ, ਮੇਰਾ ਜਿਹੜੀ ਮੇਰੀ ਪ੍ਰਾਇਓਰਟੀ ਬੇਅਦਬੀ ਕੇਸਿਸ ਨੂੰ ਤਣ ਪੱਤਣ ਲਾਉਣਾ, ਇਹਦੇ ਲਈ ਮੈਂ ਹਰ ਕੁਛ ਕਰ ਸਕਦਾ। ਹਰ ਪੋਲੀਟੀਕਲ ਪਾਰਟੀ, ਹਰ ਸਰਕਾਰ, ਹਰ CM, ਇਹ CM ਸਾਹਿਬ ਕੋਲ ਮੈਂ ਬੜੀਆ ਮਤਲਬ ਮੈਸੇਜ ਕੀਤੇ ਵੀ ਮੈਨੂੰ ਟਾ ਮੌਕਾ ਦਿੱਤਾ ਜਾਵੇ, ਮੇਰੀ ਗੱਲ ਸੁਣ ਲਓ। ਹੋਰ ਵੀ ਮੈਂ ਕੋਈ ਵੀ ਬੰਦਾ ਕਿਸੇ ਪਾਰਟੀ ਦਾ ਹੋਵੇ, ਮੈਂ ਉਹਦੇ ਦਰ 'ਤੇ ਜਾ ਕੇ ਝਾੜੂ ਮਾਰ ਸਕਦਾ ਵੀ ਭਾਈ ਇਹ ਕੇਸ ਨੂੰ ਸਿਰੇ ਲਾਉਣ ਦੇ ਲਈ ਇਹਦੇ ਲਈ ਕਰਿਆ ਜਾ ਸਕਦਾ। ਹਾਂ, ਜੇ ਇਸ ਕੇਸ ਦੇ ਲਈ ਮੈਂ ਤੁਹਾਨੂੰ ਕਹਿ ਰਿਹਾ ਵੀ ਮੈਨੂੰ ਕੋਈ ਇਹੋ ਜਿਹਾ ਮਾਹੌਲ ਬਣ ਗਿਆ, ਮੈਨੂੰ ਕੋਈ ਇਹੋ ਜਿਹਾ ਕਦਮ ਪਈ ਜੇ ਨਹੀਂ ਕੁਛ ਹੋ ਰਿਹਾ ਤਾਂ ਫਿਰ ਮੈਂ ਉਹਦੇ ਪਰਮਾਤਮਾ ਦੇ ਗੁਰੂ 'ਤੇ ਛੱਡ ਦਿੰਦਾ, ਪਰ ਮੇਰੀ ਅੱਜ ਤੱਕ ਇਹੋ ਜਿਹੀ ਕੋਈ ਮਾਨਣਾ ਚਾਹਨਾ ਹੈ ਨਹੀਂ। ਚਲੋ ਖੱਟੜ ਸਾਹਿਬ, ਇੱਕ ਆਖਰੀ ਸਵਾਲ ਹੈ ਮੇਰਾ, ਆਲਰੇਡੀ ਅਸੀਂ ਬਹੁਤ ਟਾਈਮ ਅੱਜ ਤੁਹਾਡਾ ਲੈ ਲਿਆ, ਇਨਸਾਫ਼ ਦਾ ਮਤਲਬ ਕੀ ਹੈ? ਇਨਸਾਫ਼ ਤੁਹਾਡੇ ਇੱਕ ਬਤੌਰ ਸਿੱਖ ਤੁਸੀਂ SIT ਨੂੰ ਹੈੱਡ ਕੀਤਾ, ਬੇਅਦਬੀ ਮਾਮਲੇ 'ਚ ਇਨਸਾਫ਼ ਦਾ ਮਤਲਬ ਕੀ ਹੈ? ਕਿਉਂਕਿ ਜੇ ਸਜ਼ਾ ਹੋਊਗੀ 3 ਸਾਲ ਦੀ ਹੋਊਗੀ, ਇਹ ਤਾਂ ਬੜਾ ਕਲੀਅਰ ਹੈ ਕਿ 295 ਜਿਨ੍ਹਾਂ ਦੇ ਉੱਤੇ ਲੱਗੀ ਹੈ ਸਜ਼ਾ ਤਾਂ ਸਜ਼ਾ। ਤੇ ਕਿਹਨੂੰ ਤੁਸੀਂ ਸਮਝਦੇ ਕਿ ਕਿਸ ਨੂੰ ਸਜ਼ਾ ਹੋਵੇ, ਤੁਹਾਨੂੰ ਲੱਗਦਾ ਕਿ ਇਨਸਾਫ਼ ਹੋਵੇ? ਮਕਾ ਦੇਣਾ, ਪਿੰਡਾਂ ਦੇ ਵਿੱਚ ਲੋਕ ਚੌਲਾਂ ਦਾ ਕੜਾਹਾ ਕੱਢਦੇ ਹੁੰਦੇ ਨੇ, ਕੜਾਹਾ ਚੌਲਾਂ ਦਾ ਕੱਢਦੇ ਹਾਂ ਤਾਂ ਉਹਦੇ ਵਿੱਚੋਂ 2-4 ਚੌਲ ਚੱਕ ਕੇ ਮਲ ਕੇ ਦੇਖ ਲੈਂਦੇ ਨੇ ਵੀ ਪੱਕੇ ਨੇ ਕਿ ਕੱਚੇ ਨੇ। ਮੈਂ 5 ਕੇਸਿਸ ਦੇ ਵਿੱਚ ਤਫਤੀਸ਼ ਕੀਤੀ ਆ, 1 ਦੇ ਵਿੱਚ ਡਿਸੀਜਨ ਆ ਚੁੱਕਿਆ। ਦੈਟ ਮੀਨਸ ਮੈਂ ਤਾਂ ਕਹਿੰਦਾ ਵੀ ਇਹ ਤਫਤੀਸ਼ ਆ ਜਿਹੜੀ, ਇਹਦੀ ਸੱਚਾਈ ਆ, ਇਹ ਪੱਕ ਚੁੱਕਿਆ, ਇਹ ਸੱਚਾਈ ਹੈ, ਮੇਰੀ ਤਸੱਲੀ ਹੈ। ਹੁਣ ਇਹ ਕੇਸਿਸ ਦੇ ਵਿੱਚ ਵਿੱਚੇ ਸਰਕਾਰਾਂ, ਵਿੱਚੇ ਡੇਰਾ, ਵਿੱਚੇ ਉਹ ਲੀਗਲ ਸਾਰਾ ਕੁਝ ਦਾਪੇ 'ਚ ਵਰਤ ਰਹੇ ਨੇ, ਵਰਤ ਲੈਣ। ਸਜ਼ਾ 3 ਸਾਲ ਹੋਵੇ ਚਾਹੇ 1 ਹੋਵੇ ਚਾਹੇ ਰੁਪਈਏ ਦੀ ਹੋਵੇ, ਐਟਲੀਸਟ ਕੌਮ ਨੂੰ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ, ਪੰਥ ਨੂੰ ਕਲੀਅਰ ਹੋਣੀ, ਪੰਜਾਬ ਨੂੰ ਕਲੀਅਰ ਹੋਣੀ ਚਾਹੀਦੀ ਹੈ ਕਿ ਦੀਜ਼ ਆਰ ਦਾ ਪਰਸਨ ਜਿਨ੍ਹਾਂ ਨੇ ਇਹ ਕੋਨਸਪਰੇਸੀ ਬਣਾਈ ਅਤੇ ਆਹ ਗੁਰੂ ਗ੍ਰੰਥ ਸਾਹਿਬ ਚੋਰੀ ਕੀਤੇ, ਆਹ ਕਰੇ, ਆਹ ਖੰਡਾਏ, ਦੇ ਆਰ ਰਿਸਪੋਂਸੀਬਲ। ਅੱਗੇ 3 ਸਾਲ ਮਿਲੇ, 5 ਮਿਲੇ, ਨਾ ਮਿਲੇ, ਘੱਟ ਮਿਲੇ। ਮੈਂ ਸਜਨ ਮੈਂ ਉਹ ਜਾ ਰਿਹਾ ਸੀਗਾ ਕਿ ਉਹਦੇ ਪ੍ਰਬੰਧਨ ਨਹੀਂ ਹੈ। ਤੁਸੀਂ ਇਹ ਸਮਝ ਰਹੇ ਹੋ ਕਿ ਜੇ ਡੇਰਾ ਮੁਖੀ ਇਸ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ, ਜੇ ਉਹਨੂੰ ਸਜ਼ਾ ਹੁੰਦੀ ਹੈ ਤਾਂ ਇਨਸਾਫ਼ ਹੋ ਜਾਏਗਾ? ਹੋਣਾ ਚਾਹੀਦਾ। ਦੇਖੋ, ਡੇਰਾ ਮੁਖੀ ਅਤੇ ਆਹ ਜਿਹੜੇ ਇਹ ਬੰਦੇ ਨੇ, ਇਹਨਾਂ ਸਾਰਿਆਂ ਦੇ ਵਿੱਚ ਮਤਲਬ, ਦੇਖੋ ਡੇਰਾ ਮੁਖੀ ਵਿੱਚ ਹੈ, ਡੇਰਾ ਮੁਖੀ ਇਹਦਾ ਪ੍ਰਾਈਮ ਮਤਲਬ। ਦੇਖੋ, ਤਕਲੀਫ ਤਾਂ ਡੇਰਾ ਮੁਖੀ ਨਹੀਂ ਹੋਈ ਨਾ, ਡੇਰਾ ਮੁਖੀ ਦੀ ਫਿਲਮ ਨਹੀਂ ਚੱਲ ਰਹੀ। ਹਾਂਜੀ, ਡੇਰਾ ਮੁਖੀ ਦੇ ਲੋਕਟ ਡੇ ਕੇ ਜਾ ਰਹੇ ਨੇ, ਡੇਰਾ ਮੁਖੀ ਦੇ ਨਾਮ ਚਰਚਾ ਪੰਜਾਬ 'ਚੋਂ ਬੈਨ ਹੈ, ਬੰਦ ਨਹੀਂ ਹੋ ਰਹੀ ਹੈ। ਤੋ ਹੀ ਦਾ ਪ੍ਰਾਈਮਰੀ ਜਿਹੜਾ ਬੰਦਾ ਦੁਖੀ ਹੈ, ਅਤੇ ਉਹਦੇ ਜਿਹੜੀ ਉਹਦੇ ਨਾਲ ਵਾਲੇ ਨੇ ਲੇਟੈਸਟ ਬਿਆਨ ਹੈ ਇਹਦਾ,
ਉਹਦੇ ਮੁਤਾਬਕ ਮੇਰਾ ਸਵਾਲ ਇਸ ਕਰਕੇ ਸੀ ਕਿਉਂਕਿ ਬਹੁਤ ਸਾਰੇ ਜਦੋਂ ਲੋਕਾਂ ਨਾਲ ਗੱਲ ਕਰਦੇ ਆ ਜਿਹੜੇ ਸਿੱਖ ਭਾਈਚਾਰੇ ਦੇ ਜਾਂ ਨਿਹੰਗ ਸਿੰਘ ਜਥੇਬੰਦੀਆਂ ਨਾਲ ਜੁੜੇ ਨੇ, ਮੈਂ ਪਰਸਨਲੀ ਗੱਲ ਕੀਤੀ, ਮੈਂ ਸਮਝਣਾ ਚਾਹੁੰਦਾ ਕਿ ਇਨਸਾਫ ਕੀ ਹੋਵੇ। ਹੁਣ ਦੇਖੋ 295 ਇਹਦੇ ਵਿੱਚ ਫਾਂਸੀ ਦੀ ਸਜ਼ਾ ਤਾਂ ਹੋਣੀ ਜਾਣੀ, ਤਾਂ ਹੁਣ ਇਨਸਾਫ ਦਾ ਮਤਲਬ ਕੀ ਹੈ? ਇਨਸਾਫ ਕਿਵੇਂ ਹੋਊਗਾ? ਇਹ ਤਜਵੀਜ਼ ਹੈ ਇਹਨਾਂ ਕੇਸਾਂ ਦੇ ਵਿੱਚ, ਬਹੁਤ ਘੱਟ ਸਜ਼ਾ ਦੀ ਤਜਵੀਜ਼। ਮਤਲਬ ਤੁਸੀਂ ਇਹ ਸਮਝ, ਇਹਦਾ ਡਿਫਰੈਂਸ ਹੈ, ਮੈਂ ਹੁਣ ਵੀ ਇਹਦੇ 'ਤੇ ਵਰਕ ਕਰ ਰਿਹਾ, ਠੀਕ ਹੈ, ਲੈਟ ਅਸ ਸੀ ਕਿਵੇਂ ਉਹ ਅੱਗੇ ਆਉਂਦੀ ਹੈ ਗੱਲ। ਹੁਣ ਉਹਨਾਂ ਨੇ ਰੱਖ ਲਿਆ ਅੰਗਰੇਜ਼ ਵੇਲੇ ਇਹਨੂੰ, ਵੈਸੇ ਪਾਕਿਸਤਾਨ 'ਚ ਕਹਿੰਦੇ ਨੇ ਇਹਦੇ ਈਸ਼ਾਨੰਦਾ, ਇਸ਼ਟ ਨੂੰ ਨਿੰਦਣਾ, ਇਸ਼ ਨਿੰਦਾ, ਇਹਦਾ ਜੇ ਸੈਕਰਲਜ ਦਾ ਆਪਾਂ ਟ੍ਰਾਂਸਲੇਸ਼ਨ ਕਰੀਏ ਹਿੰਦੀ ਵਿੱਚ, ਇਸ਼ ਨਿੰਦਾ, ਇਸ਼ਟ ਦੀ ਨਿੰਦਾ। ਤੋ ਇਸ਼ਟ ਦੀ ਨਿੰਦਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੜੀ ਯੂਨੀਕਨੈਸ ਹੈ। ਮੈਂ ਕਿ ਸਾਰੇ ਧਰਮਾਂ ਦੀ ਇੱਜ਼ਤ ਮਾਨ ਕਰਦਾ, ਮੈਂ ਕੁਰਾਨ ਦੀ ਸ਼ਰੀਫ ਦੀ ਵੀ ਉੱਨੀ ਕਰਦਾ, ਗੀਤਾ ਭਗਵਤ ਗੀਤਾ ਸਾਰਿਆਂ ਦਾ, ਦੇਅਰ ਆਲ ਬਾਈਬਲ, ਦੇਅਰ ਆਲ ਰਿਸਪੈਕਟਿਵ। ਸ਼੍ਰੀ ਗੁਰੂ ਗ੍ਰੰਥ ਸਾਹਿਬ ਇਜ਼ ਦਾ ਯੂਨੀਕ, ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨ, ਪ੍ਰਗਟ ਗੁਰਾਂ ਕੀ, ਠੀਕ ਹੈ। ਅਤੇ ਗੁਰੂ ਸਾਹਿਬ ਦੇ ਇਸ, ਹੁਣ ਜਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੈਕਲਜ ਕੀਤੀ ਜਾਂਦੀ ਹੈ, ਐਂਡ 2002 ਤੋਂ ਸੁਪਰੀਮ ਕੋਰਟ ਨੇ ਗੁਰੂ ਗ੍ਰੰਥ ਸਾਹਿਬ ਨੂੰ ਜੁਰਿਸਟਿਕ ਪਰਸਨ ਮੰਨ ਲਿਆ ਗਿਆ, ਇਹਨਾਂ ਦੇ ਨਾਂ 'ਤੇ ਰਜਿਸਟਰੀਆਂ ਹੁੰਦੀਆਂ ਨੇ, ਇਹਨਾਂ ਦੇ ਨਾਂ 'ਤੇ ਹੁੰਦੇ ਨੇ। ਤੋ ਇਸ ਦੇ ਲਈ ਆਈ ਥਿੰਕ ਅਮੈਂਡਮੈਂਟ ਆਉਣੀ ਚਾਹੀਦੀ ਹੈ, ਅਤੇ ਗੁਰੂ ਗ੍ਰੰਥ ਸਾਹਿਬ ਦੀ ਸੈਕਲਜ ਨੂੰ ਇਹਨਾਂ ਤੋਂ ਵੱਖ ਕਰਕੇ ਇਹਨੂੰ ਇਹਦੇ 'ਚ ਸਜ਼ਾ ਦਾ ਪ੍ਰਾਵਧਾਨ ਹੋਣਾ ਚਾਹੀਦਾ। ਚਲੋ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਤਫਸੀਲ ਦੇ ਨਾਲ ਗੱਲਬਾਤ ਕਰਨ ਦੇ ਲਈ। ਮੈਨੂੰ ਲੱਗਦਾ ਕਿ ਸਾਰੇ ਇੰਤਜ਼ਾਰ ਕਰ ਰਹੇ ਕਿ ਅਕਾਲ ਤਖਤ ਸਾਹਿਬ ਦੇ ਆਦੇਸ਼ ਆਉਣ, ਤੁਸੀਂ ਵੀ ਆਪਣੀ ਗੱਲ ਰੱਖ ਕੇ ਆਏ ਹੋ, ਸਾਰੀਆਂ ਚੀਜ਼ਾਂ ਉੱਥੇ ਪਹੁੰਚੀਆਂ ਹੋਈਆਂ, ਤਾਂ ਉਹ ਇੰਤਜ਼ਾਰ ਲਾਜ਼ਮੀ ਤੌਰ 'ਤੇ ਰਹੇਗਾ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਇੱਕ ਵਾਰੀ ਮੈਂ ਜ਼ਰੂਰ ਆਪਣੀ ਟੀਮ ਨੂੰ ਕਹਾਂਗੇ ਕਿ ਤਾੜੀਆਂ ਦੇ ਨਾਲ। ਸਰ, ਬਹੁਤ ਬਹੁਤ ਤੁਸੀਂ ਸਾਡੇ ਨਾਲ ਜੁੜੇ ਹੋ, ਬਹੁਤ ਤਫਸੀਲ ਨਾਲ ਗੱਲਬਾਤ ਹੋਈ ਹੈ। ਥੈਂਕਸ, ਥੈਂਕ ਯੂ ਐਵਰੀਬਾਡੀ। ਤਾਂ ਬੇਅਦਬੀ ਦੇ ਕੇਸਿਸ ਦਾ ਸੱਚ ਰਣਬੀਰ ਸਿੰਘ ਖੱਟੜਾ ਦੇ ਜ਼ਰੀਏ ਜਾਣਨ ਦੀ ਅਸੀਂ ਕੋਸ਼ਿਸ਼ ਕੀਤੀ। ਸੱਚ ਉਹਨਾਂ ਦੀ ਜ਼ੁਬਾਨੀ ਕੀ ਹੈ ਤੁਸੀਂ ਸੁਣ ਲਿਆ। ਹੁਣ ਇੰਤਜ਼ਾਰ ਅਦਾਲਤਾਂ ਦਾ ਹੈ ਕਿ ਜਦੋਂ ਉੱਥੇ ਕੇਸਿਸ ਹੁਣ ਚੱਲ ਰਹੇ ਨੇ ਕਿ ਉਹ ਕਦੋਂ ਅਤੇ ਕਿੰਨੀ ਜਲਦੀ ਕੰਕਲੂਡ ਹੁੰਦੇ ਨੇ। ਸਾਡੀ ਵੀ ਨਜ਼ਰ ਉਸ ਦੇ ਉੱਤੇ ਬਣੀ ਰਹੇਗੀ। ਇਸ ਸ਼ੋਅ ਦੇ ਵਿੱਚ ਫਿਲਹਾਲ ਦੇ ਲਈ ਮੈਨੂੰ ਇਜਾਜ਼ਤ ਦਿਓ। ਧੰਨਵਾਦ।